ਸਵਾਗਤ ਹੈ ਜੀ ਤੁਹਾਡਾ ਰੇਡੀਓ ਵਰਸਾਇੰਸ ਜ਼ੈਡ 107 FM ਪ੍ਰੋਗਰਾਮ ਦਸਮ ਗ੍ਰੰਥ ਦਾ ਸੱਚ ਵਿੱਚ। ਅੱਜ ਸ਼ਨੀਵਾਰ ਦਿਨਿਆਂ ਅਤੇ ਤਰੀਕ ਸਾਡੇ ਕੋਲ ਹੈਗੀ ਆ 16 ਫਰਵਰੀ। ਹਰ ਸ਼ਨੀਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਸਟੂਡੀਓ 'ਚ। ਮੈਂ ਹਰਨੇਕ ਸਿੰਘ ਅਤੇ ਨਾਲ ਮੇਰੇ ਅੰਗਰੇਜ਼ ਸਿੰਘ। ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਆਪਾਂ ਅੱਜ ਫਿਰ 4 ਘੰਟੇ ਕੋਸ਼ਿਸ਼ ਕਰਨੀ ਆ ਜੀ, ਹਾਂਜੀ, ਪ੍ਰੋਗਰਾਮ ਕਰਨੇ ਦੀ। ਤੇ ਜਿਹੜੇ ਜਿਹੜੇ ਦੋਸਤ ਮਿੱਤਰ ਸਾਡੇ ਨਾਲ ਹਾਜ਼ਰ ਹੋ ਜਾਂਦੇ ਹੁੰਦੇ ਲਾਈਵ ਦੇ ਵਿੱਚ, ਵੈਸੇ ਰਿਕਾਰਡਿੰਗ ਜਿਹੜੀ ਆ ਸਾਰੇ ਪ੍ਰੋਗਰਾਮਾਂ ਦੀ ਉਹ ਵਟਸਐਪ ਦੇ ਉੱਤੇ ਵੀ ਅਸੀਂ ਭੇਜ ਦਿੰਦੇ ਹੁੰਦੇ ਹਾਂ, ਹਾਂਜੀ, ਤੇ ਉਹਦੇ ਨਾਲ ਨਾਲ ਟੈਲੀਗ੍ਰਾਮ ਦੇ ਉੱਤੇ ਚੱਲ ਜਾਂਦੀ ਆ, ਯੂਟਿਊਬ ਦੇ ਉੱਤੇ ਵੀ ਇੱਕ ਅੱਧੇ ਦਿਨ ਦੇ ਫਰਕ ਪੈ ਜਾਂਦੀ ਹੁੰਦੀ ਆ। ਪਰ ਜਿਹੜੇ ਲਾਈਵ ਸੁਣ ਲੈਂਦੇ ਆ, ਜਿਹਨਾਂ ਕੋਲ ਟਾਈਮ ਹੁੰਦਾ ਆ, ਉਹਨਾਂ ਨੂੰ ਬੇਨਤੀ ਆ ਕਿ ਕੋਸ਼ਿਸ਼ ਕਰਿਓ, ਜਿਹੜੇ ਸੁਣਦੇ ਆ ਉਹਨਾਂ ਨੂੰ ਬੇਨਤੀ ਆ ਕੋਸ਼ਿਸ਼ ਕਰਿਓ, ਤੁਸੀਂ ਜਿਹੜੀ ਕੋਈ ਗੱਲਬਾਤ ਇੱਥੇ ਹੋਈ, ਕਰਨੀ ਹੋਈ ਜ਼ਰੂਰੀ, ਉਹ ਜੇ ਵਿਸ਼ੇ ਨਾਲ ਸੰਬੰਧਿਤ ਹੋਈ ਤਾਂ ਫੋਨ ਕਰਿਓ, ਨਹੀਂ ਤਾਂ ਸਾਡਾ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਬੋਲਣ ਦਿਓ ਮਿਹਰਬਾਨੀ ਕਰਕੇ, ਕਿਉਂਕਿ ਗੱਲਬਾਤ ਸਾਡੀ ਜੀਤੇ ਵਾਲੀ ਜਿਹੜੀ ਆ ਉਹ ਪਛੜਦੀ ਜਾ ਰਹੀ ਆ, ਹਾਂਜੀ, ਤੇ ਅਸੀਂ ਚਾਹੁੰਦੇ ਹਾਂ ਉਹਨੂੰ ਮੁਕਾ ਲੈਣਾ। ਤੇ ਵੈਸੇ ਇੱਕ ਖੁਸ਼ਖਬਰੀ, ਜਿਹੜੇ ਸਰੋਤੇ ਚਾਹੁੰਦੇ ਹੁੰਦੇ ਆ ਕਿ ਲਗਾਤਾਰ ਪ੍ਰੋਗਰਾਮ ਜਿਹੜਾ ਹੋਵੇ ਇੰਟਰਪਟ ਨਾ ਹੋਵੇ, ਉਹਨਾਂ ਦੇ ਲਈ ਆ ਅਸੀਂ ਜਿਹੜਾ ਫੋਨ ਦਾ ਸਿਸਟਮ ਆ ਉਹ ਸਟੂਡੀਓ ਤੋਂ ਬਾਹਰ ਲੈ ਗਏ ਆ, ਤੇ ਹੁਣ ਪੋਸੀਬਲ ਆ ਜੇ ਅੱਜ ਫੋਨ ਵੱਜਿਆ ਕੋਈ ਤੇ ਹੋ ਸਕਦਾ ਆਂਸਰ ਅਸੀਂ ਕਰ ਦਈਏ ਇੱਥੋਂ, ਪਰ ਤੁਹਾਨੂੰ ਆਨ ਏਅਰ ਲੈਣ ਤੋਂ ਪਹਿਲਾਂ ਕੋਈ ਜਣਾ ਤੁਹਾਨੂੰ ਪੁੱਛੂਗਾ ਜਿਹਨਾਂ ਨੇ ਫੋਨ ਕਰਨੇ ਆ ਵੀ ਤੁਸੀਂ ਕੌਣ ਆ, ਕਿੱਥੋਂ ਬੋਲਦੇ ਆ ਤੇ ਕਿਸ ਵਿਸ਼ੇ ਤੇ ਗੱਲ ਕਰ ਰਹੇ ਆ ਜੀ, ਤੇ ਉਹਦੇ ਵਿੱਚ ਹਿਚਕਚਾਇਓ ਨਾ ਦੱਸਣ ਤੋਂ ਜਿਹੜੇ ਜੇ ਜੈਨੂਨ ਤੁਸੀਂ ਸੋਤੇ ਆ, ਕਿਉਂਕਿ ਜਿਹੜੇ ਬੰਦੇ ਪਸ਼ੂ ਬਿਰਤੀ ਦੇ ਨਾਲ ਆਉਂਦੇ ਆ ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਆ ਜਿਹੜੀ ਹਿੰਕੜਬਾਜ਼ੀ ਆ ਸਾਡੀ, ਜਿਹਨੂੰ ਅਸੀਂ ਕਹਿੰਦੇ ਆ ਵੀ ਖੁਦ ਮੁਖਤਿਆਰੀ, ਅਸੀਂ ਗੁਲਾਮ ਨਹੀਂ ਹੈਗੇ ਕਿਸੇ ਦੇ। ਪੰਜਾਬੀਆਂ ਦੇ ਵਿੱਚ ਇਹ ਗੱਲ ਬਹੁਤ ਕੁੱਟ ਕੁੱਟ ਕੇ ਭਰੀ ਹੋਈ ਆ, ਹਾਂਜੀ, ਜਿਨ੍ਹਾਂ ਦੇ ਵਿੱਚ ਇਹ ਜਿਨ੍ਹਾਂ ਦੀ ਇਹ ਪ੍ਰੋਬਲਮ ਆ ਉਹਨਾਂ ਨੂੰ ਨਹੀਂ ਅਸੀਂ ਕੁਛ ਵੀ ਕਹਿ ਸਕਦੇ, ਕਿਉਂਕਿ ਉਹਨਾਂ ਦੇ ਉੱਤੇ ਕੋਈ ਨਿਯਮ ਲਾਗੂ ਨਹੀਂ ਹੁੰਦਾ ਹੁੰਦਾ, ਉਹ ਆਪਣੇ ਆਪ ਨੂੰ ਇਦਾਂ ਇਦਾਂ ਵਿਚਰਦੇ ਆ ਜਿੱਦਾਂ ਸਮਾਜ ਵਿੱਚ ਪਸ਼ੂ ਵਿਚਰਦੇ, ਹਾਂਜੀ, ਅਵਾਰਾ ਪਸ਼ੂ ਵੀ ਅਵਾਰਾ, ਠੀਕ ਆ, ਤੇ ਉਹਨਾਂ ਦੀਆਂ ਸਟੇਟਮੈਂਟਾਂ ਉਹਨਾਂ ਦੇ ਵਿਚਾਰ ਸਾਰੇ ਅਵਾਰਗੀ ਵਿੱਚੋਂ ਨਿਕਲਦੇ ਹੁੰਦੇ ਆ, ਆਪਣੇ ਕਿਤੇ ਵੀ ਉਹ ਤਰਕ ਨਹੀਂ ਲਾ ਸਕਦੇ, ਹਾਂਜੀ, ਕਿਤੇ ਵੀ ਉਹ ਜੈਨੂਅਨ ਗੱਲ ਨਹੀਂ ਕਰ ਸਕਦੇ, ਫੇਰ ਨਹੀਂ ਕਰ ਸਕਦੇ, ਹਾਂਜੀ, ਠੀਕ ਆ, ਹਮੇਸ਼ਾ ਹੀ ਮੈਂ ਜਿੱਦਾਂ ਅੰਨਾ ਰੇੜੀਆਂ ਵੰਡ ਰਿਹਾ ਹੁੰਦਾ, ਹਾਂਜੀ, ਮੁੜ ਮੁੜ ਕੇ ਆਪਣਿਆਂ ਨੂੰ, ਬਸ ਜਿਹੜੇ ਵੰਡਣੇ ਵਾਲੇ ਵੀ ਜਿਹਨਾਂ ਨੂੰ ਵੰਡੀਆਂ ਵੀ ਹੁੰਦੀਆਂ ਆ, ਆਪਣੇ ਜਿਹਨਾਂ ਨੂੰ ਕਹਿੰਦੇ ਉਹ ਵੀ ਆਪਣਾ ਆਪ ਹੁੰਦਾ ਉਹਨਾਂ ਦਾ, ਖੁਦ ਤੋਂ ਬਿਨਾਂ ਉੱਤੇ ਕੁਛ ਨਹੀਂ ਸੋਚ ਸਕਦੇ ਹੁੰਦੇ, ਠੀਕ ਹੈ, ਉਹਨਾਂ ਨੂੰ ਜੇ ਫੇਰ ਕਰਦੇ ਹੁੰਦੇ ਤੇ ਜਿੱਦਾਂ ਉਹ ਕੌਮ ਦੀ ਅਗਵਾਈ ਕਰ ਰਹੇ ਆ, ਜਿੱਦਾਂ ਗੁਰਦੁਆਰਿਆਂ ਦੇ ਉੱਤੇ ਪ੍ਰਬੰਧ ਕਰਕੇ ਬੈਠੇ ਆ, ਜਿੱਦਾਂ ਆਗੂ ਕਹਾਉਂਦੇ ਆ, ਤੇ ਉਹ ਜ਼ਰੂਰ ਕੁਛ ਨਾ ਕੁਛ ਪ੍ਰਾਪਤ ਕਰ ਜਾਂਦੇ, ਬਿਲਕੁਲ, ਠੀਕ ਹੈ, ਬਦਕਿਸਮਤੀ ਆ ਸਾਡੀ ਕੌਮ ਦੀ ਵੀ ਜਿਹੜੀ ਕੌਮ ਜਿਹੜਾ ਗਰੁੱਪ ਸਾਡੇ 'ਚੋਂ ਇਹ ਕਹਿੰਦਾ ਵੀ ਲੱਖਾਂ ਸ਼ਹੀਦ ਹੋਏ ਆ ਸਾਡੇ, ਹਾਂਜੀ, ਖੰਡੇ ਵਰਗੇ ਬੰਦੇ ਜਿਹੜੇ ਇਹ ਕਹਿੰਦੇ ਆ ਵੀ ਸਾਡੇ ਪਰਿਵਾਰ ਦੇ ਇੰਨੇ ਸ਼ਹੀਦ ਹੋਏ ਆ, ਹਾਂਜੀ, ਇਦਾਂ ਦੇ ਵੀ ਪਰਿਵਾਰ ਬੈਠੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ 8-8, 10-10 ਵਿਧਵਾਵਾਂ ਔਰਤਾਂ ਇੱਕ ਪਰਿਵਾਰ ਦੇ ਵਿੱਚ, ਪਰਿਵਾਰ, ਠੀਕ ਆ, ਉਹਦੇ ਬਾਵਜੂਦ ਵੀ ਉਹ ਇੱਜ਼ਤ ਨਹੀਂ ਉਹ ਕਮਾ ਸਕੇ ਜਿਹੜੀ ਉਹਨਾਂ ਨੂੰ ਕਮਾਉਣੀ ਚਾਹੀਦੀ ਸੀ। ਕਾਰਨ ਕੀ ਸੀ ਵੀ ਉਹ ਜਿਹੜੇ ਮਰੇ ਆ, ਜਾਂ ਤਾਂ ਉਹ ਕਿਤੇ ਨਾ ਕਿਤੇ
ਲੁੱਟਾਂ ਖੋਹਾਂ ਦੇ ਵਿੱਚ ਇਨਵੋਲਵ ਸੀਗੇ, ਉਸ ਅਸਲੀ ਗੁਰਮਤ ਦੇ ਨੁਕਤੇ ਨੂੰ ਸਮਝਦੇ ਨਹੀਂ ਸੀ, ਜਿਹਨੂੰ ਸੰਘਰਸ਼ ਕਹਿੰਦੇ ਆ, ਜਿਹਨੂੰ ਕੌਮ ਦੀ ਲੜਾਈ ਕਹਿੰਦੇ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਠੀਕ ਹੈ, ਜਾਂ ਜੇ ਉਹ ਸੀਗੇ ਤੇ ਮਗਰਲਿਆਂ ਨੇ ਉਹਨਾਂ ਦੇ ਨਾਂ ਦੇ ਉੱਤੇ ਲਾਹਾ ਲੈਣ ਦੀ ਕੋਸ਼ਿਸ਼ ਕੀਤੀ, ਦੋਨੇ ਕਾਰਨ, ਠੀਕ ਹੈ, ਭਈ ਉਹ ਨਹੀਂ ਤਾਂ ਇੱਦਾਂ ਹੋ ਨਹੀਂ ਸੀ ਸਕਦੀ। ਇੱਕੋ ਇੱਕ ਚੀਜ਼ ਜਿਹੜੀ ਆ, ਚਲੋ ਜਿਹੜੀ ਮੈਂ ਗੱਲ ਕਰਦਾ ਸੀ, ਜਿਹੜੇ ਬੰਦੇ ਇਸ ਸੁਭਾਅ ਵਾਲੇ ਆ ਉਹਨਾਂ ਦੇ ਉੱਤੇ ਅਸੀਂ ਨਹੀਂ ਨਿਯਮ ਲਾਗੂ ਕਰ ਸਕਦੇ, ਉਹਨਾਂ ਦੀ ਮਰਜ਼ੀ ਆ, ਜਿੱਦਾਂ ਮਰਜ਼ੀ ਟੱਕਰਾਂ ਮਾਰਨੀਆਂ ਆ, ਭਈ ਨਹੀਂ ਸਾਡੇ ਗੇੜ ਚ ਹੋਊਗਾ, ਅਸੀਂ ਨਹੀਂ ਆਉਂਦੇ, ਬਹੁਤ ਬੁਰਾ ਹੋਇਆ, ਅਸੀਂ ਲੈ ਲਾਂਗੇ ਇੱਕ ਦੋ ਮਿੰਟ ਦੇ ਵਿੱਚ, ਉਹਨਾਂ ਨੇ ਆਪਣਾ ਹੁਣਾ ਦਿਖਾ ਜਾਣਾ ਤੇ ਗੱਲ ਅਸੀਂ ਕੱਟ ਦਿਆਂਗੇ, ਠੀਕ ਹੈ। ਤੇ ਐਤਵਾਰ ਵਾਲੇ ਪ੍ਰੋਗਰਾਮ ਵਿੱਚ ਵੀ, ਬੁੱਧਵਾਰ ਵਾਲਾ ਪ੍ਰੋਗਰਾਮ ਜਿਹੜਾ ਆ ਹੁਣ ਇਸ ਬੁੱਧਵਾਰ ਤੋਂ ਲੈ ਕੇ, ਬੁੱਧਵਾਰ ਵੀਰਵਾਰ, ਉਹ ਅਸੀਂ ਮੰਗਲਵਾਰ ਵਾਲਾ ਪ੍ਰੋਗਰਾਮ ਥੋੜਾ ਚਿਰ ਨਹੀਂ ਕਰ ਸਕਾਂਗੇ, ਸਾਡਾ ਆਪਣਾ ਇੱਥੇ ਸਾਡੀ ਸਮੱਸਿਆ ਸਟੂਡੀਓ ਦੀ, ਸੋਮਵਾਰ ਮੰਗਲਵਾਰ ਸਾਨੂੰ ਚਾਹੀਦੇ ਆ, ਤੇ ਬੁੱਧਵਾਰ, ਤੇ ਪਹਿਲਾਂ ਤਾਂ ਸਾਡਾ ਲੱਗਦਾ ਸੀ ਸਾਨੂੰ ਬੁੱਧਵਾਰ ਵਾਲਾ ਵੀ ਨਹੀਂ ਕਰਿਆ ਜਾਣਾ, ਸਿਰਫ ਵੀਰਵਾਰ ਹੀ ਕਰਾਂਗੇ ਅਸੀਂ, ਪਰ ਹੁਣ ਬੁੱਧਵਾਰ ਅਸੀਂ ਖਿੱਚ ਧੂ ਕੇ ਕਰ ਲੈਣਾ ਆ, ਤੇ ਵੀਰਵਾਰ ਵੀ ਕਰ ਲਾਂਗੇ, ਸ਼ਨੀਵਾਰ ਤੇ ਐਤਵਾਰ, ਠੀਕ ਹੈ, ਇਹ ਹੋਊਗਾ, ਠੀਕ ਹੈ। ਸ਼ੁੱਕਰਵਾਰ ਪਹਿਲਾਂ ਹੀ ਅਸੀਂ ਫ੍ਰੀ ਰੱਖਿਆ, ਥੋੜਾ ਜਿਹਾ ਸਾਡੇ ਹੋਰ ਵੀ ਘਰਾਂ ਦੇ ਕੰਮ ਕਾਰ ਹੁੰਦੇ ਆ, ਤੇ ਹੁਣ ਬੁੱਧਵਾਰ ਨੂੰ ਅਸੀਂ ਫਿਰ ਉਹ ਜਿਹੜੀ ਜੀਤੇ ਵਾਲੀ ਇੱਕ ਪਹਿਲੀ ਵੀਡੀਓ ਅਸੀਂ ਕਰ ਰਹੇ ਹਾਂ, ਉਹਨੂੰ ਕਰਾਂਗੇ ਕੈਰੀ ਔਨ, ਤੇ ਹੁਣ ਜਿਹੜੀ ਖੰਡੇ ਦੇ ਨਾਲ ਉਹਦੀ ਗੱਲਬਾਤ ਹੋਈ ਹੋਵਾ, ਉਹਨੂੰ ਅਸੀਂ ਇੱਥੇ ਚਲਾਇਆ ਆ, ਉਹ ਕਰਾਂਗੇ। ਅੱਛਾ, ਆ ਜਿਹੜੀ ਨਾ ਗੱਲ ਮੈਂ ਕਰਨ ਲੱਗਾ ਸੀਗਾ, ਭਈ ਸਾਡਾ ਪੰਜਾਬੀਆਂ ਦਾ ਸੁਭਾਅ ਆ ਜਿਹੜਾ ਹਿੰਕੜ ਵਾਲਾ, ਭਈ ਅਸੀਂ ਬਹੁਤ ਇੱਦਾਂ ਖੱਬੀ ਖਾਨ ਹੁੰਦੇ, ਅਸੀਂ ਤਾਂ ਅਸੀਂ ਝੁਕਦੇ ਨੀ, ਅਸੀਂ ਗੁਲਾਮ ਨੀ ਹੈਗੇ, ਸਾਡੇ ਗਾਣੇ ਵੀ ਇੱਦਾਂ ਦੇ ਹੀ ਆ, ਹਨਾ, ਸਾਨੂੰ ਸਿੱਖ ਧਰਮ ਦੇ ਰਾਹੀਂ ਵੀ ਜਿਹੜੀਆਂ ਮਾਨਤਾਵਾਂ ਸਾਡੇ ਤੇ ਪਹੁੰਚਾਈਆਂ ਗਈਆਂ ਉਹ ਵੀ ਇੱਦਾਂ ਦੀਆਂ ਪਹੁੰਚਾਈਆਂ ਗਈਆਂ, ਠੀਕ ਹੈ। ਉਹਦੇ ਚ ਮੈਂ ਨਾ ਇੱਕ ਦਿਨ ਨਾਲ ਤਾਂ ਕੁਦਰਤੀ ਗੱਲ ਚੱਲ ਗਈ, ਕੱਲ ਪਰਸੋਂ ਇੱਦਾਂ ਮੈਂ ਬੈਠਾ ਸੋਚਦਾ ਸੀ ਵੀ ਜਿਹੜਾ ਇਹ ਗਰੁੱਪ ਆ, ਜਿਹੜੀ ਇਹ ਨਸਲ ਆ ਸਾਡੇ ਚ ਬੈਠੀ, ਭਈ ਅਸੀਂ ਗੁਲਾਮ ਨੀ ਕਿਸੇ ਦੇ ਹੈਗੇ, ਠੀਕ ਆ, ਅਸੀਂ ਝੁਕਦੇ ਨੀ ਕਿਸੇ ਅੱਗੇ, ਅਸੀਂ ਇੱਦਾਂ ਕਿਸੇ ਤੋਂ ਘੱਟ ਨੀ ਹੈਗੇ, ਠੀਕ ਆ, ਇਹ ਇਹ ਤਾਂ ਬਹੁਤ ਚੰਗੀ ਗੱਲ ਆ, ਠੀਕ ਹੈ, ਜੇ ਇਹ ਐਟੀਚਿਊਡ ਆ ਤੁਹਾਡਾ, ਹਾਂਜੀ, ਹਨਾ, ਹਾਂਜੀ, ਫਿਰ ਇਹ ਬੇਪਤ ਕਿਉਂ ਹੁੰਦੇ ਆ, ਇਹ ਨਸਲ ਜਿਹੜੀ ਆ ਨਾ, ਹਾਂਜੀ, ਇਹਨਾਂ ਨੂੰ ਦੇਖਿਓ, ਇਹ ਥਾਂ ਥਾਂ ਤੇ ਬੇਪਤ ਹੋਊਗੀ, ਹਰੇਕ ਜਿਹੜੀ, ਹਾਂ, ਹਰੇਕ ਜਗ੍ਹਾ ਤੇ, ਹਾਂਜੀ, ਠੀਕ ਹੈ। ਅੱਛਾ, ਉਹ ਕਰਦੇ ਕਰਦੇ ਨਾ ਮੈਂ ਸੋਚਣ ਲੱਗਿਆ ਤਾਂ ਮੇਰੇ ਦਿਮਾਗ ਚ ਇੱਕ ਗੱਲ ਆਈ ਭਈ ਜਿਹੜਾ ਵੈਸੇ ਵੀ ਅਸੀਂ ਉਹਦਾ ਗੱਲ ਕਰਦੇ ਹੁੰਦੇ ਹਾਂ ਭਈ ਜਿਹੜੀ ਨਾ ਹਿੰਕੜ ਆ, ਜਿਹੜੀ ਆਕੜ ਆ, ਜਿਹਨੂੰ ਖੁਦ ਮੁਖਤਿਆਰੀ ਕਹਿੰਦੇ ਅਸੀਂ, ਹਾਂਜੀ, ਜਦੋਂ ਉਹਦੇ ਨਾਲ ਸਵਾਰਥ ਜੁੜ ਜਾਂਦਾ, ਹਾਂਜੀ, ਤੇ ਹਾਲਤ ਬਹੁਤ ਪਤਲੀ ਹੁੰਦੀ ਆ ਤੁਹਾਡੀ, ਕਦੇ ਆਪਣੇ ਤੇ ਲਾ ਕੇ ਦੇਖ ਲਿਓ ਤੁਸੀਂ, ਉਹਦੇ ਚ ਕੀ ਆ ਭਈ ਜਿਹੜਾ ਅੰਦਰ ਤੁਹਾਡੇ ਉਹ ਹੰਕਾਰ ਵਾਲੀ ਵਿਰਤੀ ਆ, ਸਵੈ ਮਾਣ ਜਿਹਨੂੰ ਤੁਸੀਂ ਕਹਿੰਦੇ ਆ ਆਪਣਾ, ਹਾਂਜੀ, ਜਿਹਨੂੰ ਖੁਦ ਮੁਖਤਿਆਰੀ ਕਹਿੰਦੇ ਆ, ਜਿਹਨੂੰ ਆਜ਼ਾਦੀ ਕਹਿੰਦੇ ਆ, ਹਾਂਜੀ, ਜਿਹਨੂੰ ਕਹਿੰਦੇ ਵੀ ਮੈਂ ਝੁਕਦਾ ਨੀ ਕਿਸੇ ਅੱਗੇ, ਹਨਾ, ਵੀ ਮੈਂ ਤਾਂ ਡਟ ਜਾਂਦਾ ਸੱਚ ਦੇ ਉੱਤੇ, ਹਾਂਜੀ, ਜਿਹੜੀ ਉਹ ਬਿਰਤੀ ਆ, ਹਾਂਜੀ, ਉਹ ਬਿਰਤੀ ਤਾਂ ਤੁਹਾਨੂੰ ਇਕੱਲਾ ਨਿਰਾਲਾ ਉੱਚਾ ਰੱਖਣਾ ਚਾਹੁੰਦੀ ਆ, ਹਨਾ, ਹਾਂਜੀ, ਪਰ ਜਿਹੜਾ ਸਵਾਰਥ ਆ, ਹਾਂਜੀ, ਉਹ ਕਹਿੰਦਾ ਆ ਵੀ ਕੋਈ ਗੱਲ ਨੀ, ਕੰਮ ਨਿਕਲਦਾ ਆ, ਕੱਢ ਲਓ, ਕੰਮ ਤਾਂ ਕੱਢਣਾ, ਤੂੰ ਸਦਾਈ ਕਾਤੇ ਹੋਇਆ ਆ, ਆਕੜ ਆਪਣੀ ਥਾਂ ਆ, ਉਹ ਤਾਂ ਰੱਖਣੀ ਹੀ ਆਪਾਂ, ਹਾਂਜੀ, ਹਨਾ, ਨਾਲੇ ਜੇ ਮੈਂ ਅੰਗਰੇਜ਼ ਨੂੰ ਕਹੂੰਗਾ, ਹਾਂਜੀ, ਭਈ ਯਾਰ ਤੇਰੇ ਤੋਂ ਬਿਨਾਂ ਨੀ ਮੇਰਾ ਸਰਦਾ, ਕਿਸੇ ਨੂੰ ਕੀ ਪਤਾ ਬਾਹਰ, ਤੈਨੂੰ ਤਾਂ ਮੈਂ ਇੱਦਾਂ ਕਹਿਣਾ ਨਾ ਭਈ ਭਈ ਮੈਂ ਬਹੁਤ ਦੁਨੀਆ ਦੇਖੀ ਆ ਜਾਣੀ, ਹਾਂਜੀ, ਹਨਾ, ਤੇ ਮੈਨੂੰ ਜਦੋਂ ਨਾ ਮੈਂ ਤੈਨੂੰ ਦੇਖਦਾ ਮੈਨੂੰ ਆਪਣੇ ਪਿਤਾ ਜੀ ਦੀ ਯਾਦ ਆ ਜਾਂਦੀ, ਏਦਾਂ ਦਾ ਸੁਭਾਅ ਉਹਨਾਂ ਦਾ ਹੁੰਦਾ ਸੀ, ਹਾਂਜੀ, ਭਈ ਹਰੇਕ ਦੀ ਮਦਦ ਕਰਨੀ ਵੀ ਅੜ ਜਾਣਾ ਜਾਣੀ,
ਤਾਂ ਹੀ ਮੈਂ ਦੇਖਦਾ ਵੀ ਇੰਨੇ ਲੋਕ ਤੇਰੇ ਨਾਲ ਇੱਦਾਂ ਜੁੜ ਕਿੱਦਾਂ ਗਏ ਤੇ ਤੂੰ ਹਰੇਕ ਜਣਾ ਤੇਰੇ ਲਈ ਤੂੰ ਨਹੀਂ ਵੀ ਹੁੰਦਾ ਫਿਰ ਵੀ ਅਗਲੇ ਲੜਨ ਲਈ ਤਿਆਰ ਹੁੰਦੇ ਆ ਮਤਲਬ ਏਦਾਂ ਕਹਿ ਕੇ ਮੈਂ ਕਰੂੰਗਾ ਹਨਾ ਉਹਦੇ ਨਾਲ ਉਹਦੇ ਨਾਲ ਆਪਣੇ ਆਪ ਨੂੰ ਇੱਦਾਂ ਪੇਸ਼ ਕਰੂੰਗਾ ਵੀ ਮੈਂ ਤਾਂ ਇੰਸਪਾਇਰ ਹਾਂ ਠੀਕ ਹੈ ਫਿਰ ਮੈਂ ਕੰਮ ਲੈਣ ਦੀ ਕੋਸ਼ਿਸ਼ ਕਰੂੰਗਾ ਹੁਣ ਜਿਹੜੀ ਉਹ ਬਿਰਤੀ ਆ ਜਿਹੜਾ ਉਹ ਪੱਖ ਹੈ ਤੁਹਾਡਾ ਉਹ ਹੈਗਾ ਕਿਸੇ ਦੇ ਨਾਲ ਕਿਸੇ ਇੱਕ ਨਾਲ ਤੇ ਬਾਕੀ ਸਾਰਿਆਂ ਦੇ ਨਾਲ ਬਹੁ ਗਿਣਤੀ ਦੇ ਨਾਲ ਮੈਂ ਇੱਦਾਂ ਫਿਰਦਾ ਆ ਭਾਈ ਮੈਂ ਘੱਟ ਆ ਕਿਸੇ ਤੋਂ ਠੀਕ ਹੈ ਅੱਛਾ ਹੁਣ ਇੱਕ ਸਟੇਜ ਆਉਂਦੀ ਆ ਜਦੋਂ ਕੰਮ ਜਿਹੜਾ ਆ ਉਹ ਪੂਰਾ ਹੋ ਗਿਆ ਠੀਕ ਹੈ ਪਰ ਉਹ ਜਿਹੜੀ ਜਿਹੜੀ ਦੂਜੀ ਬਿਰਤੀ ਆ ਹਿੰਕੜ ਵਾਲੀ ਆ ਉਹ ਉੱਥੇ ਖੜੀ ਆ ਫਿਰ ਕੀ ਹੋਊਗਾ ਫਿਰ ਹੁਣ ਹੁਣ ਜਿਹੜੀਆਂ ਉਹ ਗੱਲਾਂ ਕੀਤੀਆਂ ਆ ਜਦੋਂ ਤੇ ਸਾਹਮਣੇ ਆਉਣਾ ਮੇਰੇ ਮੈਨੂੰ ਚੁੱਭਣੀਆਂ ਬਹੁਤ ਲੱਗਣੀਆਂ ਕਿਉਂਕਿ ਜਿਹੜਾ ਜਿਹੜੀ ਆਕੜ ਤਾਂ ਪਹਿਲੇ ਸੱਤਵੇਂ ਸਮਾਨ ਨੂੰ ਛੂੰਦੀ ਸੀ ਹਨਾ ਹੁਣ ਮੇਰਾ ਕੰਮ ਹੋ ਗਿਆ ਮੰਨ ਲਓ ਮੈਂ ਪੱਕਾ ਹੋਣਾ ਮੈਂ ਕਿਸੇ ਕੋਈ ਭਰਾ ਦਾ ਰਿਸ਼ਤਾ ਕਰਾਉਣਾ ਕੋਈ ਡੱਬਰ ਨੂੰ ਬਾਹਰ ਸੱਦਣਾ ਕੋਈ ਕੰਮ ਮੈਂ ਕਰਜ਼ਾ ਲੈ ਕੇ ਪੈਸੇ ਉਧਾਰ ਲੈ ਕੇ ਬਿਜ਼ਨਸ ਸ਼ੁਰੂ ਕਰਨਾ ਘਰ ਲੈਣਾ ਮੈਂ ਕਾਰ ਲੈਣੀ ਆ ਹਨਾ ਕਿਸੇ ਬੰਦੇ ਨਾਲ ਅਪਰੋਚ ਕਰਾਉਣੀ ਮੈਂ ਇਮੀਗ੍ਰੇਸ਼ਨ ਤੇ ਮੇਰੀ ਪਹੁੰਚ ਨਹੀਂ ਹੋ ਰਹੀ ਤੈਨੂੰ ਜਾਣਦੇ ਬੰਦੇ ਹਨਾ ਉਹ ਕੰਮ ਮੇਰਾ ਹੋ ਗਿਆ ਠੀਕ ਹੈ ਹੁਣ ਜਿਹੜਾ ਕੰਮ ਹੋਇਆ ਆ ਉਹ ਤੇਰੇ ਤਾਂ ਮੇਰੇ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਹਾਂਜੀ ਠੀਕ ਹੈ ਠੀਕ ਹੈ ਹੁਣ ਬਾਕੀਆਂ ਦੇ ਵਿੱਚ ਮੇਰੀ ਆਕੜ ਬਰਕਰਾਰ ਆ ਹੁਣ ਉੱਥੇ ਕੁਰਬਾਨੀ ਕਾਹਦੀ ਕਰੂੰਗਾ ਮੈਂ ਕੀ ਮੈਂ ਉਹ ਆਕੜ ਦੀ ਕੁਰਬਾਨੀ ਕਰਕੇ ਸਾਰਿਆਂ ਨੂੰ ਇਹ ਦੱਸੂਗਾ ਵੀ ਯਾਰ ਵੀ ਆਹ ਬੰਦਾ ਆ ਜਿਹਦੇ ਕੋਲੋਂ ਮੈਂ ਜਿਹਨ ਮੇਰੀ ਜ਼ਿੰਦਗੀ ਮੈਨੂੰ ਰੱਖ ਲਿਆ ਜਾਣੀ ਇਹ ਕਰੂੰਗਾ ਜਾਂ ਉਹ ਇੱਕ ਦੇ ਨਾਲ ਮੈਂ ਲੜੂੰਗਾ ਜਿਹੜਾ ਆਪਣੇ ਬੰਦਿਆਂ ਦਾ ਸੁਭਾਅ ਆ ਉਹਦੇ ਵਿੱਚ ਤੈਅ ਹੁੰਦਾ ਵੀ ਮੇਰੇ ਨਾਲ ਲੜੋਗੇ ਨਹੀਂ ਜੇ ਕਿਸੇ ਦਾ ਵੀ ਹੋਵੇ ਨਹੀਂ ਕਿਸੇ ਦਾ ਵੀ ਉਹਦੇ ਵਿੱਚ ਪਤਾ ਕੀ ਹੋਣਾ ਜਿਹਦੇ ਤੁਸੀਂ ਇਹ ਦੇਖਣਾ ਹੈ ਨਾ ਵੀ ਹਾਂ ਗੋਰੀਆਂ ਚ ਇੱਦਾਂ ਹੈਗਾ ਆਸਾਨ ਮੰਨਣੇ ਵਾਲਾ ਉਹ ਫਿਰ ਆਕੜ ਵਿੱਚ ਨਹੀਂ ਜੀਂਦੇ ਉਹਦੇ ਵਿੱਚ ਉਹ ਆਕੜ ਦੀ ਜਗ੍ਹਾ ਜਿਹੜਾ ਸਵੈਮਾਨ ਆ ਨਾ ਉਹ ਨਿਮਰਤਾ ਵਾਲਾ ਪੱਖ ਲੈ ਕੇ ਬੈਠਾ ਹੁੰਦਾ ਉਹਦੇ ਵਿੱਚ ਕੀ ਆ ਉਹਦੇ ਵਿੱਚ ਫਿਰ ਜਿੱਦਾਂ ਜਿੱਦਾਂ ਉਹਨਾਂ ਦਾ ਆਪਣਾ ਜਿੱਦਾਂ ਇੱਕ ਪਾਸਿਓਂ ਉਹਨਾਂ ਨੂੰ ਸਪਲਾਈ ਹੋ ਰਹੀ ਆ ਉੱਦਾਂ ਹੀ ਉਹ ਨਿਕਾਸੀ ਕਰ ਰਹੇ ਆ ਹੁਣ ਜਿਹੜੀ ਜਿਹਦੀ ਮੈਂ ਗੱਲ ਕਰਦਾ ਉਹ ਜਿਹੜੀ ਉਹਨੂੰ ਸਪਲਾਈ ਹੋ ਰਹੀ ਆ ਉਹ ਕਮੀਨਗੀ ਦੇ ਨਾਲ ਸਵਾਰਥ ਪੂਰਾ ਕਰ ਰਿਹਾ ਹੈ ਜਿਹੜੀ ਨਿਕਾਸੀ ਕਰ ਰਿਹਾ ਆ ਉਹ ਹਿੰਕੜਬਾਜ਼ ਵਾਲੀ ਕਰ ਰਿਹਾ ਹੈ ਬਸ ਠੀਕ ਹੈ ਉਹ ਦੂਜਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਇੱਕ ਬੰਦੇ ਨੂੰ ਹਾਕਮ ਸਮਝ ਕੇ ਉਹਦੇ ਮੋਹਰੇ ਉਦੋਂ ਝੁਕਦੇ ਆ ਤੁਸੀਂ ਜਦੋਂ ਤੁਸੀਂ ਸਾਰਿਆਂ ਨੂੰ ਗੁਲਾਮ ਬਣਾ ਕੇ ਦਬਾ ਕੇ ਰੱਖਣ ਦੀ ਬਿਰਤੀ ਰੱਖਦੇ ਇੱਦਾਂ ਹੀ ਹੈ ਠੀਕ ਹੈ ਜੇ ਬਰਾਬਰੀ ਵਾਲਾ ਰਿਸ਼ਤਾ ਹੈ ਨਾ ਤੁਹਾਡਾ ਫਿਰ ਨਾ ਤਾਂ ਤੁਸੀਂ ਉਹਨਾਂ ਦੇ ਮੋਹਰੇ ਆਕੜ ਨਾ ਜੀਓਗੇ ਨਾ ਇੱਕ ਥਾਂ ਤੇ ਡਿੱਗੋਗੇ ਕੰਮ ਹੋਈ ਜਾਣੇ ਫਿਰ ਜਦੋਂ ਕੰਮ ਹੋਣਾ ਤੁਹਾਡਾ ਜਦੋਂ ਤੁਹਾਡਾ ਮਤਲਬ ਪੂਰਾ ਹੋਣ ਲੱਗਿਆ ਮਤਲਬ ਸਵਾਰਥ ਹੋ ਗਿਆ ਪੂਰਾ ਫਿਰ ਤੁਸੀਂ ਇੱਕ ਐਸੇ ਭਾਵ ਦੇ ਵਿੱਚ ਜਾਣਾ ਆਪਣੇ ਆਪ ਦੇ ਵਿੱਚ ਤੁਹਾਨੂੰ ਏਦਾਂ ਇੱਕ ਆਸਾਨ ਥੱਲੇ ਦੱਬੇ ਜਾਣਾ ਤੁਸੀਂ ਤੁਹਾਡੇ ਅੰਦਰ ਇੱਕ ਐਸਾ ਕੈਮੀਕਲ ਪੈਦਾ ਹੁੰਦਾ ਜਿਹੜਾ ਤੁਹਾਨੂੰ ਇਹ ਸੁਨੇਹਾ ਦਿੰਦਾ ਵੀ ਯਾਰ ਮੇਰੀ ਕੀ ਹੈਸੀਅਤ ਸੀ ਮੈਂ ਯੋਗਤਾ ਨਹੀਂ ਸੀ ਰੱਖਦਾ ਮੈਂ ਇਹਦੇ ਲਈ ਕੀਤਾ ਵੀ ਕੁਛ ਨਹੀਂ ਇਹਨੂੰ ਮੇਰੇ ਲਈ ਇੰਨਾ ਕੁਛ ਕਰ ਦਿੱਤਾ ਹੁਣ ਜਿਹੜੇ ਇਹ ਬੰਦੇ ਆ ਇਹ ਤਾਂ ਮੇਰੇ ਲਈ ਇੰਨਾ ਕੁਛ ਕਰ ਰਹੇ ਆ ਮੈਂ ਇਹਨਾਂ ਲਈ ਕੀ ਕਿਉਂ ਨਹੀਂ ਕਰ ਸਕਦਾ ਕੁਛ ਮੇਰੇ ਕੋਲ ਕੁਛ ਵੀ ਨਹੀਂ ਸੀਗਾ ਫਿਰ ਵੀ ਮੇਰਾ ਸਰ ਗਿਆ ਅੱਜ ਮੇਰੇ ਕੋਲ ਸਭ ਕੁਛ ਆ ਮੈਂ ਕਿਉਂ ਨਾ ਕਰਾਂ ਉਹ ਫਿਰ ਜਿੱਦਾਂ ਦੀ ਸਪਲਾਈ ਆਉਂਦੀ ਆ ਉਹਨੂੰ ਕਈ ਗੁਣਾ ਬਣਾ ਕੇ ਗਾਹਾਂ ਦਿੰਦੇ ਆ ਜਿੱਥੇ ਵੀ ਭਲਾ ਹੋ ਸਕਦਾ ਉਹ ਕਰਨ ਦੀ ਕੋਸ਼ਿਸ਼ ਕਰਦੇ ਉੱਥੇ ਕੋਈ ਰਿਸ਼ਤਾ ਨਹੀਂ ਹੁੰਦਾ ਜਿਹੜੀ ਗੱਲ ਤੂੰ ਕਹਿਣਾ ਠੀਕ ਹੈ ਨਹੀਂ ਤਾਂ ਜਿਹੜਾ ਜਿਹੜਾ ਸਾਡੇ ਬੰਦਿਆਂ ਦਾ ਸੁਭਾਅ ਹੈ ਨਾ ਜਦੋਂ ਝੁਕਦੇ ਆ ਜਿਹੜੇ ਗਧੇ ਨੂੰ ਬਾਪ ਬਣਾਉਂਦੇ ਆ ਉਹ ਹਮੇਸ਼ਾ ਬਾਪ ਨੂੰ ਗਧਾ ਬਣਾਉਂਗੇ ਬਿਲਕੁਲ ਏਦਾਂ ਹੀ ਠੀਕ ਹੈ ਹੁਣ ਇਹ ਜੇ ਤੁਸੀਂ ਧਿਆਨ ਨਾਲ ਦੇਖ ਲਓ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਜ਼ਿੰਦਗੀ ਦਾ ਜਿੰਨਾ ਮਰਜ਼ੀ ਵੱਡਾ ਗੁਣ ਆ ਤੁਹਾਡੀ ਤੁਹਾਡੀ ਆਪਣੀ ਪਰਸਨੈਲਿਟੀ ਦੇ ਵਿੱਚ ਕਿਸੇ ਦੇ ਵਿੱਚ ਜਦੋਂ ਉੱਥੇ ਆ ਕੇ ਸਵਾਰਥ ਖੜ ਗਿਆ ਨਾ ਠੀਕ ਹੈ ਮੰਨ ਲਓ ਕੋਈ ਬੰਦਾ ਬਹੁਤ ਕੁਰਬਾਨੀ ਵਾਲਾ ਹੈ ਬਹੁਤ ਵਫਾਦਾਰ ਆ ਠੀਕ ਹੈ
ਠੀਕ ਹੈ, ਬਹੁਤ ਤਿਆਗ ਕਰਨੇ ਵਾਲਾ ਆ, ਠੀਕ ਹੈ, ਠੀਕ ਹੈ, ਬਹੁਤ ਜ਼ਿਆਦਾ ਪੈਸਾ ਖਰਚ ਦਿੰਦਾ ਆ, ਠੀਕ ਹੈ, ਬਹੁਤ ਵੱਡਾ ਦਇਆਵਾਨ ਆ, ਕੋਈ ਵੀ ਗੁਣ ਹੋਵੇ, ਹਾਂਜੀ, ਗੁਣ ਜਿੱਡਾ ਮਰਜ਼ੀ ਵੱਡਾ ਹੋਵੇ, ਜਦੋਂ ਸਵਾਰਥ ਆਊਗਾ ਨਾ ਉੱਥੇ, ਹਾਂਜੀ, ਉਹ ਗੁਣ ਢੱਕਿਆ ਜਾਣਾ, ਠੀਕ ਹੈ, ਸਵਾਰਥ ਇਹੋ ਜਿਹਾ ਉਗਣਿਆ, ਜਾਣੀ ਇੰਨਾ ਵੱਡਾ ਉਗਣਿਆ, ਇਹ ਕਿਸੇ ਵੀ ਜਿਹੜਾ ਜਿਹੜਾ ਜਿੱਦਾਂ ਸਾਹਸ ਆ, ਹੌਸਲਾ ਆ, ਹਨਾ, ਉਹ ਕਿਸੇ ਵੀ ਗੁਣ ਦੇ ਨਾਲ ਮਿਲ ਜਾਵੇ, ਹੁਣ ਤੁਹਾਡੇ ਅੰਦਰ ਦਇਆ ਕਰਨ ਦੀ ਬਿਰਤੀ ਆ, ਉਹਦੇ ਨਾਲ ਹੌਸਲਾ ਮਿਲ ਜਾਵੇ, ਉਹ ਕਿੰਨੇ ਗੁਣਾ ਬਣ ਜਾਣੀ ਹੈ, ਠੀਕ ਹੈ, ਜੇ ਜੇ ਮਤਲਬ 100 ਬੰਦਾ ਇੱਕ ਨੂੰ ਘੁੱਟ ਰਿਹਾ ਆ, ਹਨਾ, ਉਹ ਤੁਹਾਡੇ ਅੰਦਰ ਦਇਆ ਹੈਗੀ ਆ, ਤੇ ਜੇ ਉਹਦੇ ਨਾਲ ਹੌਸਲਾ ਮਿਲ ਗਿਆ, ਤੁਸੀਂ 100 ਨਾਲ ਭਿੜ ਜਾਣਾ, ਠੀਕ ਹੈ, ਠੀਕ ਹੈ, ਇੱਦਾਂ ਹੀ ਇਹ ਜਿਹੜਾ ਜਿੱਦਾਂ ਹੌਸਲਾ ਆ, ਉਹ ਕਿਸੇ ਵੀ ਗੁਣ ਨਾਲ ਮਿਲ ਜਾਵੇ ਤੇ ਉਹਨੂੰ ਕਈ ਗੁਣਾ ਬਣਾ ਦਿੰਦਾ ਆ, ਇੱਦਾਂ ਹੀ ਸਵਾਰਥ ਕਿਸੇ ਵੀ ਗੁਣ ਦੇ ਨਾਲ, ਗੁਣ ਦੇ ਨਾਲ ਜੁੜ ਗਿਆ ਜਦੋਂ, ਤੇ ਉਹਨੂੰ ਕਈ ਗੁਣਾ ਛੋਟਾ ਕਰ ਦਿੰਦਾ, ਫਿਰ ਉਹ ਲੜਾਈ ਵਾਲੇ ਮਸਲੇ ਚ ਮੈਂ ਇਹ ਦੇਖਣਾ ਸੀ ਯਾਰ ਵੀ 100 ਦੇ ਪਿੱਛੇ ਮੈਂ ਕੀ ਆ, ਸਵਾਰਥ ਨਹੀਂ ਪੂਰਾ ਹੋ ਰਿਹਾ, ਆਪ ਆ ਜਾਣਾ, ਸਵਾਰਥ ਨਹੀਂ ਪੂਰਾ, ਵੈਸੇ ਵੀ ਨਾ ਜਿਹੜੀ ਤੁਸੀਂ ਆ ਗੱਲ ਕਰਦੇ ਸੀ ਨਾ, ਮੈਨੂੰ ਉਦਾਂ ਹੁਣ ਸਾਰੇ ਜਿਹੜੇ ਨਾ ਜਦੋਂ ਸਾਡੇ ਬੰਦੇ ਆਪਣੇ ਇੰਡੀਆ ਦੇ ਵਿੱਚ ਮੁਜ਼ਾਹਰੇ ਹੁੰਦੇ ਆ, ਈਵਨ ਜਦੋਂ ਪੰਥਪ੍ਰੀਤ ਨੇ ਵੀ ਬਰਗਾੜੀ ਦੇ ਵਿੱਚ ਜਾ ਕੇ ਦਾ ਮੋਰਚਾ ਲਾਇਆ ਸੀ, ਹਾਂਜੀ, ਹੁਣ ਉੱਥੇ ਬਹੁ ਗਿਣਤੀ ਆ, ਬਹੁ ਗਿਣਤੀ ਦੇ ਉੱਤੇ ਉਹਨਾਂ ਨੇ ਦਬਦਬਾ ਪਾਉਣਾ, ਉੱਥੇ ਕਿੱਦਾਂ ਵੀ ਕਿਹੜੇ ਹਾਕਮਾਂ ਵਾਂਗ, ਇੱਦਾਂ ਨੀ ਕਰਦੇ, ਫਲਾਨਾ ਨੀ ਕਰਦੇ, ਧਮਕਾਨਾ ਨੀ ਕਰਦੇ, ਪਰ ਜਦੋਂ ਇਹ ਬੰਦੇ ਇੰਡੀਵਿਜੁਅਲੀ ਇਹਨਾਂ ਦੀਆਂ ਡੀਲਾਂ ਹੁੰਦੀਆਂ ਆ, ਉਦੋਂ ਸਾਰਾ ਕੁਝ ਡਿਫਰੈਂਟ ਹੁੰਦਾ ਆ, ਉਦੋਂ ਸਾਨੂੰ ਬਾਹਰ ਆ ਕੇ ਫੇਰ ਵੀ ਸਾਨੂੰ ਪਤਾ ਥੋੜੀ ਲੱਗਦਾ, ਕਿਉਂਕਿ ਉਹ ਦੋ ਬੰਦਿਆਂ ਦੇ ਵਿੱਚ ਹੋ ਰਹੀ ਹੁੰਦੀ ਹੈ ਨਾ ਗੱਲ, ਉਹ ਸਾਨੂੰ ਪਤਾ ਨੀ ਲੱਗਦਾ, ਬਾਹਰ ਆ ਕੇ ਫੇਰ ਹਾਕਮਾਂ ਵਾਂਗ ਹੀ ਵੀ ਕਰਦੇ ਆ, ਅਸਲ ਦੇ ਵਿੱਚ ਚਾਹੀਦਾ ਸਾਡੇ ਬੰਦਿਆਂ ਨੂੰ ਇਦਾਂ ਦਾ ਆ, ਜਿਹੜਾ ਸਾਡੇ ਬੰਦਿਆਂ ਦਾ ਖਾਸ ਕਰਕੇ ਰਵੱਈਆ ਆ, ਵੀ ਜਿਹੜਾ ਭੀੜ ਦੇ ਵਿੱਚ ਉਹ ਭਾਸ਼ਣਬਾਜ਼ੀ ਕਰਦੇ ਆ, ਉਹ ਹੋਣੀ ਚਾਹੀਦੀ ਇਕੱਲਿਆਂ ਵਿੱਚ ਇਦਾਂ, ਤੇ ਜਿਹੜੀ ਕਰਦੇ ਇਕੱਲਿਆਂ ਦੇ ਵਿੱਚ ਉਹ ਭੀੜ ਦੇ ਵਿੱਚ ਸਾਹਮਣੇ ਹੋਣੀ ਚਾਹੀਦੀ, ਉੱਥੇ ਜਾ ਕੇ ਭੀੜ, ਹੁਣ ਜੇ ਪੰਥਪ੍ਰੀਤ ਵਰਗਿਆਂ ਦੀ ਆਪਾਂ ਉਹਨਾਂ ਦੀ ਵੀ ਗੱਲ ਕਰੀਏ, ਉਹ ਭੀੜ ਦੇ ਵਿੱਚ ਇਹ ਸੁਨੇਹਾ ਦਿੰਦੇ ਵੀ ਸਾਡੀ ਨੀ ਭਰਾਵੋ ਕੋਈ ਕਾਸਟ ਹੈਗੀ ਇਦਾਂ ਦੀ, ਆਪਾਂ ਸਹਿਮ ਦੇ ਵਿੱਚ ਰਹੀਏ, ਤੇ ਜਿਹੜੀਆਂ ਬਾਹਰ ਧਮਕੀਆਂ ਦੇ ਰਹੀ ਸੀ ਉਹ ਬਹਿ ਕੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਦੇ ਵੀ ਤੁਸੀਂ ਕੀ ਹੋਗਾ, ਉਹ ਕਰਦੇ ਪਰ ਹੋ ਉਲਟ ਰਿਹਾ ਆ, ਉਹ ਉਲਟ ਰਿਹਾ ਸਾਰਾ ਕੁਝ, ਜਦੋਂ ਤੁਸੀਂ ਬਾਹਰ ਮੁਖੀ ਹੋ ਕੇ ਜੀਣਾ ਹੈ ਨਾ, ਉਦੋਂ ਇਦਾਂ ਹੀ ਕਰਦਾ ਬੰਦਾ, ਠੀਕ ਹੈ, ਪਰ ਅਸਲ ਬਿਰਤੀ ਜਿਹੜੀ ਆ, ਜਿਹੜੀ ਸਮੱਸਿਆ ਆ ਸਾਡੀ, ਉਹ ਇਸੇ ਕਰਕੇ ਆ ਵੀ ਅਸੀਂ ਅੰਦਰੋਂ ਡਰੇ ਹੋਏ ਆ, ਅਸਲੀਅਤ ਜਾਣਦੇ ਆ, ਠੀਕ ਆ, ਕਿਉਂਕਿ ਫਰੇਬੀ ਆ, ਝੂਠੇ ਆ, ਅਕ੍ਰਿਤ ਘਣੇ ਆ, ਮਕਾਰੇ ਆ, ਸਵਾਰਥੀ ਆ, ਠੀਕ ਆ, ਅੱਛਾ, ਹੁਣ ਉਹ ਸਾਰਾ ਕੁਛ ਜਿਹੜਾ ਆ, ਜਿਹੜਾ ਪਤਾ ਆ ਸਾਨੂੰ, ਉਹ ਅਸੀਂ ਚਾਹੁੰਦੇ ਵੀ ਕਿਸੇ ਨੂੰ ਨਾ ਪਤਾ ਲੱਗ ਜਾਏ, ਉਹਨੂੰ ਲੁਕੋ ਕੇ ਰੱਖਣਾ ਚਾਹੁੰਦੇ ਆ, ਉਹ ਲੁਕਾਉਂਦਿਆਂ ਲੁਕਾਉਂਦਿਆਂ ਤੇ ਨਾਲ ਉਹ ਕੱਲਾ ਲੁਕਾਉਣਾ ਤਾਂ ਸਰ ਨੀ ਜਾਣਾ, ਫਿਰ ਕੁਛ ਦਿਖਾਉਣਾ ਵੀ ਆ ਬਾਹਰੋਂ, ਉਹ ਜਿਹੜਾ ਇੱਕ ਪਾਸ ਇੱਕ ਹਿੱਸਾ ਤੁਹਾਡੀ ਐਨਰਜੀ ਦਾ ਉਹ ਔਗਣਾ ਨੂੰ ਲੁਕਾਉਣ ਤੇ ਲੱਗ ਰਿਹਾ ਆ, ਤੇ ਇੱਕ ਬਹੁਤ ਵੱਡਾ ਹਿੱਸਾ ਜੋ ਤੁਹਾਡੇ ਕੋਲ ਹੈ ਨੀ ਉਹ ਦਿਖਾਉਣ ਤੇ ਲੱਗ ਰਿਹਾ, ਉਹ ਬਣਨ ਤੇ ਲੱਗ ਰਿਹਾ, ਠੀਕ ਹੈ, ਹੁਣ ਉਹ ਮਨੋਵਿਗਿਆਨਿਕ ਕਹਿੰਦੇ ਆ ਵੀ ਬੰਦਾ ਅੰਦਰੋਂ ਡਰਪੋਕ ਹੁੰਦਾ ਜਾਂਦਾ ਆ ਤੇ ਬਾਹਰੋਂ ਪਖੰਡੀ ਹੁੰਦਾ ਜਾਂਦਾ, ਠੀਕ ਹੈ, ਠੀਕ ਹੈ, ਜਿਹੜਾ ਬੰਦਾ ਅੰਦਰੋਂ ਡਰਪੋਕ ਆ ਬਾਹਰੋਂ ਪਖੰਡ ਕਰ ਰਿਹਾ ਦਲੇਰ ਹੋਣ ਤੇ, ਉਹਦਾ ਪ੍ਰੈਕਟੀਕਲੀ ਦੇਖੋ ਉਹਦਾ ਕੀ ਬਣੂਗਾ, ਸ਼ਬਦ ਉਹਦੇ ਕਾਰੋਬਾਰ ਜਿਹੜੀਆਂ ਕੰਮ ਹੋਣ ਉਹਨਾਂ ਦੇ ਨਾਲ ਮੇਲ ਨੀ ਖਾਣਗੇ, ਉਹਦੇ ਸਰੀਰ ਨਾਲ ਵੀ, ਸਰੀਰ ਦੀ ਹਰਕਤ ਨਾਲ ਵੀ ਮੇਲ ਨੀ ਖਾਣੇ, ਫਿਰ ਉਹ ਬੇਨਤੀ ਵੀ ਏਦਾਂ ਹੋ ਜਾਣੀ ਤੇ ਧਮਕੀ ਵੀ ਏਦਾਂ ਹੋ ਜਾਣੀ, ਉਹਦੀਆਂ ਅੱਖਾਂ ਨੇ ਜੋ ਉਹਦੇ ਮੂੰਹ ਚ ਸ਼ਬਦ ਨਿਕਲ ਰਹੇ ਹੋਣੇ ਆ ਉਹ ਅੱਖਾਂ ਚ ਨੀ ਹੋਣੇ, ਮੂੰਹੋਂ ਕਹਿਣਾ ਵੀ ਮੈਂ ਅਕਲ ਦੇ ਦੂੰ ਤੈਨੂੰ, ਹਨਾ, ਉਹਦੀਆਂ ਅੱਖਾਂ ਨੇ ਕਹਿਣਾ ਵੀ ਕਿਤੇ ਮੈਨੂੰ ਹੱਥ ਨਾ ਪਾ ਲਵੇ, ਠੀਕ ਹੈ, ਠੀਕ ਹੈ, ਦਿਮਾਗ ਨੇ ਕਹਿ ਰਿਹਾ ਹੋਣਾ ਵੀ ਦੌੜਨਾ ਕਿੱਦਾਂ ਇੱਥੋਂ, ਉਹ ਸਾਥ ਨਹੀਂ ਦੇਣਾ, ਉਹ ਇਹ ਚੀਜ਼ ਬੜੀ ਜ਼ਰੂਰੀ ਆ ਜੀ, ਜੇ ਤੁਸੀਂ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਦੇਖ ਲਓਗੇ, ਕਿਉਂਕਿ ਇਹ ਗੱਲਾਂ ਜਦੋਂ ਬਾਹਰੋਂ ਅਸੀਂ ਸਰਟੀਫਿਕੇਟ ਲੈਂਦੇ ਹਾਂ ਨਾ, ਕੋਈ ਨੀ ਧਰਤੀ ਦੇ ਉੱਤੇ ਜਿਹੜਾ ਬਾਹਰੋਂ ਸਰਟੀਫਿਕੇਟ ਦੇ ਦੇਵੇ ਸਾਨੂੰ,
ਠੀਕ ਹੈ, ਸਾਨੂੰ ਕੱਲਿਆਂ ਨੂੰ ਆਪਣੇ ਆਪ ਦੇ ਨਾਲ ਬੈਠ ਕੇ ਸਾਨੂੰ ਕਰਨਾ ਪੈਣਾ ਆਪਣਾ ਜਿਹੜਾ ਹੈਗਾ ਆ, ਵੀ ਆਪਣੇ ਆਪ ਨੂੰ ਸਵਾਰਨਾ ਹੈ, ਜਿਹੜਾ ਜਿਹੜਾ ਹੈਗਾ ਮਨ ਨੂੰ ਜਿੱਤਣਾ ਆ, ਉਹ ਚੀਜ਼ ਆ ਇਹ। ਤੇ ਜਦੋਂ ਇਹ ਹੋਣੀ ਸ਼ੁਰੂ ਹੋ ਗਈ, ਫਿਰ ਜਿਹੜੇ ਬਾਕੀ ਮਸਲੇ ਆ ਉਹ ਹੱਲ ਹੋਣੇ ਸ਼ੁਰੂ ਹੋ ਜਾਣੇ। ਠੀਕ ਹੈ ਜੀ, ਤੇ ਗੱਲ ਹੁਣ ਆਪਾਂ ਜਿਹੜੀ ਆ ਉਹ ਜੀਤੇ ਦੀ ਵੀਡੀਓ ਵਾਲੀ, ਹਾਂਜੀ, ਉਹ ਸ਼ੁਰੂ ਕਰ ਲੈਂਦੇ ਹਾਂ। ਮੈਸੇਜ ਆਇਆ ਸੀਗਾ ਜੀ, ਮੈਂ ਨਾਲ ਦੀ ਨਾਲ ਉਹ ਧਿਆਨ ਮੇਰਾ ਉੱਧਰ ਚੱਲ ਗਿਆ ਦੇਖਣ ਤੇ। ਤੇ ਵੀਡੀਓ ਆਪਾਂ ਸ਼ੁਰੂ ਕਰ ਲੈਣੀ ਆ, ਉਹਦੇ ਵਿੱਚ ਜਿੱਥੇ ਜਿੱਥੇ ਸਾਨੂੰ ਲੱਗਦਾ ਹੋਇਆ ਉੱਥੇ ਟਿੱਪਣੀ ਕਰਦੇ ਜਾਵਾਂਗੇ। ਅਨੇਕਾਂ ਸਵਾਲ ਉਸ ਸੰਘਰਸ਼ ਦੇ ਬਾਰੇ, ਹੁਣ ਵੀ ਇੱਕ ਵੀਰ ਦਾ ਫੋਨ ਆਇਆ ਸੀਗਾ, ਜਿਹੜੇ ਬੰਦੇ ਪੁੱਛ ਰਹੇ ਆ ਇੱਕ ਚੀਜ਼ ਜਿਹੜੀ ਆ, ਉਹ ਸਾਰੇ ਜਿਹੜੇ ਸਰੋਤੇ ਜਿਹੜੇ ਸਾਡੇ ਆ ਉਹ ਆਰਾਮ ਨਾਲ ਦੇਖ ਸਕਦੇ ਆ ਵੀ ਇੰਟਰਨੈਟ ਦੇ ਉੱਤੇ ਇੰਨਾ ਜ਼ਿਆਦਾ ਸਮਾਨ ਪਿਆ ਆ ਇਹ ਸਾਰੇ ਕੁਛ ਦੇ ਬਾਰੇ ਚ, ਉਹਦੇ ਵਿੱਚ ਕੁਛ ਵੀ ਇਦਾਂ ਦਾ ਨਹੀਂ ਹੈਗਾ ਜਿਹੜਾ ਭਿੰਡਰਾਂ ਵਾਲਿਆਂ ਦੇ, ਖਾੜਕੂਆਂ ਦੇ, ਪੰਜਾਬ ਦੇ ਸੰਘਰਸ਼ ਦੇ ਖਿਲਾਫ ਹੋਵੇ। ਬਹੁਤ ਘੱਟ ਆ ਮਿਲਦਾ, ਤੇ ਇਹਨਾਂ ਦੇ ਹੱਕ ਵਿੱਚ ਜਿਹੜਾ ਸਮਾਨ ਆ ਉਹ ਸਾਰੇ ਦਾ ਸਾਰਾ ਉਪਲਬਧ ਆ। ਹੁਣ ਇੱਡੀ ਵੱਡੀ ਤਾਕਤ ਆ ਇੰਡੀ, ਜਦੋਂ ਉਹਨਾਂ ਕੋਲ ਮਿਲਟਰੀ ਇੱਡੀ ਵੱਡੀ ਆ ਤਾਂ ਜਿਹੜਾ IT ਦਾ ਸਿਸਟਮ ਆ, ਜਿਹੜਾ ਇੰਟਰਨੈਟ ਦਾ, ਇਹਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ ਉਹਨਾਂ ਦਾ? ਉਹ ਉਪਲਬਧ ਕਦੇ ਕੀਤਾ ਉਹਨੇ? ਹੁਣ ਨੌਜਵਾਨੀ ਜਿਹੜੀ ਆ ਉੱਥੋਂ ਪੜ੍ਹ ਪੜ੍ਹ ਕੇ ਉਹ ਕਹਿ ਰਹੀ ਆ ਵੀ ਨਾ ਜੀ, ਉਹਨੇ ਤਾਂ ਆਹ ਚੰਗਾ ਕੰਮ ਕੀਤਾ, ਭਿੰਡਰਾਂ ਨੇ ਤਾਂ ਆਹ ਕੀਤਾ, ਖੜਕੋ ਨੇ ਤਾਂ ਆਹ ਕੀਤਾ, ਪੰਜਾਬ ਦੇ ਵਿੱਚ ਸਰਕਾਰ ਇੰਨਾ ਧੱਕਾ ਕਰਦੀ ਸੀ। ਮਤਲਬ ਹੁਣ ਸਰਕਾਰ ਜਿਹੜੇ ਜਿਹੜੇ ਧੱਕੇ ਕਰਦੀ ਸੀ, ਹੈਰਾਨੀ ਆ ਵੀ ਉਹਨਾਂ ਨੇ ਦਰਬਾਰ ਸਾਹਿਬ ਤਾਂ ਢਾਹਤਾ ਸਾਡਾ, ਦੇਸ਼ ਦੀ ਪ੍ਰਧਾਨ ਮੰਤਰੀ ਕਤਲ ਕਰਵਾ ਲਈ, ਦਿਨੇ ਦਿਹਾੜੇ 40-50 ਹਜ਼ਾਰ ਸਿੱਖ ਕਤਲ ਕਰਕੇ ਵੱਡੇ ਸ਼ਹਿਰਾਂ 'ਚ, ਦੁਨੀਆਂ 'ਚ ਕਲੰਕ ਲਵਾ ਲਿਆ। ਪਰ ਜਿਹੜੇ ਧੱਕੇ ਕਰਦੀ ਸੀ ਉਹਦੀ ਲਿਸਟ ਅਜੇ ਵੀ ਇੰਟਰਨੈਟ 'ਤੇ ਛੱਡੀ ਹੋਵੇਗੀ, ਉਹਦੇ ਬਾਰੇ ਕੁਛ ਨਹੀਂ ਕੀਤਾ। ਠੀਕ ਹੈ, ਹੁਣ ਜਦੋਂ ਇੱਦਾਂ ਬਰੀਕੀ ਨਾਲ ਤੁਸੀਂ ਦੇਖਣ ਲੱਗੋਗੇ ਇਹਨਾਂ ਗੱਲਾਂ ਦੇ ਜਵਾਬ ਆਪ ਮਿਲ ਜਾਣੇ ਤੁਹਾਨੂੰ। ਕੌਣ ਸੀ ਲਾਭ ਸਿੰਘ ਹੋਣੀ, ਕਿੱਥੋਂ ਆਏ ਪੰਜਵੜ ਹੋਣੀ, ਕਿੱਥੋਂ ਇਹ ਕਮਾਂਡੋ ਫੋਰਸਾਂ ਅਤੇ ਲਿਬਰੇਸ਼ਨ ਫੋਰਸਾਂ ਬਣੀਆਂ, ਇਹਨਾਂ ਨੇ ਜਿਹੜੇ ਕਤਲ ਕੀਤੇ ਆ, ਲਾਭ ਸਿੰਘ ਵਰਗੇ 'ਤੇ 51 ਕਤਲ ਹੋਣ ਦੇ ਬਾਵਜੂਦ ਜਿਹੜਾ ਬੰਦਾ ਭਿੰਡਰਾਲੇ ਕੋਲ ਜਾਣ ਤੋਂ ਪਹਿਲਾਂ 10-12 ਸਾਲ ਪੁਲਿਸ ਦੇ ਵਿੱਚ ਰਿਹਾ ਹੋਵੇ ਔਰ ਰਿਹਾ ਇੱਕ ਸਿਪਾਹੀ ਦੀ ਹੈਸੀਅਤ ਵਜੋਂ ਹੋਵੇ, ਉਹ ਬੰਦਾ ਜਦੋਂ ਭਿੰਡਰਾਲੇ ਕੋਲ ਜਾਂਦਾ ਉਹ 1.5-2 ਸਾਲ ਦੇ ਵਿੱਚ 51 ਕਤਲ ਕਰਦਾ। 51 ਕਤਲ ਉਹਦੇ ਸਿਰ 'ਤੇ ਹੋਣ ਦੇ ਬਾਵਜੂਦ ਜਦੋਂ ਉੱਥੇ ਮਿਲਟਰੀ ਲੱਗਦੀ ਆ, ਉੱਥੇ ਪੁਲਿਸ ਦਾ ਪਹਿਰਾ ਆਇਆ ਅਤੇ ਉਹ ਫੜ ਕੇ ਬੜੀ ਹਿਫਾਜ਼ਤ ਦੇ ਨਾਲ ਉਹਨੂੰ ਪੰਜਾਬ ਤੋਂ ਬਾਹਰ ਜੈਪੁਰ ਜੋਧਪੁਰ ਜੇਲ੍ਹ ਦੇ ਵਿੱਚ ਛੱਡ ਦਿੰਦੇ ਆ, ਫਿਰ ਉਹਨੂੰ ਉੱਥੋਂ ਪੇਸ਼ੀ ਦੇ ਲਈ 51 ਕਤਲਾਂ ਦੇ ਜ਼ਿੰਮੇਵਾਰ ਇੱਕ ਜਿਹਨੂੰ ਮੁਜਰਮ ਕਹਿ ਰਹੇ ਆ ਉਹਨੂੰ ਉਹ ਫਿਰ ਜਲੰਧਰ ਦੀ ਅਦਾਲਤ ਵਿੱਚ ਪੇਸ਼, ਇੱਕ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲੈ ਕੇ ਆਉਂਦੇ ਆ। ਹਾਈ ਕੋਰਟਾਂ ਰਾਹ ਦੇ ਵਿੱਚ ਕਿੰਨੀਆਂ ਆਉਂਦੀਆਂ, ਸੁਪਰੀਮ ਕੋਰਟ ਆਉਂਦੀ ਆ, ਐਡੇ ਐਡੇ ਵੱਡੇ ਮੁਜਰਮਾਂ ਦੇ ਲਈ ਜੇਲ੍ਹਾਂ ਦੇ ਵਿੱਚ ਅਦਾਲਤਾਂ ਲੱਗ ਸਕਦੀਆਂ ਹੁੰਦੀਆਂ। ਠੀਕ ਆ, ਉੱਥੇ 6 ਸਿਪਾਹੀਆਂ ਦਾ ਕਤਲ ਕਰਾਉਂਦੇ ਆ, ਉਹ ਆਪਣਿਆਂ ਦਾ ਕਤਲ ਹੁੰਦਾ ਉਹਨਾਂ ਦਾ ਜਦੋਂ ਚਿਹੜੂਣੀ ਛੜਾ ਕੇ ਲੈ ਕੇ ਜਾਂਦੇ ਆ ਔਰ ਦਿਨੇ ਦਿਹਾੜੇ ਲੈ ਜਾਂਦੇ ਛੜਾ ਕੇ ਜੀ। ਲੱਖਾਂ ਨੌਜਵਾਨ ਉਹਨਾਂ ਦੇ ਕੱਲਾ ਕੱਲਾ ਇੱਕ ਪਿੰਡ ਦੇ ਵਿੱਚ ਕੋਈ ਮਾੜਾ ਮੋਟਾ ਨੌਜਵਾਨ ਮਾੜੀ ਮੋਟੀ ਹਰਕਤ ਕਰਦਾ ਤੇ ਉੱਥੇ ਪੁਲਿਸ ਦਾ ਪਹਿਰਾ ਇੱਦਾਂ ਲੱਗ ਜਾਂਦਾ ਵੀ ਪਿੰਡ ਵਾਲਿਆਂ ਨੂੰ ਨਿਕਲਣਾ ਮੁਸ਼ਕਿਲ ਕਰ ਦਿੰਦੇ ਆ, ਹਿਲਜੁਲ ਜਿਹੜੀ ਆ ਔਖੀ ਹੋ ਜਾਂਦੀ ਆ। ਪਰ ਉਹਦੇ ਬਾਵਜੂਦ ਐਡੇ ਵੱਡੇ ਮੁਜਰਮ ਦੇ ਲਈ ਕਚਹਿਰੀਆਂ ਦੇ ਵਿੱਚ ਉਹ ਇੱਦਾਂ ਦਾ ਪਹਿਰਾ ਨਹੀਂ ਲਾ ਸਕੇ ਵੀ ਬਾਹਰੋਂ ਕੋ ਉੱਦਾਂ ਦੀ ਗੱਡੀ ਆਉਂਦੀ ਦਿਸੇ, 2-4 ਕਿਲੋ, ਕਿੰਨੀਆਂ ਸੜਕਾਂ ਆਉਂਦੀਆਂ ਹੋਣਗੀਆਂ ਜਲੰਧਰ ਦੀ ਕਚਹਿਰੀ ਨੂੰ, 5-7-10
ਵੱਧ ਤੋਂ ਵੱਧ ਕਿੰਨੀਆਂ ਜੇ ਕਿਲੋਮੀਟਰ ਦੇ ਏਰੀਏ ਦੇ ਵਿੱਚ ਆਲੇ ਦੁਆਲੇ ਇੱਕ ਪੁਲਿਸ ਦੀ ਗੱਡੀ ਖੜੀ ਕਰਨੀ ਹੁੰਦੀ ਵੀ ਜਿੱਥੋਂ ਓਪਰੀ ਗੱਡੀ ਉਹਨਾਂ ਨੂੰ ਆਉਂਦੀ ਨਜ਼ਰ ਦੀਦੀ ਲੱਗਦੀ ਏਦਾਂ ਉੱਥੇ ਜਦੋਂ ਨੌਜਵਾਨਾਂ ਨੂੰ ਦੋਨੋਂ ਮੋਟਰਸਾਈਕਲ ਤੇ ਨਹੀਂ ਸੀ ਚੜ੍ਹਨ ਦਿੰਦੇ, ਪੀਲਾ ਪਰਨਾ ਬੰਨੇ ਤੇ ਅਗਲੇ ਨੂੰ ਸ਼ੱਕੀ ਸਮਝਦੇ ਸੀ, ਦਾੜੀ ਕੇਸਾਂ ਵਾਲੇ ਨੂੰ ਬੱਸ ਚੋਂ ਇਕੱਲੇ ਨੂੰ ਲਾ ਲੈਂਦੇ ਸੀ, ਤਾਂ ਐਡੇ ਵੱਡੇ ਜਿਹੜੇ ਮਨਵੀਰ ਸਿੰਘ ਚਿਹੜੂ ਵਰਗੇ ਬੰਦੇ ਆ ਉਹ ਸਿੱਧੇ ਕਚਹਿਰੀ ਤੱਕ ਕਿੱਦਾਂ ਪਹੁੰਚ ਗਏ ਔਰ 6 ਪੁਲਿਸ ਵਾਲੇ ਮਾਰ ਦਿੱਤੇ। ਜਿੱਦਣ ਤੁਸੀਂ ਸੋਚਣ ਲੱਗ ਪਏ ਉਦਣ ਸਾਡੇ ਦਿਮਾਗ 'ਚ ਸਵਾਲ ਆਉਣਾ ਵੀ ਕਿਉਂ ਪੰਜਾਬ ਦੇ ਵਿੱਚ 84 ਤੋਂ ਬਾਅਦ ਡੈਮੋਕ੍ਰੇਟਿਕ ਤਰੀਕੇ ਨਾਲ ਲੜਾਈ ਲੜਨ ਵਾਲੇ ਬੰਦਿਆਂ ਦੇ ਇੱਕ ਤੋਂ ਬਾਅਦ ਇੱਕ ਕਰਕੇ ਕਤਲ ਹੁੰਦੇ ਗਏ, ਕਿਉਂ ਇਹ ਬੰਦੇ ਜਿਹੜੇ ਆ ਆਪ ਕਾਂਗਰਸ ਦੀਆਂ ਉਹਨਾਂ ਦੀਆਂ ਗੱਡੀਆਂ 'ਚ ਘੁੰਮ ਘੁੰਮ ਕੇ ਬੇਅੰਤ ਸਿੰਘ ਵਰਗੇ ਨੂੰ ਮੁੱਖ ਮੰਤਰੀ ਬਣਾਉਂਦੇ ਆ, ਕਿਉਂ ਇਹਨਾਂ ਨੂੰ ਛਡਾਉਣ ਵਾਲੇ ਉਹ ਕਾਂਗਰਸ ਦੇ ਜਾਂ ਪ੍ਰਤਾਪ ਸਿੰਘ ਕੈਰੋਂ ਵਰਗੇ ਦੇ ਮੁੰਡੇ ਕਿਉਂ ਜਾਮਨ ਬਣਦੇ ਇਹਨਾਂ ਦੇ, ਕਿਉਂ ਉਹਨਾਂ ਦੀਆਂ ਅਗਵਾਈਆਂ ਦਿੰਦੇ ਆ, ਉਹ ਗੱਲਾਂ ਤੁਹਾਡੇ ਦਿਮਾਗ 'ਚ ਆ ਜਾਣੀਆਂ। ਕਿਉਂ ਕਿਉਂ ਬੇਅੰਤ ਸਿੰਘ ਥਾਂ 'ਤੇ ਮਰਦਾ, ਸਤਵੰਤ ਸਿੰਘ ਨੂੰ ਛੱਡਿਆ ਕਿਉਂ ਗਿਆ, ਉਹ ਪਲਾਟ ਜਿਹੜੇ ਆ ਇੰਦਰਾ ਗਾਂਧੀ ਦੇ ਕਤਲ ਤੋਂ ਪਹਿਲਾਂ ਬੇਅੰਤ ਸਿੰਘ ਦੇ ਨਾਂ ਕਿਹਨੇ ਕਰਵਾਏ, ਕਿਹਨੇ ਲੈ ਕੇ ਦਿੱਤੇ ਆ, ਉਹ ਬੰਦਿਆਂ ਦਾ ਸਰਕਾਰ ਨਾਲ ਕੀ ਲੈਣਾ ਦੇਣਾ ਸੀ, ਟਕਸਾਲ ਦੇ ਵਿੱਚ ਕਿੱਥੋਂ ਆਏ ਆ, 86 ਦਾ ਜਿਹੜਾ ਸੱਦਿਆ ਸਰਬੱਤ ਖਾਲਸਾ ਜਿਹਦੇ ਖਾਲਿਸਤਾਨ ਦਾ ਐਲਾਨ ਹੋਇਆ ਉਹ ਕੌਣ ਬੰਦੇ ਸੀ, ਅੱਜ ਸਤਿੰਦਰਪਾਲ ਸਿੰਘ ਵਰਗੇ ਬੰਦੇ ਕੈਨੇਡਾ ਦੇ ਵਿੱਚ ਐਡੇ ਵੱਡੇ ਬਿਲਡਰ ਬਣ ਕੇ, ਧੰਨਾ ਸਿੰਘ ਵਰਗੇ ਬੰਦੇ ਉੱਥੇ ਟਰੱਕ ਚਲਾਈ ਜਾਂਦੇ ਆ, ਬਸਣ ਸਿੰਘ ਜੱਫਰਵਾਲ ਪੰਜਾਬ ਦੇ ਵਿੱਚ ਵਿਚਰਿਆ ਆ, ਸੋਹਣ ਸਿੰਘ ਦਾ ਪਰਿਵਾਰ ਆਪਣਾ ਉਹਦਾ ਮੁੰਡਾ ਹੁਣ ਜਿਹਨਾਂ ਦਿਨਾਂ 'ਚ ਉਹ ਖਾਲਿਸਤਾਨ ਦਾ ਐਲਾਨ ਕਰ ਰਿਹਾ ਉਹਦਾ ਮੁੰਡਾ ਬਹੁਤ ਵੱਡੀ ਪੋਸਟ ਦੇ ਉੱਤੇ, ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਕਹਿੰਦੇ ਰਿਹਾ, ਉਹ ਐਡੀਆਂ ਐਡੀਆਂ ਵੱਡੀਆਂ ਪੋਸਟਾਂ ਤੋਂ ਬੰਦੇ, ਸਵੇਕ ਸਿੰਘ ਦੇ ਨਿਆਣੇ ਹੁਣ ਰਿਟਾਇਰ ਹੋਏ ਆ, ਭਿੰਡਰਾਂਵਾਲੇ ਦੇ ਬੱਚੇ ਹੁਣ ਜਲੰਧਰ ਦੇ ਵਿੱਚ ਪ੍ਰੋਪਰਟੀ ਦਾ ਬਿਜ਼ਨਸ ਕਰ ਰਿਹਾ, ਪੰਜਵੜ ਦਾ ਅਰਬਾਂ ਦਾ ਬਿਜ਼ਨਸ ਆ ਪਾਕਿਸਤਾਨ ਦੇ ਵਿੱਚ ਉਹ ਪ੍ਰੋਪਰਟੀ ਦਾ ਬਿਜ਼ਨਸ ਕਰਦਾ, ਲਾਭ ਸਿੰਘ ਦੇ 40 ਤੋਂ ਵੱਧ ਪਰਿਵਾਰ ਦੇ ਮੈਂਬਰ ਬਾਹਰਲੇ ਮੁਲਕਾਂ 'ਚ ਬੈਠੇ ਆ, ਇਹ ਬੰਦੇ ਖੰਡੇ ਹੋਣੀ ਲੱਲੂ ਪੰਜੂ ਇੱਕੀ ਦੁੱਕੀ ਜਿਹਨਾਂ ਨੂੰ ਡੱਖੇ ਦਾ ਨਹੀਂ ਪਤਾ, ਉਹ ਉੱਠ ਕੇ ਆ ਕੇ ਜਾਮਨ ਮੜ ਕੇ ਕਿਤਾਬਾਂ ਪੜ੍ਹ ਪੜ੍ਹ ਕੇ, ਉਹ ਵੀ ਕਿਤਾਬਾਂ ਏਜੰਸੀਆਂ ਵੱਲੋਂ ਲਿਖਾਈਆਂ ਹੋਈਆਂ, ਸਰਕਾਰ ਵੱਲੋਂ ਲਿਖਾਈਆਂ ਹੋਈਆਂ ਕਿਤਾਬਾਂ ਸਾਡੇ ਸਿਰ ਮੜੀਆਂ ਗਈਆਂ, ਕਿਉਂ ਨਹੀਂ ਅਸੀਂ ਸੋਚਿਆ ਵੀ ਐਡੀਆਂ ਖਤਰਨਾਕ ਕਿਤਾਬਾਂ ਜਿਹਦੇ ਨਾਲ ਫਿਰਤਵਾਦੀ ਪੈਦਾ ਹੋਣੇ ਆ, ਜਿਹਦੇ ਨਾਲ ਸਰਕਾਰ ਦੀ ਮਿੱਟੀ ਪਲੀਤ ਹੋ ਰਹੀ ਆ, ਉਹ ਮਾਰਕੀਟ ਦੇ ਵਿੱਚ ਕਿਉਂ ਆ, ਬੈਨ ਕਿਉਂ ਨਹੀਂ ਹੋਈਆਂ, ਕਿਉਂ ਸਰਕਾਰ ਨੇ ਖੁੱਲੀਆਂ ਛੱਡੀਆਂ, 84 ਤੋਂ ਬਾਅਦ 10-12 ਸਾਲ ਕਿਉਂ ਠਾਕਰ ਸਿੰਘ ਸਾਲ ਦੀਆਂ 3-3 ਗੇੜੀਆਂ ਅਮਰੀਕਾ ਕੈਨੇਡਾ ਇੰਗਲੈਂਡ ਦੀਆਂ ਲਾਉਂਦਾ ਰਿਹਾ, ਜਿਹੜੇ ਜਸਵਿੰਦਰ ਬੂਟ ਵਰਗੇ ਆ ਅੱਜ ਉਹਨਾਂ ਨੇ ਤਾਂ ਰੌਲਾ ਪਾਉਣਾ ਹੀ ਆ, ਗੁਰਪ੍ਰੀਤ ਕੈਲੀਫੋਰਨੀਆ ਵਰਗੇ ਉਹਨਾਂ ਦੀਆਂ ਉਹ ਬੰਦੇ ਉੱਥੇ ਤਾਂ ਇੱਦਾਂ ਦੇ ਬੰਦਿਆਂ ਨੂੰ ਕੋਈ ਘਰ 'ਚ ਸਫਾਈ ਕਰਨ ਨੂੰ ਨਹੀਂ ਰੱਖਦਾ ਵੀ ਤੇਰੀ ਸ਼ਕਲ ਦੇਖੋ ਕੁੱਤਿਆ, ਤੂੰ ਮੇਰੇ ਘਰ 'ਚ ਕਿੱਦਾਂ ਵੜ ਜਾਏਗਾ, ਤੇਰੇ 'ਤੇ ਭਰੋਸਾ ਕਿੱਦਾਂ ਕਰਾਂ ਮੈਂ, ਉਹ ਬੰਦੇ ਅਮਰੀਕਾ ਦੇ ਵਿੱਚ ਆਪਣੇ ਮਿਲੀਅਨਾਂ ਦੇ ਬਿਜ਼ਨਸ ਐਡੇ ਐਡੇ ਟਰੱਕ ਉਹਨਾਂ ਦੇ ਕੋਲ ਘਰ ਆ, ਉਹ ਤਾਂ ਕਰਨਗੇ ਵੀ ਸੰਘਰਸ਼ ਵਧੀਆ ਸੀ ਉਹਨਾਂ ਦੀ, ਤਾਂ ਜਿਹਨਾਂ ਬੰਦਿਆਂ ਦੇ 15-15-20-20 ਘਰ ਬਣ ਗਏ ਔਰ 40 ਬੰਦਾ ਕਹਿੰਦਾ ਜੀ ਮੇਰੇ 60 ਟਰੱਕ ਚੱਲਦੇ ਆ ਇਸ ਵੇਲੇ, ਠੀਕ ਹੈ ਮੇਰਾ ਜੀ 100 ਟਰੱਕ ਚੱਲਦਾ, 2000 ਏਕੜ ਜ਼ਮੀਨ ਆ ਮੇਰੇ ਕੋਲ, ਠੀਕ ਹੈ ਉਹ ਬੰਦੇ ਕਿਉਂ ਨਾ ਕਹਿਣਗੇ ਵੀ ਸੰਘਰਸ਼ ਦੀ ਗੱਲ ਕਰੀਏ, ਅਸੀਂ ਉਹਨਾਂ ਦੀਆਂ ਦੁਕਾਨਾਂ ਚੱਲੀਆਂ ਉਹਨਾਂ ਦੇ ਹੱਡਾਂ ਵਿੱਚ ਰਚਿਆ, ਉਹ ਕੌਮ ਨੂੰ ਕੀ ਮਿਲਿਆ, ਆਮ ਬੰਦੇ ਨੂੰ ਕੀ ਮਿਲਿਆ, ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਆਈਡੀਆਲੋਜੀ ਦੇ ਨਾਲ ਕੀ ਲੈਣਾ ਦੇਣਾ ਸੀ ਉਹਦਾ, ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀ ਲੈਣਾ ਦੇਣਾ ਸੀ, ਕਿੱਥੋਂ ਆਇਆ ਇਹ ਸਾਡੇ ਕੋਲ, ਕਿਹਨੇ ਮੜ ਦਿੱਤਾ ਸਾਡੇ ਸਿਰ, ਜਿਹੜੇ ਬੰਦੇ ਗੱਲਾਂ ਕਰਦੇ ਸੀ ਗਏ ਕਿੱਥੇ, ਉਹ ਮੁੜ ਕੇ ਬਿੱਟੂ ਵਰਗਿਆਂ ਦੇ ਜਦੋਂ ਆਪ ਜੀ ਕਰਿਆ ਆਪ ਇਲੈਕਸ਼ਨ ਲੜ ਕੇ ਬਹਿ ਗਏ, ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਕਿਹਦੀ ਆ, ਬਸ ਉਹ ਜਦੋਂ ਇਹ ਸਵਾਲ ਆਉਣੇ ਸ਼ੁਰੂ ਹੋਏ ਤੁਹਾਡੇ ਦਿਮਾਗ ਦੇ ਵਿੱਚ, ਜ਼ਰੂਰੀ ਨਹੀਂ ਤੁਹਾਨੂੰ ਸਾਰੇ ਤੱਥਾਂ ਦਾ ਪਤਾ ਹੋਵੇ, ਤੱਥਾਂ ਨੂੰ ਲੈ ਕੇ ਜੀਣੇ ਵਾਲਾ ਬੰਦਾ ਉਹ ਕਦੇ ਫੈਸਲੇ ਨਹੀਂ ਲੈ ਸਕਦਾ, ਕੋਮਨ ਸੈਂਸ ਨਹੀਂ ਉਹਦੀ ਕੰਮ ਕਰਦੀ ਹੁੰਦੀ, ਹਾਂ ਜਦੋਂ ਤੁਸੀਂ ਕੋਮਨ ਸੈਂਸ ਆਪਣੀ ਡਿਵੈਲਪ ਕਰਨੀ ਆ ਉਦੋਂ ਤੁਹਾਨੂੰ ਕੜੀਆਂ ਜੋੜਨੀਆਂ ਪੈਣੀਆਂ ਬਸ ਉਹਦੇ ਨਾਲ, ਤੇ ਅਸੀਂ ਕਿਸੇ ਤੋਂ ਕੋਈ ਦਾਅਵਾ ਨਾ ਕਰੀਏ, ਸਾਨੂੰ ਕਿਸੇ ਤੋਂ ਗਰੰਟੀ ਨਹੀਂ ਲੈਣ ਦੀ ਲੋੜ ਹੈਗੀ, ਕੋਈ ਬੰਦਾ ਇਹ ਨਾ ਸਾਨੂੰ ਕਹੇ ਵੀ ਤੁਹਾਨੂੰ ਤੱਥ ਨਹੀਂ ਪਤਾ ਇਸ ਕਰਕੇ ਤੁਸੀਂ ਝੂਠੇ, ਅਸੀਂ ਕਿਹੜਾ ਕੋਰਟ ਵਿੱਚ ਜਾ ਕੇ ਉਹਨਾਂ 'ਤੇ ਕੇਸ ਕਰਨ ਲੱਗੇ ਹਾਂ,
ਬਸ ਕੋਈ ਲੋੜ ਨਹੀਂ ਹੈਗੀ ਸਾਨੂੰ, ਜੋ ਸਾਡਾ ਜੋ 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 ਸਰਦਾ ਆ, ਜਿੱਦਾਂ ਅਸੀਂ ਜ਼ਿੰਦਗੀ ਜੀਣੀ ਆ, ਬੜੀ ਵਧੀਆ ਆ। ਹਾਂ, ਸਮੱਸਿਆ ਸਾਡੀ, ਪਹਿਲੀ ਸਮੱਸਿਆ ਸਾਡੀ ਇਹ ਆ ਧਰਤੀ ਦੇ ਉੱਤੇ ਸਿੱਖ ਦੀ, ਜੇ ਸਮੱਸਿਆ ਆ ਪਹਿਲੀ ਇਹ ਆ, ਸਾਨੂੰ ਹਿੰਦੂਆਂ ਤੋਂ ਵੱਖਰੇ ਹੋਣਾ ਪੈਣਾ। ਕੋਈ ਲੋੜ ਨਹੀਂ ਸਾਨੂੰ ਉਹਨਾਂ ਨਾਲ ਝਗੜਾ ਕਰਨ ਦੀ, ਕੋਈ ਲੋੜ ਨਹੀਂ ਉਹਨਾਂ ਦੇ ਨਾਲ ਦਫੇੜ ਪਾਉਣ ਦੀ। ਇੱਕ ਇੱਕ ਲਕੀਰ ਖਿੱਚੀ ਜਾਵੇ ਤੇ ਉਹ ਹਿੰਦੂ ਆ, ਅਸੀਂ ਸਿੱਖ ਆ, ਖੰਡ ਖੰਡ ਆ, ਲੂਣ ਲੂਣ ਆ, ਮੱਝ ਮੱਝ ਆ, ਗਾਂ ਗਾਂ ਆ, ਕੱਟਾ ਕੱਟਾ ਆ, ਵੱਛਾ ਵੱਛਾ ਆ, ਉਹਨਾਂ ਚ ਫਰਕ ਆ। ਆਪ ਮੱਝ ਤੇ ਗਾਂ ਦੋਏ ਦੁੱਧ ਦਿੰਦੀਆਂ ਆ, ਦੋਏ ਇੱਕ ਰੰਗ ਦੀਆਂ ਹੁੰਦੀਆਂ, ਦੋਹਾਂ ਦੇ ਦੋ ਦੋ ਕੰਨ ਹੁੰਦੇ ਆ, ਦੋਹ ਇੱਕੋ ਨੇੜੇ ਤੇੜੇ ਮਿਲਦੀਆਂ, ਉਹ ਗੋਹਾ ਇੱਕੋ ਜਿਹਾ ਕਰਦੀਆਂ, ਖਾਂਦੀਆਂ ਦੋਵੇਂ ਪੱਠੇ ਆ, ਪਰ ਨਹੀਂ, ਗਾਂ ਹੋ ਰਿਹਾ, ਮੱਝ ਹੋ ਰਿਹਾ। ਸਾਨੂੰ ਸਾਨੂੰ ਗੁਰੂ ਪਾਤਸ਼ਾਹ ਨੇ ਸੁਨੇਹਾ ਦੇ ਦਿੱਤਾ ਸੀ ਭਈ ਪੰਡਿਤ ਮੁੱਲਾਂ ਛਾਡੇ ਦਉ, ਹਮਰਾ ਝਗੜਾ ਰਹਾ ਨਾ ਕਹੂ। ਇਹ ਮੁੱਢਲੀ ਸਮੱਸਿਆ ਹੈ ਸਾਡੀ, ਜੇ ਕੰਮ ਕਰਨਾ ਇਹਦੇ ਉੱਤੇ, ਉਹ ਮੇਰੇ ਤੋਂ ਸ਼ੁਰੂ ਹੋ ਸਕਦਾ। ਮੈਨੂੰ ਆਪਣੇ ਆਪ ਦੇ ਵਿੱਚ, ਮੇਰੇ ਪਰਿਵਾਰ ਦੇ ਨਾਲ ਕੋਈ ਬੰਦਾ ਮੈਨੂੰ ਹਿੰਦੂਆਂ ਦੇ ਤਿਉਹਾਰਾਂ ਨੂੰ ਮਨਾਉਣ ਲਈ ਮਜਬੂਰ ਨਹੀਂ ਕਰ ਸਕਦਾ। ਇਹ ਲੋਕ ਜਿਹੜੇ ਹਿੰਦੁਸਤਾਨ ਦੀ ਐਡੀ ਵੱਡੀ ਤਾਕਤ ਦੇ ਨਾਲ ਤਾਂ ਲੜਾਈ ਪਾ ਕੇ ਬਹਿ ਗਏ, ਪਰ ਟਕਸਾਲਾਂ ਦੇ ਵਿੱਚ, ਡੇਰਿਆਂ ਵਿੱਚ, ਆਪਣੇ ਗੁਰਦੁਆਰਿਆਂ ਵਿੱਚ, ਹਰੇਕ ਥਾਂ ਤੇ ਹਿੰਦੂਆਂ ਦੇ ਤਿਉਹਾਰ ਮਨਾ ਰਹੇ ਆ। ਆਪ ਉਹਨਾਂ ਬੰਦਿਆਂ ਨਾਲ ਯਾਰੀਆਂ ਪਾ ਕੇ ਮਿਲੋ ਭਾਈ, ਵਰਤੋ, ਬਿਜ਼ਨਸ ਤੁਹਾਡੇ ਸਾਂਝੇ ਹੁਣ। ਇਨਸਾਨ ਜੇ ਅਸੀਂ ਗੋਰਿਆਂ ਦੇ ਕੋਲ ਨੌਕਰੀ ਕਰ ਸਕਦੇ, ਹਿੰਦੂਆਂ ਨਾਲ ਵੀ ਸਾਡੀ ਸਾਂਝ ਹੋ ਸਕਦੀ ਆ, ਲੱਖ ਵਾਰੀ ਹੋਵੇ, ਪਰ ਅਸੀਂ ਵੱਖਰੇ ਆ, ਇੱਕ ਲਕੀਰ ਖਿੱਚੀ ਜਾਵੇ। ਜਦੋਂ ਇਹ ਇੰਨੀ ਸਮਝ ਆ ਗਈ ਸਾਨੂੰ, ਫਿਰ ਸਾਨੂੰ ਪਤਾ ਲੱਗਣ ਲੱਗ ਪੈਣਾ ਵੀ ਇਹ ਸਮੱਸਿਆ ਹੈ ਕੀ ਆ, ਕਿਹਨੇ ਮੜੀ ਆ ਸਾਡੇ ਸਿਰ ਤੇ, ਕਿੱਥੋਂ ਆਈ ਆ। ਕਿਉਂਕਿ ਉਹ ਜਿਹੜੇ ਬੰਦੇ ਕਰਨੇ ਵਾਲੇ ਆ ਨਾ, ਉਹ ਬੜੀ ਆਜ਼ਾਦੀ ਨਾਲ ਘੁੰਮ ਰਹੇ, ਠੀਕ ਆ, ਬੜਾ ਬੜਾ ਸੁੱਖ ਮਾਣ ਰਹੇ, ਆਪਣੇ ਗੇਟ ਚ ਆਉਣੀ ਆ ਸਾਡੇ। ਇੱਕ ਸਰੋਤੇ ਆ ਜੀ, ਅਸੀਂ ਕਰਨ ਤੋਂ ਪਹਿਲਾਂ, ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ, ਜੇ ਉਹ ਹੈਗੇ ਤਾਂ। ਸਵਾਗਤ ਹੈ ਜੀ ਤੁਹਾਡਾ 0107 ਦੇ ਉੱਤੇ। ਧੰਨਵਾਦ ਜੀ ਤੁਹਾਡਾ। ਤੇ ਆਪਾਂ ਦੇਖਦੇ ਹਾਂ ਜੀ, ਸਾਨੂੰ ਅਸਲ ਚ ਯਾਦ ਨਹੀਂ ਹੈਗਾ ਵੀ ਜੀਤੇ ਦੀ ਕਿੰਨੀ ਕੁ ਵੀਡੀਓ ਅਸੀਂ ਡਿਸਕਸ ਕੀਤੀ ਸੀ, ਤੇ ਅਸੀਂ ਅੰਦਾਜ਼ੇ ਨਾਲ ਲਾਉਣ ਲੱਗੇ ਹਾਂ। ਜੇ ਅੱਗੇ ਪਿੱਛੇ ਕਰਨੀ ਪਈ ਤਾਂ ਕਰ ਲਾਂਗੇ, ਅਸੀਂ ਥੋੜੀ ਪਿੱਛੇ ਸ਼ੁਰੂ ਕਰ ਲੈਣੀ ਆ ਤੇ ਫਿਰ ਦੇਖ ਲਾਂਗੇ ਆਪਾਂ। ਜਿਹੜੀ ਸਮੱਸਿਆ ਆ ਸਾਡੀ, ਉਹ ਇਸੇ ਗੱਲ ਦੀ ਆ ਵੀ ਅਸੀਂ ਜਦੋਂ ਨਾ ਕਿਸੇ ਨੂੰ ਪੁੱਛੀਦਾ ਵੀ ਜਿਹੜੀ ਤੁਸੀਂ ਗੱਲ ਕਹਿ ਰਹੇ, ਜਿੱਦਾਂ ਹੁਣ ਉਹ ਕਹਿੰਦਾ ਵੀ ਧੀਆਂ ਭੈਣਾਂ ਉਹ ਸ਼ਬਦ ਸੁਣ ਵੀ ਨਹੀਂ ਸਕਦੀਆਂ, ਠੀਕ ਆ, ਵੀ ਜਿਹੜੇ ਸ਼ਬਦ ਵਰਤਦੇ ਆ ਇਹ ਬੇਇੱਜ਼ਤੀ ਕਰਦੇ ਆ, ਇੱਦਾਂ। ਹੁਣ ਅਸੀਂ ਪਿੱਛੇ, ਇੱਕ ਵੀਰ ਮੈਨੂੰ ਫੋਨ ਕਰਿਆ ਇੱਦਾਂ, ਤੇ ਉਹ ਕਹਿਣ ਲੱਗਾ ਜੀ, ਕਹਿੰਦਾ ਵੀ ਤੁਸੀਂ ਗੁਰੂ ਸਾਹਿਬ ਬਾਰੇ ਇੰਨੇ ਭੈੜੇ ਭੈੜੇ ਸ਼ਬਦ ਵਰਤੇ ਆ, ਇੱਦਾਂ ਵੀ ਉਹਨਾਂ ਬਾਰੇ ਤੁਸੀਂ ਜਵਾਬ ਦਿਓ। ਮੈਂ ਕਿਹਾ ਵੀ ਇੱਦਾਂ ਨਾ ਗੱਲ ਕਰ, ਵੀ ਜਿਹੜੀ ਵੀ ਸਟੇਟਮੈਂਟ ਦੇਣੀ ਤੂੰ ਮੈਨੂੰ ਇਹ ਕਹਿ ਵੀ ਆਹ ਗੱਲ ਕਹੀ ਆ ਗੁਰੂ ਸਾਹਿਬ ਬਾਰੇ, ਇਹਦਾ ਜਵਾਬ ਦੇ, ਠੀਕ ਹੈ, ਇੱਦਾਂ ਫਿਰ ਆਪਾਂ ਗੱਲ ਕਰ ਸਕਦੇ। ਕਹਿੰਦਾ ਮੈਂ ਤਾਂ ਲੈ ਵੀ ਨਹੀਂ ਸਕਦਾ ਉਹਨਾਂ ਉਹਨਾਂ ਗੱਲ, ਜਦੋਂ ਨਾ ਹਟਿਆ। ਮੈਂ ਕਿਹਾ ਤੂੰ ਬੇਬੇ ਨਾਨਕੀ ਬਾਰੇ ਜੋ ਕੁਛ ਬੋਲਿਆ ਹਨਾ, ਉਹ ਸੁਣ ਹੁੰਦਾ ਸਾਤੋਂ, ਠੀਕ ਆ। ਕਹਿੰਦਾ ਮੈਂ ਕਦੋਂ ਬੋਲਿਆ, ਇੱਕਦਮ ਕਿੰਨਾ ਚਿਰ, ਏਦਾਂ ਡੇਢ ਮਿੰਟ ਘੱਟੋ ਘੱਟ, ਏਦਾਂ ਮੈਂ ਕਦੋਂ ਬੋਲਿਆ। ਕਹਿੰਦਾ ਬੇਬੇ ਮੈਨੂੰ ਸਬੂਤ ਦੇ, ਮੈਨੂੰ ਦਿਖਾ ਕਿੱਥੇ ਬੋਲਿਆ ਮੈਂ, ਮਤਲਬ ਕਰੀ ਗਿਆ ਕਿ ਮੈਂ ਚੁੱਪ ਰਿਹਾ। ਫਿਰ ਮੈਂ ਕਿਹਾ ਵੀ ਹਾਹੀ ਤਾਂ ਮੈਂ ਤੈਨੂੰ ਪੁੱਛਦਾ, ਮੈਨੂੰ ਦੱਸ ਤੈਨੂੰ ਹੁਣ ਕਿੱਦਾਂ ਗੁੱਸਾ ਲੱਗਾ ਵੀ ਬੇਬੇ ਨਾਨਕੀ ਬਾਰੇ ਤਾਂ ਤੂੰ ਕੁਛ ਕਿਹਾ ਹੀ ਨੀ ਹਨਾ, ਵੀ ਤੈਨੂੰ ਉਦਾਂ ਹੀ ਮੈਂ ਕਹਿ ਦਿੱਤਾ, ਤੂੰ ਕਹਿੰਦਾ ਵੀ ਹੁਣ ਸਬੂਤ ਦੇ ਮੈਨੂੰ, ਮੈਂ ਕਿੱਥੇ ਕਿਹਾ ਹਨਾ, ਵੀ ਮੈਂ ਲਿਖਿਆ ਹੋਵੇ ਕਿਤੇ, ਬੋਲਿਆ ਹੋਵੇ, ਤੂੰ ਮੇਰੇ ਤੋਂ ਸਬੂਤ ਮੰਗ, ਮੈਂ ਵੀ ਤੇ ਤੂੰ ਹੀ ਮੰਗ ਰਿਹਾ ਵੀ ਜੇ ਤੂੰ ਮੈਨੂੰ ਕਹਿ ਰਿਹਾ ਮੈਨੂੰ ਸਬੂਤ ਦੇ। ਹਾਂ, ਹੁਣ ਇਹਨਾਂ ਨੂੰ ਬੇਨਤੀ ਆ, ਇਹ ਖੰਡੇ ਨੂੰ ਤਾਂ ਨਾਲ ਜਿਹੜਾ ਬੂਟੀਆਂ ਵਾਲਾ ਝੰਡਾ ਆ, ਬੂਟੀਆਂ ਵਾਲੀ ਸ਼ਰਟ, ਅੰਗਰੇਜ਼ ਕੋ ਵੀ ਹੈਗੀ ਆ, ਬਲਜਿੰਦਰ ਦੇ ਲਈ ਕੱਪੜਾ ਆਇਆ ਜੀ ਸਾਨੂੰ, ਇੰਡੀਆ ਤੋਂ ਫੋਟੋ ਆਈ ਆ ਗਿਫਟ, ਤੇ ਇਹ ਦੋ ਫੋਟੋ ਉਹਨੇ ਕੱਪੜੇ ਦੀਆਂ ਭੇਜੀਆਂ ਆ। ਉਹ ਕਹਿੰਦੇ ਹੋਰ ਵੀ ਦੱਸ ਦਿਓ ਵੀ ਉਹ ਬੂਟੀਆਂ ਵਾਲੀ ਸ਼ਰਟ ਬਣਾ ਕੇ ਉਹਨੇ ਭੇਜਣੀ ਆ,
ਤੇ ਟਾਈ ਤਾਂ ਇੱਥੋਂ ਵੀ ਮਿਲ ਜਾਣੀ ਆ ਸਾਨੂੰ, ਸ਼ਰਟ ਸਾਨੂੰ ਇੱਥੋਂ ਬੂਟੀਆਂ ਵਾਲੀ ਜੀਤੇ ਵਰਗੀ ਨਹੀਂ ਮਿਲਦੀ ਜਿੱਦਾਂ, ਤੇ ਉਹ ਬਲਜਿੰਦਰ ਦੇ ਲਈ ਜਲਦੀ ਆ ਜਾਣੀ ਆ, ਉਹਨੂੰ ਕੱਪੜਾ ਉਤੋਂ ਅਸੀਂ ਰੰਗ ਪਸੰਦ ਕਰਾਉਣਾ ਹੈ। ਠੀਕ ਹੈ ਜੀ। ਤੇ ਉਹ ਫਿਰ ਹਾਂ ਅੰਗਰੇਜ਼ ਦੀ ਇਹਦੇ ਕੋਲ ਹੈਗੀ ਆ ਬੂਟੀਆਂ ਵਾਲੀ, ਹਾਂ ਉਹ ਜਰਾ ਅਗਲੀ ਵਾਰ ਨੂੰ ਅਸੀਂ ਕਰਾਂਗੇ, ਟਾਈਟ ਕਰਾਉਣੀ ਪੈਣੀ ਹੈ, ਪੰਗਾ ਦੂਜਾ ਹੋ ਗਿਆ। ਚਲੋ ਉਹ ਜੀਤੇ ਦਾ ਖੰਡਾ, ਹੁਣ ਜਿਹੜੇ ਬੰਦੇ ਆ ਇਹ ਉੱਠ ਕੇ ਇਹਨਾਂ ਨੂੰ ਲੱਗਦਾ ਵੀ ਇੱਦਾਂ ਭੜਕਾਉਣਗੇ, ਉਹ ਕਿਹਨੂੰ ਭੜਕਾਉਣਗੇ, ਕੀ ਕਰਨਗੇ ਉਹ ਅਕਾਲ ਤਖ਼ਤ ਦੇ ਜਥੇਦਾਰ ਜਿਹੜੇ ਆ, ਹਾਂਜੀ ਹਨਾ, ਸ਼੍ਰੋਮਣੀ ਕਮੇਟੀ ਆ, ਟਕਸਾਲ ਆ, ਅਖੰਡ ਕੀਰਤਨੀ ਜਥਾ ਆ, ਜਿੱਥੇ ਤੱਕ ਵੀ ਜਿਹਦੇ ਨਾਲ ਵੀ ਤੁਸੀਂ ਗੱਲ ਕਰਨੀ ਆ ਭਾਈ ਤੁਸੀਂ ਕਰ ਲਓ, ਇਹਦੇ ਨਾਲ ਕੋਈ ਮਸਲਾ ਅਸੀਂ ਨੀ ਤੁਹਾਨੂੰ ਕਹਿੰਦੇ ਵੀ ਸਾਨੂੰ ਸਬੂਤ ਦਿਓ, ਸਾਨੂੰ ਪਤਾ ਅਸੀਂ ਕੀ ਕਰਦੇ ਹਾਂ, ਸਾਡੀ ਸਾਡਾ ਐਸੈਟ ਜਿਹੜਾ ਨਾ, ਸਾਡੀ ਪ੍ਰੋਪਰਟੀ ਆ ਜਿਹੜੀ ਸਾਡੀ ਕਮਾਈ ਆ, ਉਹ ਬੰਦੇ ਆ ਜਿਹੜੇ ਲਗਾਤਾਰ ਰੇਡੀਓ ਸੁਣਦੇ ਆ ਜੀ, ਜਿਹਨਾਂ ਦੇ ਕੋਲ ਇੰਨੀ ਸਮਝ ਹੈਗੀ ਆ ਵੀ ਗੱਲ ਹੋ ਕੀ ਰਹੀ, ਵਿਸ਼ਾ ਚੱਲ ਕੀ ਰਿਹਾ ਆ, ਜਿਹਨਾਂ ਦੇ ਕੋਲ ਆਪਣਾ ਕੋਈ IQ ਜਿਹਨਾਂ ਦਾ ਡਿਵੈਲਪ ਹੋ ਚੁੱਕਾ, ਜਿਹਨਾਂ ਦੇ ਕੋਲ ਕਾਮਨ ਸੈਂਸ ਹੈਗੀ ਆ, ਜਿਹੜੇ ਤਰੱਕੀ ਵਿਕਾਸ ਕਰਨਾ ਚਾਹੁੰਦੇ ਆਪਣੀ ਪਰਸਨੈਲਿਟੀ ਦਾ, ਉਹ ਆ ਸਾਡੀ ਪ੍ਰੋਪਰਟੀ, ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਸਮਝਿਆ, ਉਹ ਹੋ ਸਕਦਾ 10 ਹੋਣ, 15 ਹੋਣ, 5 ਹੋਣ, ਜੋ ਮਰਜ਼ੀ ਹੋਵੇ, ਠੀਕ ਹੈ, ਸਾਨੂੰ ਪਰਵਾਹ ਨਹੀਂ ਇਸ ਗੱਲ ਦੀ, ਕਿਉਂਕਿ ਅਸੀਂ ਕੋਈ ਧੜਾ, ਕੋਈ ਪਾਰਟੀ, ਕੋਈ ਉਗਰਾਹੀ ਨਹੀਂ ਕਰਨੀ, ਕੋਈ ਅਸੀਂ ਪੋਲੀਟੀਕਲ ਜਿਹੜਾ ਇੱਦਾਂ ਦਾ ਏਜੰਡਾ ਨਹੀਂ ਸਾਡਾ ਹੈਗਾ, ਅਸੀਂ ਕਿਤੇ ਜਾ ਕੇ ਇਲੈਕਸ਼ਨ ਨਹੀਂ ਲੜਨੀ, ਅਸੀਂ ਕੋਈ ਇੱਦਾਂ ਦੀ ਉਗਰਾਹੀ ਕਰਕੇ ਕੋਈ ਵੱਡਾ ਕੰਮ ਨਹੀਂ ਕਰਨਾ ਚਾਹੁੰਦੇ, ਠੀਕ ਹੈ, ਆਪਣੇ ਆਪ ਹੋਊਗਾ, ਤੁਸੀਂ ਦੇਖ ਲਿਆ ਜਦੋਂ ਗਿਣਤੀ 5 ਤੋਂ 10, 10 ਤੋਂ 15, 15 ਤੋਂ 20 ਹੁੰਦੀ ਗਈ, ਤੁਹਾਨੂੰ ਸਿੱਟੇ ਮਿਲਣਗੇ। ਔਰ ਇਹ ਇੱਕ ਮੈਂ ਗਰੰਟੀ ਦੇ ਦਿੰਦਾ ਵੀ ਜਿਹੜਾ ਟਕਸਾਲੀ ਜਿਹੜਾ ਲਾਣਾ ਆ ਸਾਰਾ, ਇਹਨਾਂ ਦੇ ਕੋਲ ਆਪਣੇ ਆਪ ਦੇ ਵਿੱਚ ਇੰਨਾ ਕੌਨਫੀਡੈਂਸ ਨਹੀਂ ਹੈਗਾ ਵੀ ਜੋ ਇਹ ਕਹਿ ਰਹੇ ਆ ਠੀਕ ਆ, ਹਾਂਜੀ, ਇਹਦੇ ਵਿੱਚ ਹੀ ਕੁਛ ਪ੍ਰਾਪਤ ਕਰ ਲੈਣਗੇ, ਹਾਂਜੀ, ਇਹਨਾਂ ਨੂੰ ਖੁਦ ਨੂੰ ਨਹੀਂ ਪਤਾ, ਨਹੀਂ ਪਤਾ, ਆਪ ਡੋਲੇ ਹੋਏ ਆ, ਇਹਨਾਂ ਦੀਆਂ ਹਰਕਤਾਂ ਵੀ ਮਿਲ ਨਹੀਂ ਰਹੀਆਂ ਜਵਾਨਾਂ ਦੇ ਨਾਲ, ਠੀਕ ਹੈ, ਹੁਣ ਖੰਡਾ ਇੱਥੇ ਟੀਵੀ ਤੇ ਬੈਠ ਕੇ, ਹਾਂਜੀ, ਇਹ ਸਬੂਤ ਦੇ ਰਿਹਾ ਆ ਵੀ ਚਮਕੀਲੇ ਨੂੰ ਮਾਰਨਾ ਜਾਇਜ਼ ਆ, ਹਾਂਜੀ, ਹਨਾ, ਆਪ ਬੱਬੂ ਮਾਨ ਦੇ ਨਾਲ ਖੜਾ ਆ, ਉਹ 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 ਚਮਕੀਲੇ ਦੀ ਸ਼ਹੀਦ ਵਾਲੀ ਜਿਹੜੀ ਕਿਤਾਬ ਆ ਵੀ ਸ਼ਹੀਦ ਅਮਰ ਸਿੰਘ ਚਮਕੀਲਾ, ਉਹਨੂੰ ਉਹ ਕਰ ਰਿਹਾ ਆ, ਬਿਲਕੁਲ, ਬਹੁਤੇ ਜਿਹੜੇ ਮਤਲਬ ਜਿਹੜੇ ਬੰਦਾ ਇੱਕ ਗੱਲ ਵੀ ਕਰਕੇ ਗਿਆ ਸੀ ਵੀ ਖੰਡਾ ਉਹਨਾਂ ਨੂੰ ਜਿਹੜੇ ਪ੍ਰੋਗਰਾਮ ਵਗੈਰਾ ਕਰਦਾ ਸਾਰੇ ਕਲਾਕਾਰਾਂ ਦੇ, ਮੈਂ ਕਹਿੰਦਾ 99%, 1% ਤਾਂ ਨਾ ਵੈਸੇ ਮੈਨੂੰ ਲੱਗਦਾ ਤਾਂ 100% ਹੀ ਹੋਣੇ ਆ, ਪਰ 99% ਜਿਹੜੇ ਕਲਾਕਾਰ ਹੈਗੇ ਆ ਉਹ ਚਮਕੀਲੇ ਦੇ ਗੁਣ ਗਾਉਂਦੇ ਆ, ਉਹਨਾਂ ਨੂੰ ਫੋਲੋ ਕਰੀਏ ਅਸੀਂ, ਉਹਨਾਂ ਦੇ ਗਾਣੇ ਉਸ ਵੇਲੇ ਉਹਨੂੰ ਕੁਛ ਨਵਾਂ ਦਿੱਤਾ ਸੀ, ਹਾਂਜੀ, ਚਮਕੀਲੇ ਨੇ ਜਿਹੜਾ ਇੱਕ ਨਵੀਂ ਲੀਹ ਤੋੜ ਦਿੱਤੀ ਸੀ, ਹਾਂਜੀ, ਪੰਜਾਬ ਦੇ ਵਿੱਚ ਟਿਊਨਾਂ ਜਿਹੜੀਆਂ ਉਹ ਦਿੱਤੀਆਂ, ਅੱਜ ਵੀ ਤਕੜੇ ਤਕੜੇ ਵਧੀਆ ਵਧੀਆ ਕਲਾਕਾਰਾਂ ਦੇ ਗਾਣਾ ਇੰਨਾ ਸੋਹਣਾ ਹੁੰਦਾ, ਉਹਦੇ ਵਿਚਾਲੇ ਜਦੋਂ ਖਾਲੀ ਸਪੇਸ ਹੁੰਦੀ ਹੈ ਨਾ, ਉਹ ਚਮਕੀਲੇ ਦੀ ਟਿਊਨ ਜਿਹੜੀ ਆ ਉਹਦੇ ਗਾਣੇ ਦੀ ਟਿਊਨ ਭਰੀ ਉਹ ਹੁੰਦੀ, ਹਾਂ ਪਤਾ ਲੱਗ ਜਾਣਾ ਤਾਂ, ਠੀਕ ਆ, ਠੀਕ ਹੈ, ਉਹ ਜਿਸ ਤਰੀਕੇ ਨਾਲ ਖੁੱਲ੍ਹ ਕੇ ਬੋਲਿਆ ਉਹ ਇੱਦਾਂ, ਹੁਣ ਸਾਰੇ ਗਾਣਿਆਂ ਚ ਆਮ ਆਮ ਉਹ ਕਰ ਇੱਕ ਨਵਾਂ ਟ੍ਰੈਂਡ ਸ਼ੁਰੂ ਕਰਤਾ ਸੀ ਉਹਨੇ, ਬਿਲਕੁਲ, ਠੀਕ ਹੈ, ਤੇ ਉਹ ਚੀਜ਼ ਹੁਣ ਮਢੀਰ ਨੂੰ ਚੰਗੀ ਲੱਗਦੀ ਆ, ਹਾਂਜੀ, ਕੋਈ ਸ਼ੱਕ ਨੀ ਜੀ ਉਹਦੇ ਵਿੱਚ ਵੀ ਇਹ ਬੰਦਿਆਂ ਨੇ, ਕਦੇ ਵੀ ਤੁਸੀਂ ਇੱਦਾਂ ਇਹਨਾਂ ਦੇ ਉੱਤੇ ਕੋਈ ਬਹੁਤੇ ਭਰੋਸੇ ਵਾਲੀ ਗੱਲ ਨਹੀਂ ਹੈਗੀ, ਜੇ ਤੁਸੀਂ ਚਾਹੁੰਦੇ ਆ ਦੇਖਣਾ ਇਹਨਾਂ ਨੂੰ, ਸਾਡੇ ਨਾਲ ਇੱਕ ਸਰੋਤੇ ਆ ਜੀ, ਤੇ ਉਹਨਾਂ ਨੂੰ ਪਹਿਲਾਂ ਅਸੀਂ ਲੈ ਲਈਏ, ਤੇ ਬ੍ਰੇਕ ਦਾ ਟਾਈਮ ਜੇ ਸਾਡੇ ਕੋਲ ਹੈਗਾ ਥੋੜਾ ਜਿਹਾ ਪਹਿਲਾਂ, ਹਾਂਜੀ ਵਿਕਰਮ ਸਿੰਘ ਤੁਸੀਂ ਆਉਂਦੇ ਰਹੋ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆਪਣੇ ਗੱਲ ਕਰਨੀ ਸੀਗੀ ਜੀ ਅਵਤਾਰ ਸਿੰਘ ਟੁੰਡੇ ਬਾਰੇ, 2-3 ਮਿੰਟ ਲੈਣੇ ਸੀ ਸਿਰਫ ਤੁਹਾਡੇ। ਹਾਂਜੀ, ਤੁਸੀਂ ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆਈ ਆ ਜੀ। ਹਾਂਜੀ ਹੁਣ ਕਿੱਦਾਂ ਜੀ? ਹਾਂਜੀ ਠੀਕ ਆ। ਮੈਂ ਕਿਹਾ ਮੈਂ ਅਵਤਾਰ ਖੰਡੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਆ, 2-3 ਮਿੰਟ ਲੈਣੇ ਤੁਹਾਡੇ। ਮੈਂ ਕੋਈ ਨੀ ਜੀ।
ਹਾਂਜੀ ਇਹ ਨਾ ਅਵਤਾਰ ਸਿੰਘ ਖੰਡੇ ਦੀਆਂ ਦੋ ਇੰਟਰਵਿਊ ਸੋਤਾ ਬੇਨਤੀਆਂ ਵਾ, ਦੇਖਿਓ ਯੂਟਿਊਬ ਤੇ ਸਰਚ ਕਰਕੇ, ਇੱਕ ਤਾਂ ਲਿਖਿਓ ਵੀ ਵਾਏ ਚਮਕੀਲਾ ਕਿਲਡ, ਹਾਂਜੀ ਉਹ ਇਹਨਾਂ ਦੇ ਸ਼ੋਅ ਕੀਤਾ ਸੀਗਾ, ਉਹਦੇ ਵਿੱਚ ਕੋਈ ਬੰਦਾ ਮੈਨੂੰ ਨਾਮ ਨੀ ਯਾਦ ਜਿਹੜਾ ਇਹਨਾਂ ਸੱਦਿਆ ਸੀਗਾ, ਤੇ ਉਹ ਦੱਸਦੇ ਆ ਸੱਦ ਕੇ, ਤੇ ਇਹ ਉਹਦੇ ਵਿੱਚ ਜਾਇਜ਼ ਠਹਿਰਾਉਂਦਾ ਵਾ ਕਿ ਚਮਕੀਲੇ ਨੇ ਜਿਹੜਾ ਮਾਰਿਆ ਵਾ ਉਹਦੀ ਕਰਤੂਤਾਂ ਕਰਕੇ ਮਾਰਿਆ ਵਾ, ਉਹ ਗੰਦਾ ਗਾਉਂਦਾ ਸੀਗਾ ਉਹਦੇ ਕਰਕੇ ਕਹਿੰਦੇ ਮਾਰਿਆ ਖਾੜਕੂ ਸਿੰਘਾਂ ਨੇ, ਤੇ ਜਿਹਨਾਂ ਮਾਰਿਆ ਉਹ ਬੜੇ ਵਧੀਆ ਬੰਦੇ ਸੀ, ਚਮਕੀਲਾ ਘਟੀਆ ਬੰਦਾ ਸੀਗਾ। ਤੇ ਦੂਜੀ ਇੰਟਰਵਿਊ ਸਰੋਤਿਆਂ ਨੂੰ ਬੇਨਤੀ ਆ, ਤੁਸੀਂ ਵੀ ਕਿਤੇ ਕੱਢ ਕੇ ਮੈਂ ਤੁਹਾਨੂੰ ਲਿੰਕ ਭੇਜ ਦਾਂਗਾ ਪਾਇਓ, ਤੇ ਸਰੋਤੇ ਵੀ ਦੇਖ ਰਹੇ ਲਿਖਿਓ ਕਿ ਅਵਤਾਰ ਖੰਡਾ ਵਿਦ ਬੱਬੂ ਮਾਨ, ਉਹ ਤੁਹਾਨੂੰ ਯੂਟਿਊਬ ਤੇ ਇੰਟਰਵਿਊ ਲੱਭ ਜਾਣੀਆਂ ਵਾ, ਇਹਨੇ ਆਪਣੇ ਚੈਨਲ ਤੇ ਸੱਦ ਕੇ ਬੱਬੂ ਮਾਨ ਦੀਆਂ ਇੰਟਰਵਿਊ ਕੀਤੀਆਂ ਹੋਈਆਂ ਵਾ, ਤੇ ਫੋਟੋਆਂ ਤੁਸੀਂ ਬੱਬੂ ਮਾਨ ਨਾਲ ਦੇਖ ਲਈਆਂ, ਉੱਥੋਂ ਪਤਾ ਲੱਗ ਜਾਣਾ ਚਾਹੀਦਾ ਤੁਹਾਨੂੰ ਕਿੰਨੇ ਪੱਕੇ ਜਨਾਨੇ ਆ ਇਸ ਬੰਦੇ ਦੇ ਬੱਬੂ ਮਾਨ। ਹੁਣ ਮੈਂ ਨਾ ਤਾਂ ਇੱਥੇ ਮੈਂ ਚਮਕੀਲੇ ਦੀ ਵਕਾਲਤ ਕਰਨ ਲਈ ਫੋਨ ਕੀਤਾ ਵਾ, ਨਾ ਮੈਂ ਸੁਣਦਾ ਵਾ ਉਸ ਬੰਦੇ ਨੂੰ, ਤੇ ਨਾ ਹੀ ਮੈਂ ਬੱਬੂ ਮਾਨ ਨੂੰ ਕੋਈ ਸਹੀ ਜਾਂ ਗਲਤ ਸਾਬਤ ਕਰਨ ਲਈ ਫੋਨ ਕੀਤਾ ਵਾ। ਹਾਂ ਠੀਕ ਆ, ਇੰਨੀ ਗੱਲ ਚ ਬਿਲਕੁਲ ਹੀ ਹੱਕ ਚ ਆ ਕਿ ਆਜ਼ਾਦੀ ਹੋਣੀ ਚਾਹੀਦੀ ਹਰ ਬੰਦੇ ਨੂੰ, ਜੋ ਚਾਹੇ ਗਾਉਣ ਦੀ ਜੋ ਚਾਹੇ ਕਰਨ ਦੀ, ਤੁਹਾਨੂੰ ਕੋਈ ਧੱਕੇ ਨਾਲ ਹੀ ਲੈ ਕੇ ਜਾਂਦਾ, ਸੁਣਨਾ ਸੁਣੋ ਨਹੀਂ ਸੁਣਨਾ ਨਾ ਸੁਣੋ ਕਿਸੇ ਨੂੰ, ਕਿਸੇ ਨੂੰ ਮਾਰਨ ਦਾ ਹੱਕ ਨਹੀਂ ਹੈਗਾ, ਇਸ ਗੱਲ ਠੋਕ ਕੇ ਕਹਿੰਦੇ ਹਾਂ ਆਪਾਂ। ਮੈਂ ਹੁਣ ਆਵਾਂ ਆਪਣੀ ਗੱਲ ਤੇ, ਇਹ ਕਹਿੰਦੇ ਜੀ ਚਮਕੀਲੇ ਨੂੰ ਮਾਰਿਆ ਬੜਾ ਗੰਦਾ ਗਾਉਂਦਾ ਸੀਗਾ, ਤੇ ਪਰਿਵਾਰ ਵਿੱਚ ਸੁਣਨ ਵਾਲੇ ਉਹਦੇ ਗਾਣੇ ਨਹੀਂ ਸੀ ਹੁੰਦੇ, ਹੁਣ ਕੀ ਗੱਲ ਅੱਜ ਜੋ ਚੱਲ ਰਿਹਾ ਵਾ ਟੀਵੀਆਂ ਤੇ ਗਾਉਣ ਵਾਲੇ ਜਿਹੜੇ ਬੋਲਦੇ ਆ, ਕੀ ਉਹ ਪਰਿਵਾਰਾਂ ਵਿੱਚ ਸੁਣ ਜਾਊਗਾ? ਪਹਿਲਾਂ ਮੈਂ ਬੱਬੂ ਮਾਨ ਦੀ ਗੱਲ ਕਰਦਾ ਕਿ ਜਿਹੜੇ ਬੱਬੂ ਮਾਨ ਇਹਦੇ ਜਰਾਨੇ ਆ, ਬੱਬੂ ਮਾਨ ਚਮਕੀਲੇ ਦਾ ਬਹੁਤ ਵੱਡਾ ਫੈਨ ਆ, ਸਰੋਤਿਆਂ ਨੂੰ ਪਤਾ ਹੋਣਾ ਤੁਸੀਂ ਗਾਏ ਬਗਾਏ ਗਾਣਾ ਕਿਤੇ ਸੁਣਿਆ ਹੋਣਾ, ਕਿਤੇ ਵੱਜਦਾ ਕਿਤੇ ਡੀਜੇ ਤੇ, ਬੱਬੂ ਮਾਨ ਕਹਿੰਦਾ ਵੀ ਆਉਂਦੀ ਆ ਆਵਾਜ਼ ਜੱਟਾ ਤੁਣ ਤੁਣ ਦੀ, ਚੋੜੀ ਚੋੜੀ ਜੱਟੀ ਚਮਕੀਲਾ ਸੁਣਦੀ, ਬੱਬੂ ਮਾਨ ਦਾ ਗਾਣਾ ਵਾ ਜੀ। ਬੱਬੂ ਮਾਨ ਆਪਣੀਆਂ ਇੰਟਰਵਿਊ ਵਿੱਚ ਸਾਫ਼ ਤੇ ਸਪਸ਼ਟ ਕਹਿੰਦਾ ਚਮਕੀਲਾ ਸਾਡੇ ਦਿਲਾਂ ਵਿੱਚ ਵੱਸਦਾ ਵਾ, ਤੇ ਚਮਕੀਲੇ ਤੇ ਫਿਲਮ ਬਣਵਾ ਰਿਹਾ ਬੱਬੂ ਮਾਨ ਚਮਕੀਲੇ ਤੇ, ਇਹ 2016 ਦੀਆਂ ਵੀਡੀਓ ਪਈਆਂ ਯੂਟਿਊਬ ਤੇ, ਆਪ ਨੀ ਉਹਨੇ ਆਉਣਾ ਫਿਲਮ ਵਿੱਚ, ਪਰ ਪੈਸੇ ਸਪੈਂਡ ਕਰਾ ਕੇ ਬਣਵਾ ਰਿਹਾ ਵਾ ਉਸ ਦੇ ਉੱਤੇ, ਕਹਿੰਦਾ ਚੰਗਾ ਕੰਡਕਟਰ ਉਹਦੇ ਵਿੱਚ ਲੈ ਕੇ ਆਉਣਾ ਗਾੜੀ। ਤੇ ਬੱਬੂ ਮਾਨ ਸਾਫ਼ ਕਹਿੰਦਾ ਵਾ ਵੀ ਜੇ ਬੇਅੰਤ ਸਿੰਘ ਜਾਂ ਹੋਰ ਬੰਦੇ ਪੰਜਾਬ ਵਿੱਚ ਐਸੇ ਕਦਮ ਨਾ ਉਠਾਉਂਦੇ ਤਾਂ ਕਹਿੰਦਾ ਵੀ ਜਿਹੜੀ ਪੰਜਾਬੀ ਸੱਭਿਆਚਾਰ ਵਾ ਇਹ ਕਦੀ ਪ੍ਰਫੁੱਲਤ ਨਹੀਂ ਸੀ ਹੋਣਾ, ਇਹ ਬੰਦਿਆਂ ਨੇ ਨਾ ਪੁੱਟਣਾ ਸੀਗਾ। ਹੁਣ ਮੈਂ ਇੱਥੇ ਗੱਲ ਲਿਆਉਣੀ ਚਾਹੁੰਦਾ ਵੀ ਇਹ ਬੰਦੇ ਕਿੱਡੇ ਦੋਹੜੇ ਕਿਰਦਾਰ ਦੇ ਮਾਲਕ ਆ, ਇੱਕ ਪਾਸੇ ਬੱਬੂ ਮਾਨ ਨੂੰ KTV ਤੇ ਸੱਦ ਕੇ ਇੰਟਰਵਿਊ ਕਰ ਰਹੇ ਆ, ਤੇ ਇੱਕ ਪਾਸੇ ਉਹ ਉਹੀ ਸੇਮ ਸਾਲ 2018 ਦੀ ਇੰਟਰਵਿਊ, ਦੋਵੇਂ 2018 ਦੇ ਵਿੱਚ ਹੀ ਸੱਦ ਕੇ ਦੂਜੇ ਬੰਦਿਆਂ ਨੂੰ, ਆ ਕੁਝ ਮਹੀਨੇ ਮੇਰੇ ਖਿਆਲ ਕੁਝ ਹਫ਼ਤੇ ਪਹਿਲਾਂ ਵੀ ਫੇਸਬੁੱਕ ਤੇ ਘੁੰਮਦੀ ਦੇਖੀ ਹੋਣੀ ਵੀਡੀਓ ਬੰਦੇ ਦੀ, ਉਹ ਚ ਕਹਿ ਰਹੇ ਆ ਵੀ ਜਿਹੜਾ ਮਾਰਿਆ ਸੀ ਚਮਕੀਲੇ ਨੂੰ ਜਾਇਜ਼ ਮਾਰਿਆ ਸੀਗਾ। ਹੁਣ ਵੇਖ ਲਓ ਸਰੋਤੇ ਹਿਸਾਬ ਲਾ ਕਿੰਨੇ ਦੋਹੜੇ ਕਿਰਦਾਰ ਦੇ, ਕਿੰਨੇ ਕਮੀਨੇ ਬੰਦੇ ਆ, ਵੀ ਇੱਕ ਪਾਸੇ ਉਹ ਬੰਦਾ ਜਿਹੜਾ ਗਾਣੇ ਗਾਉਂਦਾ ਸੀ ਕਹਿੰਦੇ ਵੀ, ਜੇ ਹੁਣ ਇਹਨਾਂ ਕਹਿਣਾ ਵਾ ਜਿਹੜੇ ਬੰਦੇ ਕਹਿੰਦੇ ਆ ਵੀ ਗਾਣੇ ਵਧੀਆ ਬੜੇ ਬੱਬੂ ਮਾਨ ਨੇ ਗਾਏ ਆ, ਜੇ ਮਾੜੇ ਗਾਏ ਆ ਤਾਂ ਜਿੱਦਾਂ ਹੁਣ ਬੱਬੂ ਮਾਨ ਦੇ ਕਿਹੜੇ ਚੰਗੇ ਗਾਣੇ ਕਿੰਨੇ, ਕਹਿੰਦਾ ਵੀ ਕਹਿਣ ਆਈ ਹੈ ਵਨ ਨਾਈਟ ਸਟੈਂਡ ਵਿਦ ਯੂ ਜਾਂ ਚੌਥਾ ਪੈਗ ਲਾ ਕੇ ਕਹਿੰਦਾ ਬਾਂਹ ਫਰਨੀ, ਤੇ ਇਹ ਚੰਗੇ ਗਾਣੇ ਆ, ਜੇ ਕਹਿੰਦੇ ਚੰਗੇ ਗਾਏ ਆ ਤੇ ਚੰਗੇ ਦਾ ਫਿਰ ਮੈਂ ਯੂਟਿਊਬ ਤੇ ਸਰਚ ਕੀਤਾ ਸੀਗਾ ਚਮਕੀਲੇ ਦੇ ਵੀ ਚੰਗੇ ਬੜੇ ਸੀ, ਕਹਿੰਦਾ ਬਾਬਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਤਲਵਾਰ ਮੈਂ ਕਲਗੀ ਧਰਦੀ ਹਾਂ, ਫਿਰ ਤੀਜਾ ਗਾਣਾ ਸੀਗਾ ਇਹ ਸਰਹੰਦ ਦੀ ਦੁਆਰੇ ਨੀ, ਚੌਥਾ ਸੀਗਾ ਤੁਰ ਚੱਲੀ ਜਿੰਦਰੀਏ, ਪੰਜਵਾਂ ਸੀਗਾ ਨਾਮ ਜਪ ਲੈ ਨਮਾਣੀ ਜਿੰਦੇ ਮੇਰੀਏ ਤੇ ਔਖੇ ਵੇਲੇ ਕੰਮ ਆਏਗਾ। ਹੁਣ ਇਹ ਦੱਸਣ ਵੀ ਇਹ ਕਿਹੜੇ ਪਾਸੇ ਖੜੇ ਆ, ਵੀ ਉਹਨੂੰ ਮਾਰ ਕੇ ਗਲਤੀ ਕੀਤੀ ਸੀ ਮੰਨਣ
ਨਹੀਂ ਮੰਨਣਾ ਤੇ ਫਿਰ ਅੱਜ ਜਿਹੜੇ ਬੰਦਿਆਂ ਨਾਲ ਕਰ ਰਹੇ ਆ ਤੁਹਾਡੇ ਦੇ ਇਲਜ਼ਾਮ ਲਾਉਂਦੇ ਆ ਵੀ ਹਰਨੇਕ ਸਿੰਘ ਟੀ ਆਰ ਪੀ ਇਕੱਠੀ ਕਰਨ ਲਈ ਇਹ ਬੰਦਿਆਂ ਦਾ ਨਾਮ ਲੈ ਕੇ ਵੀਡੀਓ ਬਣਾਉਂਦਾ ਵਾ ਜਾਂ ਸ਼ੋ ਚਲਾਉਂਦਾ ਵਾ। ਇਹ ਤਾਂ ਸਾਰੇ ਲੋਕੀ ਜਾਣਦੇ ਆ ਵੀ ਕੋਈ ਵੀ ਆਪਣੀ ਆਪਣੀ ਬੱਲੇ ਬੱਲੇ ਦੀ ਤੁਹਾਡੇ ਮਹਿਰੂਆਂ ਦੇ ਨਾਲ ਤੁਹਾਡੇ ਪਸ਼ੂਆਂ ਦੇ ਨਾਲ ਪੰਗੇ ਨਹੀਂ ਲੈਂਦਾ। ਬੱਲੇ ਬੱਲੇ ਦੀ ਹੋਰ ਬੜੇ ਹੈਗੇ ਆ ਆਏ ਦਿਨ ਮੁੱਦਾ ਆਇਆ ਰਹਿੰਦਾ ਪੰਜਾਬ ਚ। ਪਰ ਤੁਸੀਂ ਕੀ ਗੱਲ ਬੱਬੂ ਮਾਨ ਨੂੰ ਜਾਂ ਹੋਰ ਗਾਉਣ ਵਾਲਿਆਂ ਨੂੰ ਸੱਦ ਕੇ ਟੀ ਆਰ ਪੀ ਨਹੀਂ ਸੰਭਾਲਦੇ? ਦੀਦਾ ਦੀਦਾ ਸਾਫ਼ ਦੀਦਾ ਜੀ ਇਹੀ ਗੱਲ ਇਹ ਗੱਲ ਮੈਂ ਮੇਨ ਕਰਨੀ ਸੀਗੀ ਵੀ ਵੇਖ ਲਓ ਇਹ ਬੰਦੇ ਕਿੱਡੇ ਕਮੀਨੀ ਜਿਹੇ ਭੜੇ ਹੋਏ ਆ। ਇੱਕ ਪਾਸੇ ਗਾਉਣ ਵਾਲੇ ਨੂੰ ਮਾਰ ਕੇ ਹੁਣ ਤੱਕ ਵੀ ਕਹਿੰਦੇ ਆ ਰਹੇ ਵੀ ਜਾਇਜ਼ ਵਾ। ਵੇਖੋ ਭਾਜੀ ਵੀ ਆਪਣੇ ਬੰਦਾ ਕੋਈ ਧੱਕੇ ਨਾ ਕਿਸੇ ਨੂੰ ਸੁਣਾਉਂਦਾ। ਹੁਣ ਮੈਂ ਨਾ ਆਪਣੇ ਕੈਨੇਡਾ ਕਦੋਂ ਦਾ ਆਇਆ, ਇਹ ਕੋਈ ਗਾਉਣ ਵਾਲਾ ਨਹੀਂ ਹੋਣਾ, ਕੋਈ ਸਟਾਰ ਨਹੀਂ ਹੋਣਾ ਬਾਲੀਵੁੱਡ ਦਾ ਜਿਹੜਾ ਨਾਂ ਆਇਆ ਹੋਏ। ਮੈਂ ਕਦੀ ਨਹੀਂ ਕਿਸੇ ਨੂੰ ਗਿਆ ਨਾ ਸਾਨੂੰ ਕੋਈ ਘਰੋਂ ਕੋਈ ਧੱਕੇ ਨਾ ਲੈਣ ਆਇਆ ਵੀ ਆ ਚੱਲੀਏ ਸੁਣ ਨਾ ਮੇਰੇ ਕੰਨਾਂ ਚ ਕੋਈ ਧੱਕੇ ਨਾ ਵਾਰਦਾ ਵੀ ਸੁਣ ਜੋ ਨਹੀਂ ਸੁਣਨਾ ਆਪਣੇ ਘਰੇ ਘਰੀ ਵੋ ਹਰ ਬੰਦੇ ਨੂੰ ਆਜ਼ਾਦੀ ਹੈ ਡੈਮੋਕ੍ਰੇਸੀ ਦਾ ਹੀ ਤਾਂ ਮਤਲਬ ਤੁਸੀਂ ਚੱਕ ਕੇ ਜਾ ਕੇ ਗਾਉਣ ਵਾਲੇ ਨੂੰ ਮਾਰ ਕੇ ਤੇ ਫੜਾ ਮਾਰਦੇ ਫਿਰਦੇ ਤੇ ਅੱਜ ਕੀ ਅੱਜ ਮੈਂ ਮਾਫੀ ਮੰਗ ਕੇ ਵਰਡ ਵਰਤਾ ਲੱਗਾ ਵਾ ਇੰਟਰਨੈਟ ਤੇ ਗੰਦ ਵੀ ਪਿਆ ਹੁੰਦਾ ਪੋਰਨ ਵੀਡੀਓਜ਼ ਪਈਆਂ ਵਾ ਕੀ ਤੁਸੀਂ ਚੱਕ ਚੱਕ ਕੇ ਉਹਨਾਂ ਨੂੰ ਮਾਰ ਕੇ ਆਓਗੇ ਲੱਭ ਲੱਭ ਕੇ ਬੰਦਿਆਂ ਨੂੰ? ਨਾਲੇ ਉਸੇ ਇੰਟਰਨੈਟ ਦੇ ਉੱਤੇ ਇਹ ਕੀਰਤਨ ਸੁਣਦੇ ਆ ਉਹਦੇ ਤੇ ਗੁਰੂ ਗ੍ਰੰਥ ਇਨੀ ਤਾਂ ਇਹ ਵੀ ਨਹੀਂ ਕੀਤਾ ਵੀ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾ ਦੇਣ ਵੀ ਭਾਈ ਇੰਟਰਨੈਟ ਤੇ ਗੰਦ ਬਹੁਤ ਆ ਇਸ ਕਰਕੇ ਨਾ ਤਾਂ ਉੱਤੇ ਕੋ ਗੁਰਬਾਣੀ ਦਾ ਸ਼ਬਦ ਨਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਕਿਸੇ ਗੁਰਦੁਆਰੇ ਦੀ ਫੋਟੋ ਕੁਛ ਵੀ ਅਰਦਾਸ ਕੁਛ ਵੀ ਪਾਇਆ ਨਾ ਜਾਵੇ ਉਹਦੇ ਉੱਤੇ। ਹਾਂਜੀ ਹਾਂਜੀ ਇੰਨਾ ਵੀ ਨਹੀਂ ਕਰ ਸਕੇ ਆਪ ਜਿਨ ਔਰ ਦੂਜੀ ਗੱਲ ਜਿੰਨਾ ਕ ਤੁਸੀਂ ਦਸਮ ਗ੍ਰੰਥ ਇਨੀ ਕੀ ਕੀਤਾ ਪੇ ਸ਼ੁਰੂ ਦੇ ਵਿੱਚ ਜਾ ਪਿਆ ਤੇ ਅਖੀਰ ਦੇ ਵਿੱਚ ਉਹਦੇ ਹੈਗਾ ਜਫਰਨਾਮਾ ਤੇ ਵਿਚਾਲੇ ਤ੍ਰਿਆ ਚਰਿੱਤਰ ਤੇ ਰਾਮਾ ਅਵਤਾਰ ਕ੍ਰਿਸ਼ਨਾ ਅਵਤਾਰ ਪਤਾ ਨਹੀਂ ਚੰਡੀ ਦੀ ਵਾਰ ਕੀ ਕੁਛ ਗੰਦ ਭਰ ਦਿੱਤਾ ਉਹਦੇ ਚ। ਹੁਣ ਇਦਾਂ ਤਾਂ ਚਮਕੀਲੇ ਦੀਆਂ ਵੀਡੀਓ ਵੀ ਮਿਲ ਜਾਂਦੀਆਂ ਪੀ ਇੱਕ ਪਹਿਲਾ ਗਾਣਾ ਧਾਰਮਿਕ ਗਾ ਦਿੱਤਾ ਅਖੀਰ ਦੇ ਵਿੱਚ ਬੋਲੀਆਂ ਕਲਚਰ ਪਾਤੀਆਂ ਦੇ ਗੱਭੇ ਆਪਣਾ ਜੋ ਮਰਜ਼ੀ ਕਰ ਗਿਆ। ਬਿਲਕੁਲ ਜੀ ਬਿਲਕੁਲ ਨਹੀਂ ਪਰ ਇਹ ਪੰਡੇ ਕਿਤੇ ਕਮੀਨੇ ਆ ਨਾ ਵੀ ਇੱਕ ਪਾਸੇ ਤੁਸੀਂ ਬੱਬੂ ਮਾਨ ਨੂੰ ਪ੍ਰਮੋਟ ਕਰਦੇ ਜੇ ਉਹਦੀਆਂ ਟਿਕਟਾਂ ਵੰਡਦੇ ਜੇ ਬਾਹਰ ਖੰਡਾ ਸ਼ੋਅ ਕਰਾਉਂਦਾ ਆਪਦੇ ਉਹਨੂੰ ਚੈਨਲ ਤੇ ਸੱਦਦਾ ਵਾ ਇੱਕ ਪਾਸੇ ਚਮਕੀਲੇ ਨੂੰ ਮਾਰੇ ਜਿਨ੍ਹਾਂ ਬੰਦਿਆਂ ਨੇ ਮਾਰਿਆ ਵਾ ਉਹਨਾਂ ਦੀ ਬੱਲੇ ਬੱਲੇ ਕਰਕੇ ਚੈਨਲ ਤੇ ਕਹਿ ਰਹੇ ਵੀ ਹਾਂ ਵੀ ਦੀਪਾ ਹੀਰਾ ਨੇ ਮਾਰਿਆ ਸੂਰਮਾ ਸੀਗਾ ਇਹ ਇਦਾਂ ਲੱਚਰ ਗਾਣੇ ਗਾਉਣਾ ਪਿਆ ਸੀ ਸਿੰਘਾਂ ਨੇ ਗੱਡੀ ਚਾੜਦਾ ਇਦਾਂ ਕਰਕੇ। ਨਹੀਂ ਉਹ ਇੱਕ ਵੀਰ ਸਹੀ ਕਹਿੰਦਾ ਸੀ ਜੀ ਉਹ ਕਹਿੰਦਾ ਵੀ ਜਿਹੜਾ ਕੇ ਟੀਵੀ ਆ ਇਹ ਖਾਲਸਾ ਟੀਵੀ ਨਹੀਂ ਹੈਗਾ ਇਹ ਕੰਜਰ ਟੀਵੀ ਆ। ਬਾਕੀਆਂ ਨੂੰ ਤਾਂ ਕਹਿੰਦੇ ਹੁਣ ਜਿਹੜੇ ਜਿਹੜਾ ਜੀਤਾ ਉੱਥੇ ਹੋਟਲ ਦੇ ਵਿੱਚ ਜਨਾਨੀ ਜਦੋਂ ਕਹਿੰਦੀ ਆ ਇਹਨੂੰ ਹਾਹੀ ਕਹਿੰਦੀ ਵੀ ਕੰਜਰਾ ਮੇਰੇ ਪੈਸੇ ਮੋੜ। ਹਾਂ ਉਹ ਆਪਣੇ ਪਿੱਛੇ ਜੀ ਇੱਥੇ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਮੁੰਡੇ ਨੇ ਮੇਰੇ ਖਿਆਲ ਬੀਸੀ ਰਹਿੰਦਾ ਉਹਨੇ ਵੀਡੀਓ ਫੋਟੋ ਪਾਈ ਬੱਬੂ ਮਾਨ ਦੇ ਨਾਲ ਖਿੱਚ ਕੇ ਤੇ ਨਾ ਬੜਾ ਮੁੱਦਾ ਉਠਾਇਆ ਸੀਗਾ ਵੀ ਆਪਣੇ ਬੱਬੂ ਮਾਨ ਨਾਲ ਫੋਟੋ ਪਾ ਦਿੱਤੀ ਜਿਹਨੇ ਬੱਬੂ ਮਾਨ ਨਾਲ ਫੋਟੋ ਪਾ ਦਿੱਤੀ। ਇਹ ਹੁਣ ਬੰਦੇ ਪਤਾ ਨੀ ਦੋੜੇ ਕਿਰਦਾਰ ਵਿੱਚ ਜੀਰੇ ਨਾਲ ਜਸਟੀਫਾਈ ਕਰਨਾ ਪੈਣਾ ਜਾਂ ਪਹਿਲਾਂ ਕੀਤੀਆਂ ਨੂੰ ਕਹਿਣਾ ਪੈਣਾ ਗਲਤ ਵਾ ਜਾਂ ਫਿਰ ਅੱਜ ਵਾਲੀ ਨੂੰ ਕਹਿਣਾ ਪੈਣਾ ਇਹਨਾਂ ਨੂੰ ਇੱਕ ਪਾਸੇ ਖੜਨਾ ਪੈਣਾ ਇੱਦਾਂ ਦੋੜੇ ਜੇ ਹੋ ਗਏ ਤਾਂ ਨੀ ਸਰਨਾ ਇਹਨਾਂ ਦਾ ਇਹ ਤਾਂ ਸਵਾਲ ਉੱਠਣਗੇ ਇੱਦਾਂ ਹੀ। ਨਹੀਂ ਜੀ ਉਹ ਤਾਂ ਹੁਣ ਲੋਕਾਂ ਨੇ ਸਿਆਣੇ ਹੋ ਜਾਣਾ ਅਸਲ ਚ ਗਲਤੀ ਇਹ ਰਹੀ ਆ ਵੀ ਅਸੀਂ ਤੁਸੀਂ ਆਪ ਚੁੱਪ ਰਹੇ ਆ ਇਨੀ ਰੱਜ ਕੇ ਉਹਦਾ ਫਾਇਦਾ ਲਿਆ ਨਜਾਇਜ਼ ਫਾਇਦਾ ਲਿਆ ਨਹੀਂ। ਬਿਲਕੁਲ ਜੀ ਬਿਲਕੁਲ ਤੁਹਾਨੂੰ ਕੀ ਹੱਕ ਆ ਖਾਮ ਖਾ ਜਾ ਕੇ ਮੂੰਹ ਚੁੱਕ ਕੇ ਜਾ ਕੇ ਗਾਉਣ ਵਾਲਿਆਂ ਨੂੰ ਸੋਧੇ ਲਾਉਣ ਦੀ ਮਾਰਨ ਦੀ ਵੀ ਇਹ ਇਹ ਕਿੱਥੋਂ ਦਾ ਆ ਗਿਆ ਤੁਹਾਡਾ ਵੀ ਆਪਣੇ ਕਹਿੰਦੇ ਬੜਾ ਸੋਹਣਾ ਰਾਜ ਸੀਗਾ ਜੀ ਕਤਲੇਕਾਰਮ ਤੇ ਸ਼ਰਿਆਮ ਲੋਕਾਂ ਦੀ ਕਰ ਰਹੇ ਸੀ ਸੋਹਣਾ ਰਾਜ ਕਰਦਾ ਤੁਸੀਂ ਲੈਣਤਾ ਸੀ ਕਾਹਦੇ ਨਹੀਂ ਨਹੀਂ ਦੱਸ ਦਾ ਸਾਫ਼ ਦੀਦਾ ਜੀ ਇਹਨਾਂ ਦੀਆਂ ਕਰਤੂਤਾਂ ਸਾਫ਼ ਦੱਸਦੀਆਂ ਆ। ਇੱਕ ਇੱਕ ਮੈਂ ਇਹ ਤੋਂ ਹਟ ਕੇ ਮਾੜੀ ਜੀ ਇੱਕ ਦੂਜੇ ਵਿਸ਼ੇ ਨਾਲ ਰਿਲੇਟਡ ਗੱਲ ਕਰਨੀ ਆ ਤੇ ਇੱਕ ਮਿੰਟ ਲੈਣਾ ਸਿਰਫ ਤੁਹਾਡਾ। ਹਾਂਜੀ ਕੋਈ ਜਿਹੜੇ ਆਪਣੇ ਭਾਈ ਮੈਂ ਕੱਲ ਸ਼ੋਅ ਸੁਣਦਾ ਸੀ ਆਪਣੇ ਵੀਰਾਂ ਨੇ ਤੁਹਾਡੇ ਰੇਡੀਓ ਤੋਂ ਇੱਥੋਂ ਕੀਤਾ ਸੀਗਾ ਆਪਣੇ ਕੱਲ ਦਾ ਜਿਹੜਾ 1 ਘੰਟੇ ਦਾ ਸੀਗਾ ਉਹਦੇ ਵਿੱਚ ਉਹਨਾਂ ਨੇ ਕਾਲ ਕੀਤੀ ਸੀ ਹਰਦੇਵ ਸਿੰਘ ਜੰਮੂ ਹੁਣਾਂ ਨੇ ਤੇ ਮੇਰੇ ਖਿਆਲ ਨਾਲ 40-45 ਮਿੰਟ ਤਾਂ ਉਹੀ ਬੰਦਾ ਲੈ ਗਿਆ ਸੀਗਾ ਤੇ ਮਾਰ ਕੇ ਚਮਲਾ ਹੀ ਗਿਆ ਸੀਗਾ ਵਿੱਚ। ਹਾਂਜੀ ਉਹ ਮੈਂ
ਉਹਦੇ ਬਾਰੇ ਮਾੜੀ ਜਿਹੀ ਮੈਂ ਗੱਲ ਕਰਨੀ ਸੀਗੀ ਵੀ ਯਾਰ ਬੰਦਾ ਕਿੱਦਾਂ ਕਨਫਿਊਜ਼ ਵਾ ਵੀ ਉਹ ਆਪਣੇ ਵੀਰ ਹੋਣੀ ਹੈ ਕੁਝ ਜਿਹੜੀ ਗੱਲ ਤਾਂ ਕਹਿਣ ਵੀ ਅੱਛਾ ਤੁਸੀਂ ਇੱਦਾਂ ਮੰਨਦੇ ਨਹੀਂ 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 ਮੈਂ ਇੱਦਾਂ ਨੀ ਮੰਨਦਾ ਮੈਂ ਤਾਂ ਆਹ ਕਹਿ ਰਿਹਾ ਵਾ ਫਿਰ ਜਦੋਂ ਅੱਗੋਂ ਗੱਲ ਦੇ ਅੱਗੋਂ ਦਾ ਜਵਾਬ ਦੇਣ ਇਹਨੂੰ ਪਤਾ ਲੱਗਣ ਲੱਗੇ ਵੀ ਨਹੀਂ ਹੁਣ ਮੇਰੀ ਬੇਇੱਜ਼ਤੀ ਹੋ ਜਾਣੀ ਆ ਨਹੀਂ ਨਹੀਂ ਤੁਸੀਂ ਇੱਦਾਂ ਨਾ ਕਹੋ ਤੁਸੀਂ ਮੇਰੀ ਗੱਲ ਸਮਝ ਨਹੀਂ ਰਹੇ ਯਾਰ ਤੂੰ ਸਾਫ਼ ਤੇ ਸਪਸ਼ਟ ਤੇ ਕਹਿ ਰਿਹਾ ਵਾ ਵੀ ਟਰੰਪ ਲੂਣ ਸੁੱਟਦਾ ਮੋਢਿਆਂ ਤੇ ਤੇਰੇ ਕਹਿਣ ਦਾ ਮਤਲਬ ਆਪਾਂ ਲੂਣ ਸੁੱਟਣਾ ਪੀਏ ਮੋਢਿਆਂ ਤੋਂ ਜਾਂ ਤਾਂ ਦੱਸ ਨਾ ਵੀ ਜੇ ਲੂਣ ਸੁੱਟਣ ਦੇ ਨਾਲ ਜਾਂ ਐਸੇ ਕਰਮ ਕਾਰ ਕਰਨ ਦੇ ਨਾਲ ਤਰੱਕੀ ਹੋ ਰਹੀ ਆ ਉਹ ਵਾਧੂ ਬੋਝ ਵਾ ਤੈਨੂੰ ਐਂਕਰ ਸਾਹਮਣੇ ਸਪਸ਼ਟ ਕਹਿ ਰਿਹਾ ਵਾ ਕਿ ਭਾਈ ਉਹ ਵਾਧੂ ਬੋਝ ਵਾ ਉਹ ਅਸੀਂ ਨਹੀਂ ਨਾਲ ਚੱਕ ਸਕਦੇ ਕੋਈ ਫਾਇਦਾ ਨੀ ਸਾਨੂੰ ਨੀ ਲੱਗਦਾ ਕੋਈ ਫਾਇਦਾ ਹੈਗਾ ਵਾ ਨਹੀਂ ਜੀ ਨਹੀਂ ਆਪਣੇ ਉਹਨੂੰ ਨਾਲ ਲੈ ਕੇ ਲੋਕੀ ਜਿਹੜੇ ਦੇਸ਼ ਚੱਲ ਰਹੇ ਬੜਾ ਕੁਛ ਸਿੱਖ ਰਹੇ ਆ ਮੈਨੂੰ ਤਾਂ ਨੀ ਲੱਗਦਾ ਅਸੀਂ ਤਾਂ ਭਾਈ ਜਦੋਂ ਤੁਹਾਡਾ ਖੋਤੀ ਧਰਮ ਛੱਡਦੇ ਪਏ ਆ ਇਉਂ ਸਾਡੇ ਵਿੱਚ ਇਨਸਾਨੀ ਗੁਣ ਜਿਹੜੇ ਆ ਵੱਧ ਹੁੰਦੇ ਆ ਲੋਕਾਂ ਪ੍ਰਤੀ ਕੱਟੜਵਾਦਤਾ ਜਿਹੜੀ ਨਿਕਲਦੀ ਜਾਂਦੀ ਆ ਮੈਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਜਦੋਂ ਮੈਂ ਇਹਨਾਂ ਵਰਗੀ ਸੋਚ ਦਾ ਮਾਲਕ ਸੀਗਾ ਮੈਨੂੰ ਤਾਂ ਆਪਣੇ ਮਾਸੀ ਦੇ ਨਿਆਣੇ ਜਦੋਂ ਉਹ ਮੋਨੇ ਤੱਕ ਵੀ ਸੀਗੇ ਕੁਛ ਨਸ਼ਾ ਵੀ ਨੀ ਸੀ ਕਰਦੇ ਕੋਈ ਇੱਦਾਂ ਦਾ ਭੈੜੇ ਕੰਮ ਤਾਂ ਵੀ ਨਫ਼ਰਤ ਹੁੰਦੀ ਸੀ ਵੇਖ ਵੇਖ ਕੇ ਵੀ ਮੋਨੇ ਆ ਅਸੀਂ ਦਮਾਲੇ ਬੰਨੇ ਤੇ ਮੋਨੇ ਤਾਂ ਉਹਨਾਂ ਦੇ ਘਰੇ ਰਹਿਣ ਤੱਕ ਨੂੰ ਦਿਲ ਨੀ ਸੀ ਕਰਦਾ ਜਦੋਂ ਜੋ ਆਪਣੇ ਅੰਦਰ ਇਹ ਖੋਤੀ ਧਰਮ ਨਿਕਲਦਾ ਜਾਂਦਾ ਵਾ ਉਹ ਲੋਕਾਂ ਪ੍ਰਤੀ ਪ੍ਰੇਮ ਪਿਆਰ ਲੋਕਾਂ ਚ ਇਨਸਾਨੀ ਗੁਣ ਹੋਣੇ ਚਾਹੀਦੇ ਵੱਧਦੇ ਆ ਤੇ ਬੰਦਾ ਕਹਿੰਦਾ ਜੀ ਨਹੀਂ ਜੀ ਧਰਮਾਂ ਦੇ ਨਾਲ ਵੱਧਦੇ ਪਏ ਸ਼ਕੂ ਵੱਧਦੇ ਪਏ ਤੁਹਾਡੇ ਹਾ ਧਰਮਾਂ ਦੇ ਨਾਲ ਜਿਹੜੇ ਅਟੈਕ ਹੋਣ ਦੇ ਇਹ ਚੀਜ਼ਾਂ ਤੁਹਾਡੇ ਧਰਮ ਕਰਾ ਰਹੇ ਆ ਜਿਹੜਾ ਜੋ ਤੁਹਾਡੇ ਹਾਲਾਤ ਦੇ ਬਣੇ ਪਏ ਦੇਸ਼ਾਂ ਦੇ ਸੀਰੀਆ ਵਰਗੇ ਨਹੀਂ ਨਹੀਂ ਜਿੱਦਾਂ ਨਾ ਜਿੱਦਾਂ ਵੀਰੇ ਟਕਸਾਲੀਆਂ ਨੂੰ ਦਿਨੋਂ ਦਿਨ ਇਹ ਅਹਿਸਾਸ ਹੋ ਰਿਹਾ ਆ ਵੀ ਜਿਹੜਾ ਕਬਜ਼ਾ ਸੀ ਸਾਡੀ ਕੌਮ ਦੇ ਉੱਤੇ ਉਹ ਟੁੱਟਦਾ ਜਾ ਰਿਹਾ ਆ ਇੱਦਾਂ ਹੀ ਇਹ ਜਿਹੜੇ ਵਿਦਵਾਨ ਆ ਇਹਨਾਂ ਨੂੰ ਇਨਫੀਨਿਟੀ ਕੰਪਲੈਕਸ ਹੁੰਦਾ ਜਾ ਰਿਹਾ ਆ ਕਿ ਸਾਡੀ ਮਾਨਤਾ ਹੁਣ ਘਟਦੀ ਜਾ ਰਹੀ ਦਿਨੋਂ ਦਿਨ ਬਿਲਕੁਲ ਜੀ ਬਿਲਕੁਲ ਕੋਈ ਟਾਈਮ ਸੀ ਜਦੋਂ ਬੰਦਾ ਟਕਸਾਲ ਤੋਂ ਡੇਰਿਆਂ ਤੋਂ ਟਕਸਾਲ ਇਹਨਾਂ ਤੋਂ ਸਾਧਾਂ ਤੋਂ ਬਾਗੀ ਹੁੰਦਾ ਸੀ ਤੇ ਉਹ ਇਹਨਾਂ ਵਿਦਵਾਨਾਂ ਦੇ ਆਰਟੀਕਲ ਪੜ੍ਹ ਕੇ ਆਪਣੇ ਆਪ ਨੂੰ ਤਸੱਲੀ ਦਿੰਦਾ ਸੀ ਵੀ ਨਹੀਂ ਨਹੀਂ ਉਹ ਬੰਦੇ ਗਲਤ ਆ ਇਹ ਠੀਕ ਆ ਹਾਂਜੀ ਪਰ ਜੀ ਸਿਰੇ ਦੇ ਕਮੀਨੇ ਬੰਦੇ ਨੀਗੇ ਮੈਂ ਨਾ ਆਪਣੇ ਜਿਹੜੀ ਇਹਨਾਂ ਨੇ ਫੋਟੋ ਪਾਈ ਸੀ ਜਿਹੜੇ ਬੰਦੇ ਨੇ ਆਰਟੀਕਲ ਲਿਖਿਆ ਸੀਗਾ ਤੇ ਵਿੱਚ ਸਾਧਾਂ ਦੀ ਫੋਟੋ ਆਪਣੇ ਉਹਦੇ ਨਾਲ ਜਿਹੜਾ ਪਿੱਪੀ ਯਾਰ ਸਾਹਿਬ ਸੀ ਉਹਦੇ ਨਾਲ ਢੱਡਰੀਆਂ ਵਾਲੇ ਦੀ ਫੋਟੋ ਲਾ ਕੇ ਪੁਰਾਣੀ ਇਹਨੇ 7-8 ਸਾਲ ਪਹਿਲੀ ਪਾਈ ਇਹਨਾਂ ਨੇ ਖਾਲਸਾ ਨਿਊਜ਼ ਵਾਲਿਆਂ ਨੇ ਹੁਣ ਕਮੀਨਗੀ ਦੇ ਹੱਦ ਵਾ ਮੈਨੂੰ ਯਾਦ ਵਾ 2000 ਸਾਲਾਂ ਦਾ 2017 ਦੀ ਗੱਲ ਵਾ ਸਿੰਘਾਪੁਰ ਵਿੱਚ ਗਏ ਸੀ ਭਾਈ ਸਾਹਿਬ ਮੇਰੇ ਖਿਆਲ ਨਾਲ ਉਦੋਂ ਉੱਥੋਂ ਦੇ ਦੀਵਾਨ ਵਿੱਚ ਉਹਨਾਂ ਕਿਹਾ ਸੀਗਾ ਪਿੱਪਲੀ ਵਾਲੇ ਦਾ ਨਾਮ ਲੈ ਕੇ ਵੀ ਇਦਾਂ ਦੇ ਸਾਧ ਵਾ ਜਿਹਨਾਂ ਨੂੰ ਉੱਥੇ ਅਵਾਰਡ ਦਿੱਤੇ ਜਾਂਦੇ ਦਰਬਾਰ ਸਾਹਿਬ ਦੇ ਸੱਦ ਕੇ ਤੇ ਇਹ ਮਾਤਾ ਗੁਜਰੀ ਨੂੰ ਉਜੜੀ ਕਹਿ ਰਹੇ ਸਾਨੂੰ ਲੋੜ ਆ ਅਵੇਅਰ ਹੋਣ ਦੀ 2016-17 ਦੀ ਗੱਲ ਵਾ ਇਹ ਮੈਂ ਉਸ ਸਮੇਂ ਲਾਈਵ ਚੱਲਦੇ ਚ ਰਿਕਾਰਡ ਕਰਕੇ ਪਾਈ ਸੀ ਮੈਨੂੰ ਤਾਂ ਗੱਲ ਚੇਤੀ ਆ ਉਹ ਬੰਦਾ ਕਮੀਨਾ 2019 ਦੇ ਵਿੱਚ ਉਹ ਫੋਟੋ ਪਤਾ ਨੀ 7-8 ਸਾਲ ਪੁਰਾਣੀ ਫੋਟੋ ਕੱਢ ਕੇ ਲਾ ਕੇ ਤੇ ਪਾ ਰਿਹਾ ਜੀ ਆ ਢੱਡਰੀਆਂ ਵਾਲਾ ਕਹਿੰਦਾ ਵੀ ਇੱਕ ਸਾਧ ਵਾ ਇੱਕੋ ਯਾਰ ਵਾ ਇੱਕੋ ਜੇ ਕਮੀਨੇ ਦਾ ਕਹੇ ਬੰਦਾ ਠੀਕ ਹੈ ਕਮੀਨੇ ਇੱਕ ਤੋਂ ਇੱਕ ਵੱਧ ਕੇ ਆ ਜੀ ਤੁਸੀਂ ਜਦੋਂ ਇਹਨਾਂ ਨੂੰ ਦੇਖਣਾ ਹੈ ਨਾ ਸਤੰਬਰ 2018 ਵਿੱਚ ਇਹਨਾਂ ਨੇ ਪੋਸਟ ਪਾਈ ਢੱਡਰੀਆਂ ਵਾਲਿਆਂ ਦੀ ਫੁੱਲ ਸੁੱਟ ਰਹੀ ਹੈ ਗੁਰੂ ਗ੍ਰੰਥ ਸਾਹਿਬ ਉੱਤੇ ਤੇ ਮਾਰਚ 2018 ਵਿੱਚ ਢੱਡਰੀਆਂ ਵਾਲਿਆਂ ਦਾ 14 ਮਿੰਟ ਦਾ ਕਲਿੱਪ ਆਇਆ ਜਿਹਨੂੰ 3.5 ਲੱਖ ਬੰਦਾ ਸੁਣ ਚੁੱਕਿਆ ਯੂਟਿਊਬ ਤੇ 3.5 ਲੱਖ ਫੇਸਬੁੱਕ ਤੇ ਜਿਹਦੇ ਵਿੱਚ ਨਾ ਪਾਤੀ ਤੋੜਿਆ ਮਲਨੀ ਪਾਤੀ ਤੋੜਿਆ ਜੀਓ ਵਾਲੀ ਸ਼ਬਦ ਦੀ ਵਿਆਖਿਆ ਕਰਕੇ ਬੜਾ ਸੋਹਣਾ ਦੱਸਿਆ ਕਿ ਭਾਈ ਮੈਨੂੰ ਕਿਸੇ ਸਿੰਘ ਨੇ ਦੱਸਿਆ ਵੀ ਇਹਦਾ ਭਾਈ ਸਾਹਿਬ ਜੀ ਅਸੀਂ ਫੁੱਲ ਤੋੜਦੇ ਹਾਂ ਗਲਤ ਵਾ ਕਹਿੰਦੇ ਮੈਂ ਰਾਈਟ ਵੇ ਮੰਨ ਲਿਆ ਕਹਿੰਦੇ ਹਫ਼ਤਾ ਪਹਿਲਾਂ ਮੈਨੂੰ ਦੱਸੀ ਸੀਗੀ ਮੈਂ ਕਿਹਾ ਵੀ ਗਾਂਹ ਤੋਂ ਅੱਜ ਤੋਂ ਬਾਅਦ ਕਦੀ ਫੁੱਲ ਨਹੀਂ ਸੁੱਟਣੇ ਤੁਸੀਂ ਨਾ ਸਰੋਤਿਆਂ ਨੂੰ ਵੀ ਬੇਨਤੀ ਆ ਤੁਸੀਂ ਜੰਮੂ ਨੂੰ ਸੁਣਿਆ ਨਾ ਹਾਂਜੀ ਜੰਮੂ ਹਰਦੇਵ ਸਿੰਘ ਜੰਮੂ ਗੱਲਬਾਤ ਜਿਹੜੀ ਕਰ ਰਿਹਾ ਅਕਲ ਦਾ ਪੱਖ ਜਿਹੜਾ ਆ ਉਹਦਾ ਪੱਧਰ ਸਮਝਦਾ ਉਹ ਹੋਵੇ ਹਰਦੇਵ ਸਿੰਘ ਜੰਮੂ ਵਾਲਾ ਤੇ ਉਹਦੇ ਨਾਲ ਇੱਕ ਹੋਰ ਚੀਜ਼ ਕਰ ਦਿਓ ਵੀ ਉਹਨੂੰ ਗੁੱਸਾ ਦਵਾਓ ਜਾਣੀ ਹੁਣ ਹਰਦੇਵ ਸਿੰਘ ਜੰਮੂ ਨੂੰ ਮੰਨ ਲਓ ਗੁੱਸਾ ਆਉਂਦਾ ਹੋਵੇ ਇਹ ਚ ਇੱਕ ਗੁਣ ਤਾਂ ਸੀਗਾ ਨਾ ਵੀ ਜਦੋਂ ਬਲਜਿੰਦਰ ਗੱਲ ਕਹਿ ਰਿਹਾ ਸੀ ਉਹ ਗੁੱਸਾ ਨਹੀਂ ਸੀ ਕਰ ਰਿਹਾ ਹਾਂਜੀ ਹੁਣ ਜੇ ਇਹਨੂੰ ਗੁੱਸਾ ਆਉਂਦਾ ਹੋਵੇ ਇਦਾਂ ਆਪਣੇ ਆਪ ਚ ਕੋਈ ਗੱਲ ਹੋਵੇ ਤੇ ਆਪਣੀ ਗੱਲ ਇੰਨੀ ਘਟੀਆ ਕਰੇ ਪਰ ਦੂਜੇ ਬੰਦੇ ਤੇ ਗੁੱਸਾ ਕਰੇ ਹਾਂਜੀ ਤੇ ਉਹਦੇ ਨਾਲ ਹੋਵੇ ਜੁੜੀ ਉਹ ਕਮੀਨਗੀ
ਹਾਂਜੀ ਤੇ ਉਹ ਉਹ ਫਿਰ ਇਦਾਂ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਫਿਰ ਬਖਸ਼ੀਸ਼ ਸਿੰਘ ਬਣਦਾ। ਠੀਕ ਹੈ, ਅਕਲ ਪੱਖੋਂ ਤਾਂ ਹੈਗਾ ਇਦਾਂ ਦਾ ਹੀ ਉਹ। ਜੇ ਕੋਈ ਬੰਦਾ ਉਹਦੇ ਨਾਲ ਕਿਸੇ ਵਿਸ਼ੇ ਤੇ ਗੱਲ ਕਰੂਗਾ ਫਿਰ ਪਤਾ ਲੱਗੂਗਾ ਜਾਣੀ ਕਿ ਅਸੀਂ ਕਰਦੇ ਰਹੇ ਇਹਨਾਂ ਨਾਲ। ਅਕਲ ਪੱਖੋਂ ਇਦਾਂ ਦਾ ਹੀ ਆ। ਇਹ ਬੰਦਿਆਂ ਦੀ ਖੁਸ਼ਕਿਸਮਤੀ ਰਹੀ ਆ ਵੀ ਇਹਨਾਂ ਨੂੰ ਕੋਈ ਨਾ ਕੋਈ ਇਦਾਂ ਜਿੱਦਾਂ ਵੇਲ ਨਹੀਂ ਹੁੰਦੀ ਕਿਸੇ ਦਰਖਤ ਦੇ ਮੁੱਢ ਲੱਗ ਜਾਂਦੀ ਆ ਜਾ ਕੇ। ਹਾਂਜੀ, ਹੁਣ ਇੱਕ ਵੇਲ ਤਾਂ ਉਹ ਆ ਜਿਹੜੀ ਥੱਲੇ ਖੇਤ ਚ ਬੀਜੀ ਗਈ ਆ ਤੇ ਉਹ ਥੱਲੇ ਥੱਲੇ ਵੱਧ ਰਹੀ ਆ ਆਪਣੇ। ਹਾਂਜੀ ਹਾਂਜੀ, ਕਈ ਇਦਾਂ ਦੀਆਂ ਹੁੰਦੀਆਂ ਦਰਖਤ ਦੇ ਨੇੜੇ ਹੁੰਦੀਆਂ, ਇੱਕਦਮ ਚੜ ਜਾਂਦੀਆਂ ਉੱਤੇ। ਹਾਂਜੀ ਹਾਂਜੀ, ਉਹ ਚੜ ਕੇ ਜਿੱਦਾਂ ਜਿੱਦਾਂ ਕਿਉਂ ਮੂੰਹ ਉੱਤੇ ਨੂੰ ਹੁੰਦਾ ਉਹਦੇ ਤਣੇ ਦੇ ਨਾਲ ਨਾਲ ਉੱਤੇ ਨੂੰ ਜਾਈ ਜਾਂਦੀਆਂ। ਹੁਣ ਮੰਡੀ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਵਰਗਾ ਮੋਹਰੇ ਸੀਗਾ, ਇਹ ਪ੍ਰਭਦੀਪ ਹੋਇਆ, ਇਹ ਖਾਲਸਾ ਨਿਊਜ਼ ਵਾਲਾ ਹੋਇਆ, ਇੱਕ ਸੁਰਿੰਦਰ ਸਿੰਘ ਬੈਲਜੀਅਮ ਆ, ਕਾਨਪੁਰੀ ਆ, ਇੰਦਰਜੀਤ, ਇਹਨਾਂ ਨਾਲ ਜਦੋਂ ਤੁਸੀਂ ਗੱਲ ਕਰੋਗੇ ਨਾ ਦਿਮਾਗ ਦੀ ਤੇ ਕੱਖ ਵੀ ਹੈ ਨੀ ਇਹਨਾਂ ਦੇ ਦਿਮਾਗ ਦੇ ਵਿੱਚ। ਹਾਂਜੀ ਜੀ, ਟਕਸਾਲੀਆਂ ਦੇ ਲੈਵਲ ਤੇ ਗੜਕਦੇ ਜਾਂਦੇ ਆ, ਤੁਹਾਨੂੰ ਕੱਲੇ ਕੱਲੇ ਨੂੰ ਉਹਨਾਂ ਜੁੱਤੀ ਫੇਰੀ ਹੈ, ਗੁੰਡਾਗਰਦੀ ਕਰਕੇ ਅਮਰੀਕ ਸਿੰਘ ਦੀ ਪੱਗ ਲਾਈ ਹੈ ਚੰਡੀਗੜ੍ਹ ਵਿੱਚ, ਉਹਨਾਂ ਨੇ ਘੱਗੇ ਨੂੰ ਘਰ ਜਾ ਕੇ ਕੁੱਟ ਕੇ ਆਏ, ਅਗਲੇ ਪੰਥਪ੍ਰੀਤ ਦੇ ਗਮਲੇ ਮਾਰ ਮਾਰ ਕੇ ਉਹਨਾਂ ਸਿਰ ਚ ਸਵਾਹ ਸੁੱਤੀ ਸੀਗੀ, ਆਪਣੇ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਿਆਂ ਹੁਣ ਕਈ ਵਾਰੀ ਘੇੜਿਆ, ਇਹਨਾਂ ਬੰਦੇ ਸ਼ਰਮ ਨੀ ਚਾਹੀਦੀ ਵੀ ਜਿੰਨੇ ਤੁਸੀਂ ਝੁੰਡ ਤੁਹਾਡਾ ਹੈਗਾ ਵਾ ਤੁਸੀਂ ਕੀ ਖਾਣ ਰੋਟੀਆਂ ਖਾਣ ਰੱਖੇ, ਪੈਸੇ ਇਕੱਠੇ ਕਰਨ ਇਹ ਹੈਗੇ ਯਾਰ, ਇਹ ਬੰਦੇ ਨੇ ਤਾਂ ਕਮੀਣ ਇਕੱਠੇ ਹੋਏ ਹੋ ਆ, ਇਹ ਤਾਂ ਗੁਰਦੁਆਰਿਆਂ ਚ ਚਾਹੀਦੇ ਸੀ ਵੀ ਜਿੱਦਾਂ ਸੰਗਤ ਜਾਂਦੀ ਸੰਗਤ ਮਤਲਬ ਗੁਰਦੁਆਰੇ ਚ ਹੁੰਦਾ ਦੀਵਾਨ, ਸੰਗਤ ਚਲੀ ਜਾਂਦੀ, ਬਾਅਦ ਚ ਇਹਨਾਂ ਨੂੰ ਕਹਿੰਦੇ ਵੀ ਪਤੀਲੇ ਧੋ ਕੇ ਜਾਇਓ। ਇੰਨੇ ਕੁ ਔਕਾਤ ਵਾਲੇ ਸੀ ਜਾਣੀ, ਉਹ ਵੀ ਸੇਵਾ ਦੇ ਪੱਖੋਂ ਨੀ ਵੀ ਬੰਦਾ ਕਹਿੰਦਾ ਵੀ ਕੋਈ ਨੀ ਤੁਹਾਨੂੰ ਸ਼ਾਮ ਨੂੰ 100 ਰੁਪਇਆ ਦੇ ਦਿਆਂਗੇ ਕੋਈ ਗੱਲ ਨੀ। ਬਿਲਕੁਲ ਜੀ, ਅੱਜ ਸੇਵਾ ਕਰਨ ਵਾਲੀ ਸੰਗਤ ਹੈ ਨਹੀਂ ਸੀ ਤੁਸੀਂ ਕਰਕੇ, ਇੰਨੀ ਔਕਾਤ ਦੇ ਮਾਲਕ ਸੀ ਇਹ ਸਾਰੇ ਜਿੰਨੇ, ਉਹ ਬਲਜੀਤ ਸਿੰਘ ਦਿੱਲੀ ਵਾਲਾ, ਅਮਰੀਕ ਸਿੰਘ ਚੰਡੀਗੜ੍ਹ ਵਾਲਾ, ਇਹਨਾਂ ਨੂੰ ਇਹਨਾਂ ਦਾ ਦੇਖੋ ਤਾਂ ਸਹੀ ਪਿਛੋਕੜ। ਮੈਂ ਇਹ ਵੀ ਦੱਸ ਦਿੰਦਾ ਵੀ ਇਹਨਾਂ ਦਾ ਬਸ ਨੀ ਚੱਲ ਰਿਹਾ ਜੇ ਇਮਾਨਦਾਰੀ ਨਾਲ ਇਹਨਾਂ ਨਾਲ ਦੇਖੋ ਨਾ, ਜਿਹੜੇ ਬੰਦੇ ਨਾ, ਜਿਹੜਾ ਬੰਦਾ ਇੱਕ ਇੱਥੇ ਰੇਡੀਓ ਤੇ ਬੋਲ ਕੇ ਗਿਆ ਵੀ ਤੁਸੀਂ ਚਮਾਰਾਂ ਬਾਰੇ ਇੱਦਾਂ ਕਹਿ ਦਿੱਤਾ SCBC ਬਾਰੇ, ਜਿਹੜੇ ਇੱਦਾਂ ਦੇ ਬੰਦੇ ਆ ਨਾ ਉਹ ਬੰਦੇ ਹੈਗੇ ਹਿੰਮਤੀ, ਉਹ ਆਪਣੀ ਕਮਾਉਂਦੇ ਆ, ਆਪਣੀ ਖਾਂਦੇ ਆ, ਤਾਂ ਉਹ ਗੁੱਸਾ ਕਰ ਰਹੇ ਆ। ਤਾਂ ਜਿਹੜੇ ਸਾਡੇ ਚ ਕਥਾਕਾਰ ਪ੍ਰਚਾਰਕ ਬੜੇ ਉਹ ਬੇਗੈਰਤ ਆ, ਕੋਈ ਚੱਕ ਨਹੀਂ ਜੀ ਇਸ ਗੱਲ, ਗੁੱਸਾ ਇਹਨਾਂ ਨੂੰ ਵੀ ਅੰਦਰੋਂ ਇੰਨਾ ਹੀ ਆਉਂਦਾ ਇਹਨਾਂ ਗੱਲਾਂ ਦੇ ਉੱਤੇ। ਪਰ ਇਹ ਇਹਨਾਂ ਨੂੰ ਪਤਾ ਵੀ ਸਾਨੂੰ ਰੋਟੀ ਇੱਥੋਂ ਮਿਲਣੀ, ਸਿੱਖਾਂ ਦੇ ਕੋਲੋਂ ਪੱਗਾਂ ਵਾਲਿਆਂ ਕੋਲੋਂ ਰੋਟੀ ਮਿਲਣੀ ਆ, ਤਾਂ ਇਹ ਸਬਰ ਕਰਕੇ ਬੈਠੇ, ਨਹੀਂ ਤਾਂ ਇਹ ਤਾਂ ਕਰਦਾ ਹੀ ਉਹ ਕੁਛ ਲਾਗੂ ਕਰਾ ਦੇਣ। ਅਸੀਂ ਮੰਨੀਏ ਚਾਹੇ ਨਾ ਮੰਨੀਏ, ਉਹਨੇ ਪਿਛਲੇ 1.5-2 ਸਾਲ ਚ ਗੱਲ ਕਲੀਅਰ ਕਹਿ ਦਿੱਤੀ ਹੋ ਆ, ਠੀਕ ਹੈ, ਅਸੀਂ ਨੀ ਮੰਨ ਰਹੇ ਅਜੇ। ਬਿਲਕੁਲ ਜੀ ਬਿਲਕੁਲ, ਠੀਕ ਹੈ ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ, ਤੁਸੀਂ ਕਰੋ ਆਪਣੀ ਗੱਲ ਨੂੰ ਕੰਟੀਨਿਊ। ਧੰਨਵਾਦ ਜੀ, ਧੰਨਵਾਦ। ਆਪਾਂ 5-7 ਮਿੰਟ ਚ ਬ੍ਰੇਕ ਦਾ ਵੀ ਟਾਈਮ ਹੋ ਜਾਣਾ ਜੀ ਸਾਡਾ, ਪਰ ਉਹ ਤੋਂ ਪਹਿਲਾਂ ਇੱਕ ਸਾਡੇ ਨਾਲ ਸਰੋਤੇ ਹੋ ਰਿਹਾ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕਿੱਦਾਂ ਜੀ? ਠੀਕ ਹੈ ਠੀਕ ਹੈ। ਮੈਂ ਜਾਗਰੂਕਾਂ ਦੀ ਗੱਲ ਚੱਲਦੀ ਸੀ, ਮੈਂ ਵੀ ਇੱਕ ਛੋਟੀ ਜਿਹੀ ਗੱਲ ਕਰਨੀ ਸੀ ਜਾਗਰੂਕਾਂ ਦੀ। ਹਾਂਜੀ, ਕਹਿੰਦੇ 1947 ਦੇ ਵਿੱਚ ਨਾ ਇਹ ਬੇੜਾ ਜਿਹੜਾ ਆ, ਕਹਿੰਦੇ ਬਲਦੇਵ ਸਿੰਘ ਨੇ ਗਰਕ ਕੀਤਾ, ਉਹਨੂੰ ਆਪਣੀਆਂ ਫੈਕਟਰੀਆਂ ਆਪਣੇ ਸਵਾਰਥ ਲਈ ਕੌਮ ਦਾ ਸੱਤਿਆਨਾਸ਼ ਕੀਤਾ, ਕੌਮ ਦਾ ਬੇੜਾ ਬਿਠਾ ਲਿਆ, ਨਹੀਂ ਤਾਂ ਉਦੋਂ ਕੌਮ ਨੂੰ ਸ਼ਾਇਦ ਕੁਛ ਨਾ ਕੁਛ ਮਿਲ ਜਾਣਾ ਸੀ। ਹਾਂਜੀ, ਤੇ ਮੈਨੂੰ ਨਾ ਜਾਗਰੂਕਾਂ ਦੇ ਵਿੱਚੋਂ
ਕੱਲੇ ਕੱਲੇ ਚੋ ਬਲਦੇਵ ਸਿੰਘ ਦਿਸਦਾ। ਸੱਚੀ ਗੱਲ ਆ ਭਾਜੀ, ਯਕੀਨ ਮੈਂ ਉਦੇ ਸੱਚ ਮਜ਼ਾਕ ਨਾਲ ਨੀ ਕਹਿੰਦਾ, ਐਨ ਪਤਾ ਨੀ ਮੇਰਾ ਨਜ਼ਰੀਆ ਇੱਦਾਂ ਦਾ ਬਣ ਗਿਆ। ਇੱਦਾਂ ਹੀ ਆ ਜੀ, ਇੱਦਾਂ ਹੀ ਆ, ਵਿੱਚੇ ਪੰਥਪ੍ਰੀਤ, ਵਿੱਚੇ ਧੁੰਦਾ, ਵਿੱਚੇ ਉਹ ਸਵਰਾ, ਵਿਚਰੇ ਇਹ ਆਪਣੇ ਜਿੰਨੇ ਹੈਗੇ ਆ ਸਾਰੇ ਹੀ ਨਾ, ਸਾਰੇ ਉੱਥੇ ਖੜ ਗਏ। ਅੱਜ ਜਦੋਂ ਕਿਤੇ ਸੀਗਾ ਰੇਡੀਓ ਵਿਰਸਾ, ਕਦੇ ਭਾਈ ਰਣਜੀਤ ਸਿੰਘ, ਹੋਰ 100 ਸਾਲ 50 ਸਾਲ 10-20 ਸਾਲ ਕਿਸੇ ਨੇ ਰਹਿਣਾ, ਪਰ ਇਹਨਾਂ ਦੀ ਜਗ੍ਹਾ ਨਾ ਜਦੋਂ ਲਿਖਾਉਣੀ ਤਾਂ ਬਲਦੇਵ ਸਿੰਘ ਦੀ ਜਗ੍ਹਾ ਲਿਖਾਉਣੀ। ਮੈਂ ਸਿਰੇ ਦੀ ਕਮੀਣਗੀ ਆ ਜੀ, ਸਿਰੇ ਦੀ ਕਮੀਣੇ। ਉਹ ਮੈਂ ਨਾ ਇੱਕ ਲਿਖਿਆ ਸੀਗਾ ਲੇਖ ਜਿਹਾ ਪਿੱਛੇ ਜਿਹਾ, ਥੋੜੇ ਚਿਰ ਪਹਿਲਾਂ ਮੈਂ ਲਿਖਿਆ ਸੀਗਾ ਉਹ ਕੋਈ ਵੇਲੇ ਦਾ ਕੰਮ, ਕਵੇਲੇ ਦੀਆਂ ਟੱਕਰਾਂ। ਹਾਂਜੀ, ਅਸਲ ਵਿੱਚ ਮੈਂ ਵੀ ਤਾਂ ਇੱਥੇ ਹੀ ਪੜਿਆ। ਮੈਂ ਉਹ ਸਾਰਾ ਕੁਝ ਜੋ ਵੀ ਲਿਖਿਆ ਸੀਗਾ ਉਹ ਲਗਭਗ ਇੰਦਰ ਸਿੰਘ ਘੱਗੇ ਨਾ ਹਰ ਆਪਣੀ ਲਗਭਗ ਨਾ ਅੰਗਰੇਜ਼ਾਂ ਤੋਂ ਜਿਹੜੇ ਸਾਰ ਪੈਦਾ ਹੋਏ ਆ ਉਹਦਾ ਇੰਦਰ ਸਿੰਘ ਘੱਗੇ ਨੇ ਘਸਾਏ ਦਿੱਤਾ ਨਾ ਫੜ ਕੇ ਗੱਲ ਨੂੰ, ਕਿਸ ਨੂੰ। ਉਹ ਗੁਰਚਰਨ ਸਿੰਘ ਜੂਨ ਵਾਲਾ ਵੀ ਰੱਜ ਕੇ ਉਹ ਗੱਲ ਕਰਦਾ ਰਿਹਾ, ਕਰਦਾ ਰਿਹਾ ਇਹ ਗੱਲ। ਉਹ ਇਹਨਾਂ ਦਾ ਇੱਕ ਸਿੰਘ ਸਭਾ ਦਾ ਸਿੱਖ ਤੁਹਾਡਾ ਬਟਨ ਦੱਬ ਹੋਗਾ ਜੀ। ਮੈਂ ਕਿਹਾ ਸਾਡੇ ਥੱਲੇ ਬੱਚੇ ਇਸ ਨਾ ਕਰ ਦੇਣ, ਮੈਂ ਉੱਪਰ ਸੀਗਾ। ਹਾਂਜੀ, ਮੇਰੇ ਨਿਆਣੇ ਛੋਟੇ। ਅੱਛਾ, ਉਹ ਭਾਜੀ ਉਹ ਨਾ ਲੇਖ ਉਹਨੇ ਕੀ ਕੀਤਾ, ਆਪਣੇ ਜਿਹੜਾ ਸਿੰਘ ਸਭਾ ਦਾ ਨਾ ਪਹਿਲਾਂ ਤੁਸੀਂ ਜਾਣਦੇ ਹੋ ਸੁਖਦੇਵ ਸਿੰਘ ਉਹਦਾ ਨਾਂ ਆ, ਉਹਨੇ ਆਪਣੇ ਸ਼ੇਅਰ ਕਰ ਲਿਆ। ਹਾਂਜੀ ਹਾਂਜੀ, ਜਾਣਦਾ ਮੈਂ। ਹਾਂ, ਉਹਦੇ ਨਾ ਉਹਦੇ ਥੱਲੇ ਕਿਸੇ ਨੇ ਕਮੈਂਟ ਕਰ ਦਿੱਤਾ, ਕਮੈਂਟ ਕੀਤਾ ਵੀ ਇਹ ਇਹ ਪੋਸਟ ਅੱਜ ਕੱਲ ਪੱਟੂ ਪਾਇਓ ਲਿਖੇ ਹੋਇਆ, ਏਦਾਂ ਨੀ ਹੋਈ ਵੀ ਅੰਗਰੇਜ਼ਾਂ ਦੇ ਪੈਦਾ ਨੀ ਕੀਤੇ ਹੋਏ, ਹੈਨਾ ਬਲਾਵਲ, ਉਹ ਮਤਲਬ ਪੋਸਟ ਦੇ ਖਿਲਾਫ ਲਿਖ ਦਿੱਤਾ, ਠੀਕ ਆ। ਉਹਦੇ ਥੱਲੇ ਨਾ ਦੋ ਬੰਦਿਆਂ ਨੇ ਲਾਈਕ ਕੀਤਾ, ਪਤਾ ਕਿਨ ਕਿਨ? ਇੱਕ ਹਰਜਿੰਦਰ ਸਿੰਘ ਸਭਰਾ, ਇੱਕ ਮਨਦੀਪ ਸਿੰਘ, ਪਿੱਛੇ 2 ਸਾਲ ਪਹਿਲਾਂ ਮਨਦੀਪ ਸਿੰਘ ਸਵਾਲਾ, ਜਿਹਨਾਂ ਤੁਸੀਂ ਵੀ ਇੱਕ ਵਾਰੀ ਬਹਿਸੇ ਸੀਗੇ, 2 ਸਾਲ ਪਹਿਲਾਂ ਬਹੁਤ ਪੂਛ ਨੂੰ ਅੱਗ ਲਵਾਈ ਹੋ ਸੀਗੀ ਆਪਣੇ ਜਾਗਰੂਕਤਾ ਦੀ, ਬੇੜਾ ਦੋਗਲੀ ਜਗ੍ਹਾ ਫਿਰ ਬਹਿ ਗਿਆ ਜਾ, ਪਤਾ ਕਦੇ ਬੇੜਾ ਕਰਕੇ ਆ। ਉਹ ਹੈਗਾ ਜਿੱਦਾਂ ਪ੍ਰੋਪਰਟੀ ਡੀਲਰ ਘਰਾਂ ਦੇ ਘਰ ਵੇਚਦਾ ਏਜੰਟ ਆ, ਹੁਣ ਜੇ ਉਹ ਇੱਧਰ ਚੱਲਦਾ ਉਹਨੂੰ ਪਤਾ ਵੀ ਸਾਧਾਂ ਵਾਲੇ ਪਾਸੇ ਜਿਹੜੀ ਅੱਜ ਵੀ ਤਾਂ ਉਹ ਜ਼ਿਆਦਾ ਆ। ਹੁਣ ਉਹ ਆਪਣਾ ਸਵਾਰਥ ਬਚਾਉਣ ਲਈ ਨਾ ਆਹ ਪਾਸਾ ਛੱਡ ਗਿਆ, ਇੱਧਰੋਂ ਜਿਉਣ ਵਾਲਾ ਦੇ ਨਾਲੋਂ ਹਰ ਗੱਲ ਜਿੱਦਾਂ ਦੋਗਲੀ ਕਰਨੀ ਉਹਨੇ। ਹੁਣ ਗੁਰਚਰਨ ਸਿੰਘ ਜੂਨ ਵਾਲਾ ਵੀ ਉੱਥੇ ਉਹਨੂੰ ਪਤਾ ਆ ਵੀ ਗੁਰਚਰਨ ਸਿੰਘ ਜੂਨ ਵਾਲੇ ਨੂੰ ਵੀ ਮੈਂ ਇਹ ਗੱਲਾਂ ਕਰ ਚੁੱਕਿਆ, ਇੰਦਰ ਸਿੰਘ ਘੱਗੇ ਨੂੰ ਨਾ ਆਪਣੇ ਸਿੰਘ ਆਪਣਾ ਕਹਿ ਹੀ ਗਿਆ ਪਹਿਲਾਂ ਵੀ ਕਿੰਨੀ ਵਾਰ ਇੰਦਰ ਸਿੰਘ ਘੱਗਾ ਨੂੰ ਹੁਣ ਕੁੱਟ ਪਈ ਆ, ਵਾਲ ਪਟਾ ਲਾਏ, ਇਹਨਾਂ ਗੱਲ ਜਿਹੜੀਆਂ ਮੈਂ ਲਿਖੀਆਂ ਉਹਨਾਂ ਗੱਲਾਂ ਕਰਕੇ, ਤੇ ਅੱਜ ਦੇਖ ਲਓ ਉਹ ਸਭਰਾ ਉਹਨਾਂ ਗੱਲਾਂ ਦੇ ਖਿਲਾਫ ਜਿਹੜਾ ਆ ਉਹ ਲਾਈਕ ਕਰ ਰਿਹਾ। ਦੇਖੋ ਖੜੇ ਕਿੱਥੇ ਬੰਦੇ, ਨਾ ਜੂਨ ਵਾਲਾ ਬੋਲਿਆ ਨਾ 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 ਉਹ ਭਾਈ ਜਿਹਨੇ ਪਾਈ ਹੈ ਪੋਸਟ, ਉਹਨੇ ਵੀ ਨੀ ਲਿਖਿਆ ਭਾਈ ਯਾਰ ਤੁਸੀਂ ਕਰਦੇ ਕੀ ਪਏ ਆ, ਤੁਸੀਂ ਕਿੱਧਰ ਨੂੰ ਤੁਰੇ ਹੋ, ਕਿੱਧਰ ਨੂੰ ਚੱਲ ਗਏ, ਇੰਨੇ ਗਰਕ ਗਏ ਆ ਭਾਜੀ। ਨਹੀਂ ਨਹੀਂ, ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ। ਉਹ ਤਾਂ ਧੰਨਵਾਦ ਜੀ, ਸਾਡੇ ਨਾਲ ਇੱਕ ਸਰੋਤੇ ਵਟਸਐਪ ਦੇ ਉੱਤੇ ਆ। ਹਾਂਜੀ, ਸਵਾਗਤ ਹੈ ਜੀ ਵਟਸਐਪ ਤੇ ਤੁਹਾਡਾ। ਸਤਿ ਸ੍ਰੀ ਅਕਾਲ ਭਾਜੀ, ਸੁਖਵਿੰਦਰ ਸਿੰਘ ਬੋਲਦਾ ਜੀ ਮੈਂ। ਹਾਂਜੀ ਹਾਂਜੀ, ਕਿੱਦਾਂ ਜੀ? ਠੀਕ ਹੈ ਭਾਜੀ। ਭਾਜੀ ਆਪਣਾ ਬੁੱਧਵਾਰ ਜਿਹੜਾ ਪ੍ਰੋਗਰਾਮ ਗਿਆ ਆਪਣਾ ਸਿੱਖ ਪਾਤਸ਼ਾਹੀ, ਹਾਂਜੀ, ਉਹਦੇ ਵਿੱਚ ਆਪਣੇ ਇੱਕ ਸਰੋਤੇ ਨੇ ਗੱਲ ਕਹੀ ਸੀਗੀ ਕਿ ਉਹ ਦਲਜੀਤ ਬਿੱਟੂ ਜਿਹੜਾ ਵਾ ਉਹ 96 ਚ ਜੇਲ੍ਹ ਚ ਗਿਆ ਤੇ ਦਇਆ ਸਿੰਘ ਲਾਹੌਰੀਆ 97 ਵਿੱਚ ਗਿਆ। ਹਾਂਜੀ,
ਹਾਂਜੀ ਉਹ ਭਾਜੀ ਅਸਲ ਚ ਨਾ ਮੈਨੂੰ ਭੁਲੇਖਾ ਸੀਗਾ ਕਿਉਂਕਿ ਅਸਲ ਚ 93-94 ਚ ਨਾ ਮੈਂ ਮੇਰਠ ਜੇਲ ਚ ਸੀਗਾ, ਮੈਂ ਦਿੱਲੀ ਜੇਲ ਚ ਨੀ। ਹਾਂ ਜਿਹੜੇ ਉਹ ਸਰੋਤੇ ਕਹਿ ਰਹੇ ਸੀਗੇ ਉਹ 97-98 ਵਾਲੀ, ਉਹ 96-97 ਉਹ ਸਹੀ ਕਹਿ ਰਹੇ ਸੀਗੇ, ਮੈਂ 97 ਦੇ ਅਖੀਰ ਦੇ ਵਿੱਚ ਹੀ ਜੇਲ ਗਿਆ ਵਾ, ਤਿਹਾੜ ਜਾਂ 98 ਦੇ ਸ਼ੁਰੂ ਵਿੱਚ ਗਿਆ। ਉਹ ਨਹੀਂ ਦੇਖੋ ਉਹ ਨਹੀਂ ਫੈਕਟ, ਜਿਹੜੀਆਂ ਡੇਟਾਂ ਹੈ ਨਾ ਇਹਦਾ ਸਵਾਲ ਨਹੀਂ ਹੈਗਾ ਇਹਨਾਂ ਗੱਲਾਂ ਦਾ, ਅਸੀਂ ਅਸੀਂ ਉਲਝ ਜਾਵਾਂਗੇ ਇਹਨਾਂ ਗੱਲਾਂ ਦੇ ਵਿੱਚ ਜੇ ਅਸੀਂ ਇਹ ਕੰਮ ਇਕੱਠਾ ਕਰਨ ਲੱਗੇ। ਸਾਨੂੰ ਹੁਣ ਤੱਕ ਵਿਦਵਾਨਾਂ ਨੇ ਆਮ ਬੰਦੇ ਨੂੰ ਜਿਹੜਾ ਕਾਮਨ ਸੈਂਸ ਰੱਖਦਾ ਆ ਉਹਨੂੰ, ਇੱਕ ਗਿਆਨੀ ਦਇਆ ਸਿੰਘ ਦਿਲਵਰ ਹੁੰਦਾ ਸੀ ਢਾਡੀ, ਉਹ ਇੱਕੋ ਹੀ ਚੀਜ਼ ਦੇ ਆਸਰੇ ਖੜਾ ਰਿਹਾ, ਇੱਦਾਂ ਰੱਜ ਕੇ ਸ਼ਰਾਬ ਪੀਣੇ ਵਾਲਾ ਸੀ, ਬਾਕੀ ਵੀ ਤੇ ਉਹਨੂੰ ਤਰੀਕਾਂ ਬਹੁਤ ਯਾਦ ਹੁੰਦੀਆਂ ਸੀ। ਹੁਣ ਜਦੋਂ ਗੱਲ ਕਰਨੀ ਪਈ ਇੰਨੇ ਵੱਜ ਕੇ ਇੰਨੇ ਮਿੰਟ ਤੇ ਇੱਦਾਂ ਗੱਲ ਕਰਨੀ ਉਹਨੇ, ਤੇ ਨਾਂ ਬਹੁਤ ਯਾਦ ਹੁੰਦੇ ਸੀ ਉਹਨੂੰ। ਨਹੀਂ ਨਹੀਂ ਉਹ ਮਸਲਾ ਨੀ, ਕੋਈ ਮਸਲਾ ਨੀ ਸਾਡੇ ਲਈ, ਉਹ ਅਸੀਂ ਗੱਲ ਤਾਂ ਇਹ ਆ ਵੀ ਜਿਹੜੀ ਗੱਲ ਹੋਈ ਉਹ ਵਾ ਉਹ 92 ਦੀ ਹੋ ਸਕਦੀ, 97 ਦੀ ਹੋ ਸਕਦੀ ਆ। ਅੱਛਾ ਭਾਜੀ ਇੱਕ ਗੱਲ ਹੋਰ ਕਰਨੀ ਆ, ਉਹ ਆਪਣਾ ਕੇ ਟੀਵੀ ਤੇ ਖੰਡਾ ਬੋਲ ਰਿਹਾ ਸੀ, ਖੰਡੇ ਦੇ ਨਾਲ ਜੀਤਾ ਬੋਲਦਾ ਪਿਆ ਸੀ, ਹਾਂਜੀ ਗੌਰਮੈਂਟ ਨੇ ਮਤਲਬ ਬੰਦੇ ਪਲਾਂਟ ਕੀਤੇ ਖਾੜਕੂਆਂ ਦੇ ਵਿੱਚ ਤੇ ਤਾਂ ਇਹ ਸਾਰੀ ਮੂਵਮੈਂਟ ਖਤਮ ਹੋਈ। ਹਾਂਜੀ ਦੇਖੋ ਉਸ ਟਾਈਮ ਗੌਰਮੈਂਟ ਨੇ ਨਾ ਤਾਂ ਕੋਈ ਨਵੀਂ ਭਰਤੀ ਕੀਤੀ ਸੀਗੀ, ਨਾ ਹੀ ਗੌਰਮੈਂਟ ਨੇ ਕੋਈ ਪੁਲਿਸ ਦੇ ਬੰਦੇ ਭੇਜੇ ਉਹਨਾਂ ਦੇ ਵਿੱਚ ਐਂਟਰ ਕਰਨ ਵਾਸਤੇ, ਉਹ ਅਸਲ ਚ ਜਿਹੜੇ ਇਹਨਾਂ ਦੇ ਹੀ ਬੰਦੇ ਫੜੇ ਸੀਗੇ ਪੁਲਿਸ ਨੇ, ਉਹੋ ਹੀ ਬੰਦੇ ਉਹਨਾਂ ਦੇ ਵਿੱਚ ਪਲਾਂਟ ਹੋਏ, ਉਹਨਾਂ ਬੰਦਿਆਂ ਨੂੰ ਹੀ ਬਾਹਰ ਦੇ ਮੁਲਕਾਂ ਚ ਭੇਜਿਆ ਗਿਆ, ਉਹੋ ਹੀ ਬੰਦੇ ਕੈਟ ਬਣੇ, ਬੰਦੇ ਉਹ ਇਹਨਾਂ ਦੇ ਸੀ ਤੇ ਪਲਾਂਟ ਜਿਹੜੇ ਗੌਰਮੈਂਟ ਨੇ ਕੋਈ ਆਪਣੇ ਵੱਲੋਂ ਨਹੀਂ ਸੀ ਕੀਤੇ। ਅੱਛਾ ਇੱਕ ਗੱਲ ਆ ਜਿਹੜੀ ਦੀਪੇ ਹੇਰਾਂ ਦੀ ਚੱਲਦੀ ਪਈ ਆ ਭਾਜੀ, ਦੀਪੇ ਹੇਰਾਂ ਦਾ ਇਹ ਤੇ ਮੈਨੂੰ ਯਾਦ ਨੀ ਗਾ ਕਿ ਇਨਕਾਊਂਟਰ ਕਿੱਦਾਂ ਦਿਖਾਇਆ ਪੁਲਿਸ ਨੇ, ਪਰ ਜਿਹੜੇ ਅਖਾੜਕੂ ਆ ਇਹ ਕਹਿੰਦੇ ਆ ਜੀ ਕਿ ਦੀਪੇ ਹੇਰਾਂ ਵਾਲੇ ਨੇ ਸੈਨਾ ਖਾ ਲਈ ਗੜੇ ਵਾਲੇ ਭਾਗ ਦੇ ਘਰ, ਅਸਲ ਚ ਉਹਦਾ ਸੈਰਾ ਨੀ ਸੀ ਖਾਧੀ, ਗੜੇ ਵਾਲੇ ਭਾਗ ਨੇ ਉਹਨੂੰ ਉਹ ਨਸ਼ੀਲਾ ਪਾਊਡਰ ਦਿੱਤਾ ਸੀ ਜਿਹੜਾ ਪੁਲਿਸ ਦਿੰਦੀ ਹੁੰਦੀ ਸੀ, ਉਹਨੂੰ ਸੁੱਤੇ ਪੈ ਨੂੰ ਚੁੱਕ ਕੇ ਲਗਾਈ ਸੀਗੀ ਉਹ ਦੀਪੇ ਹੇਰਾਂ ਵਾਲੇ ਨੂੰ ਉਹਦੇ ਘਰੋਂ, ਗੜੇ ਵਾਲੇ ਭਾਗ ਦੇ ਘਰੋਂ, ਗੜੇ ਵਾਲੇ ਭਾਗ ਦਾ ਇਹਨਾਂ ਨੇ ਫਿਰ ਮੁੰਡਾ ਮਾਰ ਦਿੱਤਾ ਸੀ ਕੈਨੇਡਾ ਦੇ ਵਿੱਚ ਜਾ ਕੇ। ਅੱਛਾ ਹਾਂ ਉਹਦਾ ਬਦਲਾ ਲੈਣ ਵਾਸਤੇ ਇਹਨਾਂ ਉਹਦਾ ਮੁੰਡਾ ਵੀ ਮਾਰਿਆ ਬਾਅਦ। ਬਸ ਭਾਜੀ ਮੈਂ ਇੰਨੀ ਗੱਲ ਕਰਨੀ ਸੀ, ਥੈਂਕ ਯੂ ਜੀ, ਧੰਨਵਾਦ ਜੀ। ਇਹ ਗੱਲਾਂ ਜਿਹੜੀਆਂ ਸਾਡੇ ਲਈ ਕੋਈ ਮਾਇਨਾ ਨਹੀਂ ਰਖਾਉਂਦੀਆਂ, ਇਹ ਜਿਹੜੀਆਂ ਤਰੀਕਾਂ ਆ ਤੇ ਜਿਹੜੇ ਸਾਨ ਆ ਵੀ ਕੌਣ ਕਦੋਂ ਹੋਇਆ ਕਿੱਥੇ ਹੋਇਆ, ਕਿਉਂਕਿ ਇਹੀ ਤਾਂ ਜਿਹੜੇ ਵਿਦਵਾਨ ਜਿਹੜੇ ਜੰਮੂ ਵਾਲੇ ਅਰਗੇ ਆ ਉਹ ਇਹਨਾਂ ਗੱਲਾਂ ਦੇ ਆਸਰੇ ਨਾਲ ਆਮ ਬੰਦੇ ਦੇ ਉੱਤੇ ਕਾਬਜ਼ ਹੋ ਕੇ ਬੈਠੇ ਆ। ਆਮ ਬੰਦਾ ਸੋਚਦਾ ਮੈਂ ਇੰਨੀਆਂ ਕਿਤਾਬਾਂ ਕਿੱਦਾਂ ਪੜੂੰਗਾ, ਕਿੱਥੇ ਮੈਂ ਲਿਖ ਕੇ ਰੱਖੂੰਗਾ, ਕਿੱਦਾਂ ਯਾਦ ਰੱਖੂੰਗਾ। ਇਹਨਾਂ ਨੇ ਕੰਮ ਆ, ਸਾਡਾ ਵਿਦਵਾਨ ਆ ਡੱਖਾ ਥੋੜਾ ਤੋਰਨਾ ਸਾਰੀ ਜ਼ਿੰਦਗੀ ਚ ਵੀ ਕਿਸੇ ਤੇ ਝੂਠਾ ਕੇਸ ਕਰਕੇ ਪੈਸੇ ਕਿੱਦਾਂ ਲੈਣੇ ਆ, ACC ਕਿੱਦਾਂ ਕਲੇਮ ਕਰਨੀ ਆ, ਉਲਟੇ ਸਿੱਧੇ ਕੰਮ ਕਿੱਦਾਂ ਕਰਨੇ ਆ, ਵੀ ਕਿਸੇ ਤਰ੍ਹਾਂ ਜਿਹੜੀ ਜਿਹੜੀ ਜਿਹਨੂੰ ਅਸੀਂ ਹਰਾਮ ਦੀ ਕਮਾਈ ਕਹਿੰਦੇ ਆ, ਨਜਾਇਜ਼ ਕਮਾਈ ਜਿਹੜੀ ਆ ਉਹ ਮਿਲ ਜਾਏ, ਵੀ ਟਰੱਸਟ ਤੋਂ ਪੈਸਾ ਕਿੱਦਾਂ ਮਿਲਦਾ, ਅਗਰਾਹੀ ਕਿੱਦਾਂ ਹੁੰਦੀ ਆ, ਇੱਦਾਂ ਉਹ ਲੱਭੀ ਜਾਣਾ, ਇੱਦਾਂ ਵਿੱਚ ਯੋਗਤਾ ਬਣਾਈ ਜਾਣੀ, ਕੋਈ ਆਰਟ ਸੈਂਟਰ ਖੋਲਣਾ, ਕੋਈ ਸਿੱਖ ਸੈਂਟਰ ਬਣਾ ਲੈਣਾ, ਕੋਈ ਕਿਹੜਾ ਸੈਂਟਰ ਬਣਾ ਲੈਣਾ, ਇੱਦਾਂ ਕੋਈ ਨਾ ਕੋਈ ਫੰਡ ਮਿਲ ਜਾਏ ਇੱਦਾਂ, ਹਨਾ। ਹੁਣ ਇਹ ਬੰਦਿਆਂ ਨੂੰ ਆਪ ਕੰਮ ਕੋਈ ਨੀ, ਇਹਨਾਂ ਨੇ ਤਾਂ ਫਾਇਦਾ ਵੱਡੀਆਂ ਵੱਡੀਆਂ ਫਾਈਲਾਂ ਬਣਾ ਬਣਾ ਕੇ ਰੱਖੀਆਂ ਆ, ਹਨਾ, ਕੰਪਿਊਟਰ ਦੇ ਉੱਤੇ ਬੈਠੇ ਆ ਤੇ ਉਹ ਡੇਟਾ ਕਰ ਕਰਕੇ ਇੱਦਾਂ, ਜਦੋਂ ਕੋਈ ਗੱਲ ਹੁੰਦੀ ਆ ਫਟਾਫਟ ਉਹ ਫਾਈਲ ਖੋਲਣੀ ਆ, ਖੋਲ ਕੇ ਤੇ ਆਰਟੀਕਲ ਲਿਖ ਦੇਣਾ, ਇੱਦਾਂ ਬਸ।
ਪੀਸੀ ਤੋਂ ਵੱਡਾ ਇਹਨਾਂ ਦਾ ਕੋਈ ਏਦਾਂ ਨੀ ਹੈਗਾ ਵੀ ਪੀਸੀ ਤੋਂ ਵੱਧ ਹੋਣਗੇ ਇਹ ਸਾਰੀ ਚਲਾਉਣ ਵਾਸਤੇ ਪਿੱਛੇ ਉਂਗਲਾਂ ਕਿਸੇ ਹੋਰ ਦੀਆਂ ਉਹ ਇਹਨਾਂ ਨੂੰ ਜਿੱਥੇ ਦੱਬ ਦੇਗੇ ਉਹ ਇਨਫੋਰਮੇਸ਼ਨ ਨਿਕਲ ਆਉਂਦੀ ਆ ਇੰਨੀ ਕੁ ਔਕਾਤ ਜਿਹੜੀ ਆ ਉਹ ਜਦੋਂ ਅਸੀਂ ਇਹ ਚੀਜ਼ ਨੂੰ ਨਾ ਆਪਣੇ ਜਿਹੜਾ ਹੈਗਾ ਪੈਮਾਨਾ ਰੱਖਿਆ ਸੀ ਵਿਦਵਤਾ ਦਾ ਹਾਂਜੀ ਹਨਾ ਉਹਦੇ ਉਹਦੇ ਉੱਤੇ ਇਹ ਤੇ ਪਰਖਣਾ ਬੰਦ ਕਰ ਦਿਆਂਗੇ ਵਿਦਵਤਾ ਨੂੰ ਇਸ ਪੈਮਾਨੇ ਤੇ ਹਾਂਜੀ ਹਨਾ ਉਦਣ ਹਰੇਕ ਬੰਦੇ ਨੇ ਵਿਦਵਾਨ ਬਣ ਜਾਣਾ ਕਿਉਂ ਅਸੀਂ ਪੈਮਾਨਾ ਇਹ ਕਰ ਦਈਏ ਵੀ ਗੱਲ ਕਾਮਨ ਸੈਂਸ ਨਾਲ ਕੀਤੀ ਜਾਵੇ ਬਿਲਕੁਲ ਡੇਟ ਕੋ ਅੱਗੇ ਪਿੱਛੇ ਹੋ ਗਈ ਨਾ ਵੀ ਯਾਦ ਹੋਇਆ ਉਹ ਕਹੇਗਾ ਵੀ ਕੋਈ ਖਾੜਕੂ ਸੀਗਾ ਜੀ ਕੋਈ ਬੰਦਾ ਕੋਈ ਇੱਕ ਬੰਦਾ ਪੁਲਿਸ ਵਾਲਾ ਸੀ ਹਾਂਜੀ ਹਨਾ ਜ਼ਰੂਰੀ ਥੋੜਾ ਇਹ ਦੱਸਣਾ ਹੈ ਵੀ ਉਹ DSP ਸੀਗਾ ਕਿਹੜੇ ਸਾਲ ਚ ਭਰਤੀ ਹੋਇਆ ਸੀ ਕਿਹੜੇ ਏਰੀਏ ਦਾ ਸੀ ਕਿੱਥੋਂ ਤਰੱਕੀ ਲੈ ਕੇ ਆਇਆ ਕਿਹਨੂੰ ਰਿਸ਼ਵਤ ਦੇ ਕੇ ਬਣਿਆ DSP ਉਹ ਹਾਂਜੀ ਉਨੀ ਇਨਫੋਰਮੇਸ਼ਨ ਇਕੱਠੀ ਕਰਨੀ ਕੋਈ ਜ਼ਰੂਰੀ ਨਹੀਂ ਹੈਗੀ ਉਸ ਇਹੀ ਚੀਜ਼ਾਂ ਨੇ ਇਹਨਾਂ ਤੱਥਾਂ ਨੇ ਹੀ ਤਾਂ ਸਾਨੂੰ ਉਲਝਾ ਰੱਖਿਆ ਜਦੋਂ ਨਾ ਇਹ ਬੰਦੇ ਖਾੜਕੂ ਜਿਹੜੇ ਬੰਦੇ ਆਪਣੇ ਆਪ ਨੂੰ ਕਹਾਉਂਦੇ ਆ ਸੰਘਰਸ਼ ਨਾਲ ਜੁੜਿਓ ਹਾਂਜੀ ਇਹਨਾਂ ਨੇ ਜਿਹੜੀ ਗੱਲ ਕੀਤੀ ਆ ਵੀ ਲਾਭ ਸਿੰਘ ਦੇ ਬਾਰੇ ਕਹਿੰਦੇ ਵੀ ਉਹਨੇ 51 ਕਤਲ ਹਾਂਜੀ ਕੀਤੇ ਆ 84 ਤੋਂ ਪਹਿਲਾਂ ਠੀਕ ਆ ਹੁਣ ਉਹ ਸੀਗੇ ਕਿਹੜੇ ਕਿਹਨਾਂ ਦੇ ਕੀਤੇ ਕਤਲ ਬੰਦੇ ਮਤਲਬ ਇੰਨੇ ਦੁਖੀ ਕੌਣ ਸੀ ਹਾਂਜੀ ਹੁਣ ਛਿੰਦੇ ਵਰਗਾ ਬੰਦਾ ਅਸੀਂ ਜਾਣਦੇ ਜਿਹੜੇ ਬੰਦੇ ਇਸ ਪਾਸੇ ਗਏ ਆ ਨਾ ਉਹ ਜਿਹੜੇ ਪੇਸ਼ੇ ਤੋਂ ਜੁਰਮ ਕਰਨੇ ਵਾਲੇ ਸੀ ਹਾਂਜੀ ਉਹ ਬੰਦੇ ਗਏ ਆ ਠੀਕ ਹੈ ਨਹੀਂ ਤਾਂ ਜਿਹੜਾ ਆਮ ਬੰਦਾ ਆ ਉਹਦੇ ਲਈ ਏਦਾਂ ਇੱਕਦਮ ਚੱਕ ਕੇ ਬੰਦੂਕਾਂ ਤੇ ਕਰਨਾ ਦਾ ਕਤਲ ਕਰਨਾ ਲੋਕਾਂ ਨੂੰ ਉਹ ਤੇ ਤਸ਼ੱਦਦ ਵੀ ਹੋ ਜਾਏ ਹਾਂਜੀ ਉਹ ਇੰਨੀ ਛੇਤੀ ਉਹਦਾ ਦਿਮਾਗ ਇੰਨਾ ਵਿਸ਼ੀ ਨਹੀਂ ਹੁੰਦਾ ਕਿਸੇ ਨੂੰ ਕੁੱਟਣ ਲਈ ਕਿਸੇ ਨੂੰ ਮਾਰਨ ਲਈ ਤੁਹਾਨੂੰ ਬਹੁਤ ਜ਼ਿਆਦਾ ਵਿਸ਼ੀਪਣਾ ਤੁਹਾਡੇ ਅੰਦਰ ਆਉਣਾ ਚਾਹੀਦਾ ਥੋੜੇ ਕੀਤੇ ਨਹੀਂ ਕਰ ਹੁੰਦਾ ਹਨਾ ਹਾਂ ਆਪਣਾ ਜਿੱਦਾਂ ਆਪਣਾ ਬੱਚਾ ਹੈ ਤੁਹਾਡਾ ਉਹ ਨੁਕਸਾਨ ਕਰਾ ਰਿਹਾ ਆਪਣਾ ਕਿਸੇ ਐਸੀ ਜਗ੍ਹਾ ਹੱਥ ਪਾ ਰਿਹਾ ਵਾਰ ਵਾਰ ਹਨਾ ਉਸ ਵੇਲੇ ਜਾਂ ਤੁਸੀਂ ਆਪ ਉੱਦਾਂ ਕਿਸੇ ਗੱਲੋਂ ਫਰਸਟ੍ਰੇਟ ਹੋਏ ਹੋ ਕਿਸੇ ਹੋਰ ਗੱਲ ਦਾ ਗੁੱਸਾ ਆਇਆ ਤੁਹਾਨੂੰ ਉਦੋਂ ਵਰਤਾ ਜਦੋਂ ਠੰਡੇ ਆ ਬੈਠੇ ਤੁਸੀਂ ਉਦੋਂ ਨਿਆਣਾ ਕੋਈ ਗਲਤੀ ਕਰਦਾ ਉਦੋਂ 10 ਵਾਰੀ ਜਰ ਲੈਣੇ ਅਸੀਂ ਹੱਸ ਵੀ ਪਈਦਾ ਆ ਉਹਦੇ ਸਮਾਨ ਤੋੜਿਓ ਤੇ ਡੋਲਿਓ ਤੇ ਰੰਗ ਡੋਲ ਦਿੱਤਾ ਮੰਨ ਲਓ ਕੋਈ ਚੀਜ਼ ਜਾਲ ਦਿੱਤੀ ਉਹਨੇ ਫਿਰ ਵੀ ਏਦਾਂ ਕਹੋ ਕ੍ਰੀਏਟਿਵ ਯਾਰ ਕੋਈ ਗੱਲ ਨੀ ਤਾਂ ਕੀ ਹੋ ਗਿਆ ਹਨਾ ਹੁਣ ਇੱਕ ਸਟੇਜ ਐਸੀ ਹੁੰਦੀ ਮਾੜੀ ਜਿਹੀ ਗਲਤੀ ਕਰਦਾ ਉਹਦੇ ਫਿਰ ਵੀ ਹੱਥ ਚੱਕ ਦਿੰਦੇ ਅਸੀਂ ਦਬਕਾ ਮਾਰ ਦਿੰਦੇ ਹਾਂ ਹੁਣ ਕਾਰਨ ਕੀ ਆ ਅਸੀਂ ਫਰਸਟ੍ਰੇਟ ਠੀਕ ਹੈ ਹੁਣ ਜਿਹੜੇ ਜੁਰਮ ਕਰਦੇ ਬੰਦੇ ਨਾ ਹਾਂਜੀ ਪੇਸ਼ੇ ਵਜੋਂ ਹਾਂਜੀ ਉਹ ਫਰਸਟ੍ਰੇਟ ਹੋਏ ਹੁੰਦੇ ਸਮਾਜ ਤੋਂ ਲੁੱਟਾਂ ਖੋਹਾਂ ਕਰਨ ਤਾਂ ਹੀ ਜਾਂਦੇ ਆ ਹਾਂਜੀ ਹਨਾ ਹੁਣ ਉਹ ਬੰਦਿਆਂ ਨੂੰ ਜਦੋਂ ਇਦਾਂ ਦੀ ਸ਼ੈਲਟਰ ਮਿਲ ਜਾਂਦੀ ਆ ਥਾਂ ਮਿਲ ਜਾਂਦੀ ਆ ਉਹ ਦੁਖੀ ਤਾਂ ਪਹਿਲਾਂ ਹੀ ਆ ਹਾਂਜੀ ਉਹ ਤਾਂ ਲੱਭਦੇ ਫਿਰਦੇ ਵੀ ਹੋਰ ਕੁਛ ਕਰਨੇ ਨੂੰ ਹੈ ਨੀ ਠੀਕ ਹੈ ਤੇ ਉੱਤੇ ਉਹਨਾਂ ਨੂੰ ਆਹ ਥਾਂ ਮਿਲ ਗਏ ਪੰਥ ਦੀ ਸੇਵਾ ਕੌਮ ਦੀ ਸੇਵਾ ਉਹਨਾਂ ਨੇ ਕੀਤਾ ਕੀ ਜਿਹੜੀਆਂ ਨਿੱਜੀ ਦੁਸ਼ਮਣੀਆਂ ਸੀ ਕਿਤੇ ਕਿਸੇ ਨੇ ਪੈਸੇ ਕੋਈ ਹੋਰ ਪ੍ਰੋਬਲਮ ਆ ਗਈ ਜਨਾਨੀ ਦੀ ਪ੍ਰੋਬਲਮ ਆ ਗਈ ਇਦਾਂ ਦੇ ਕਤਲ ਹੋਏ ਹਨਾ ਹੁਣ ਨਹੀਂ ਤਾਂ ਇਹ ਜਦੋਂ ਸਾਡੇ ਬੰਦੇ ਕਹਿੰਦੇ ਆ ਪਿੰਡਰਾਲੇ ਦੀ ਵਡਿਆਈ ਕਰਦੇ ਆ ਵੀ ਪਿੰਡਰਾਲਾ ਕਹਿੰਦਾ ਸੀ ਵੀ ਜੇ ਕੋਈ ਬੰਦਾ ਨਾ ਕਿਸੇ ਦਾ ਰੇਪ ਕਰਦਾ ਆ ਹਾਂਜੀ ਉਹਨੂੰ ਥਾਂ ਤੇ ਕਤਲ ਕਰ ਦਿਓ ਮੈਂ ਸੰਭਾਲੂਗਾ ਹਾਂਜੀ ਹਨਾ ਹੁਣ ਸਾਡੇ ਇਹਨਾਂ ਨੇ ਕੀ ਕੀਤਾ ਵੀ ਇਦਾਂ ਕਤਲ ਕਰਤਾ ਬੰਦੇ ਦਾ ਗੋਲੀ ਮਾਰ ਦਿੱਤੀ ਟੱਬਰ ਦੇ ਦੋ ਜੀ ਮਾਰ ਦਿੱਤੇ ਜਾ ਕੇ ਹੋ ਗਿਆ ਮੁੜ ਕੇ ਰੌਲਾ ਪੈ ਗਿਆ ਜੀ ਉਂਝ ਹੀ ਰੇਪ ਕੀਤਾ ਸੀ ਠੀਕ ਹੈ ਅੱਛਾ ਹੁਣ ਕੋਈ ਬੰਦਾ ਇਹਨਾਂ ਨੂੰ ਸਵਾਲ ਪੁੱਛੇ ਵੀ ਇੰਡੀਆ ਦੇ ਵਿੱਚ ਹਾਂਜੀ ਜਿਹੜੀ ਪੁਲਿਸ ਆ ਉੱਥੇ ਦਾ ਸਿਸਟਮ ਆ ਐਡਾ ਵੱਡਾ ਆ ਠੀਕ ਆ ਇੰਨਾ ਪੈਸਾ ਉਹਨਾਂ ਕੋਲ ਲੱਖਾਂ ਬੰਦੇ ਉਹਨਾਂ ਕੋਲ ਭਰਤੀ ਆ ਹਾਂਜੀ ਹਨਾ ਥਾਂ ਥਾਂ ਤੇ ਕੈਮਰੇ ਵੀ ਲੱਗੇ ਹੋਣਗੇ ਕਿਤੇ ਕਿਤੇ ਫਿਰ ਉਹਨਾਂ ਦੇ ਸੂਹੀਏ ਪੁਰਾਣੇ ਤੁਸੀਂ ਪੁਰਾਣੇ ਸਮੇਂ ਤੋਂ ਦੇਖੋ
ਉਹਨਾਂ ਦੇ ਸੂਏ ਹੁੰਦੇ ਥਾਂ ਥਾਂ ਤੇ ਜਿਹੜੇ ਦੱਸਦੇ ਨੈਟਵਰਕ ਹੁੰਦਾ ਉਹਦਾ ਉਹਦੇ ਬਾਵਜੂਦ ਵੀ ਜਦੋਂ ਕੋਈ ਰੇਪ ਹੁੰਦਾ ਪੁਲਿਸ ਨੂੰ ਲੱਭਣ ਨੂੰ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਂਦੇ ਕਈ ਵਾਰ ਮਹੀਨਾ ਮਹੀਨਾ ਬੰਦਾ ਨੀ ਲੱਭਦਾ ਲੁਕ ਜਾਂਦਾ ਬੰਦਾ ਜਾ ਕੇ ਇਹਨਾਂ ਨੂੰ ਕਿੱਦਾਂ ਲੱਭਿਆ ਹੁੰਦਾ ਨਾਲ ਦੀ ਨਾਲ ਇਹ 300-400 ਬੰਦਾ ਸੀ ਕਹਿੰਦੇ 150 ਬੰਦਾ ਸੀ ਲੜਨੇ ਵਾਲਾ ਪਿੰਡਰਾਲੇ ਦੇ ਨਾਲ ਹਾਂਜੀ ਹਨਾ ਇਹਨਾਂ ਨੂੰ ਕਿੱਦਾਂ ਲੱਭ ਗਿਆ ਬੰਦਾ ਉਹ ਜਾਂ ਗੱਲ ਕੀ ਆ ਉਹ ਪੰਗਾ ਕਿਉਂਕਿ ਬਹਾਨਾ ਮਿਲ ਗਿਆ ਨਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਉਹਨੂੰ ਗੱਡੀ ਚਾੜ ਦਿਓ ਹੁਣ ਮੇਰੀ ਦੁਸ਼ਮਣੀ ਆ ਹੁਣ ਅਸੀਂ ਮੈਂ ਕਹਿੰਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੀ ਜਿਹੜੇ ਬੰਦੇ ਫੈਡਰੇਸ਼ਨ ਵਿੱਚ ਸੀਗੇ ਹਾਂਜੀ ਜਾਂ ਜਿਹੜੇ ਬੰਦੇ ਮਗਰੋਂ ਫੋਰਸਾਂ ਚ ਭਰਤੀ ਹੋਏ ਆ ਹਾਂਜੀ ਕਮਾਂਡੋ ਫੋਰਸ ਲਿਬਰੇਸ਼ਨ ਫੋਰਸ ਕੋਈ ਵੀ ਫੋਰਸ ਹੋਵੇ ਹਾਂਜੀ ਉਹ ਜਿਨ੍ਹਾਂ ਦੇ ਮੁਕਾਬਲੇ ਬਣੇ ਆ ਜਾਂ ਜਿਨ੍ਹਾਂ ਨੇ ਦਰਸ਼ਨ ਸਿੰਘ ਕੈਨੇਡੀਅਨ ਦਾ ਕਤਲ ਹੋਇਆ ਸੀ ਸਾਡੇ ਏਰੀਏ ਚ ਠੀਕ ਹੈ ਮਾਲਪੁਰ ਠੀਕ ਹੈ ਠੀਕ ਆ ਠੀਕ ਹੈ ਕੋਈ ਬੰਦਾ ਮੇਰੇ ਨਾਲ ਰੇਡੀਓ ਤੇ ਇਸ ਗੱਲ ਤੇ ਡਿਬੇਟ ਕਰ ਲਵੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੰਦਿਆਂ ਬਾਰੇ ਤੇ ਉਹ ਜੇ ਉਹ ਕਹਿੰਦਾ ਆ ਵੀ ਬੰਦੇ ਦਿਆਲੂ ਬਹੁਤ ਸੀ ਉਹ ਬੰਦੇ ਧਾਰਮਿਕ ਬਹੁਤ ਸੀ ਉਹ ਬੰਦੇ ਨਸ਼ਾ ਨਹੀਂ ਸੀ ਕਰਦੇ ਉਹ ਬੰਦੇ ਦਲੇਰ ਬਹੁਤ ਸੀ ਬੰਦੇ ਕਤਲ ਕਰਨ ਦੀ ਹਿੰਮਤ ਨਹੀਂ ਸੀ ਰੱਖਦੇ ਕਿਸੇ ਦੇ ਬਾਰੇ ਵੀ ਕਰ ਲਿਆ ਮੈਂ ਨਾਂ ਨਹੀਂ ਲੈਂਦਾ ਫਿਰ ਜਦੋਂ ਮੈਂ ਨਾਂ ਲੈ ਦੇਣੇ ਆ ਫਿਰ ਪਿੱਟ ਸਿਆਪਾ ਹੀ ਪੈ ਜਾਂਦਾ ਵੀ ਇੱਥੇ ਆਪਣੇ ਬੰਦੇ ਜਾਣਦੇ ਹੁੰਦੇ ਆ ਉਹ ਫੋਨ ਕਰ ਵੀ ਭਾਜੀ ਉਹ ਤਾਂ ਆਪਣਾ ਬੰਦਾ ਆ ਸਾਡੇ ਨੇੜੇ ਦੇ ਬੰਦੇ ਆ ਘਰਾਂ ਚ ਆਉਂਦੇ ਜਾਂਦੇ ਰਹੇ ਆ ਠੀਕ ਹੈ ਪੜ੍ਹਦੇ ਰਹੇ ਆ ਸਾਡੇ ਨਾਲ ਠੀਕ ਹੈ ਚੰਗੇ ਦੋਸਤਾਂ ਵਾਲੇ ਸੰਬੰਧ ਰਹੇ ਸਾਡੇ ਨਾਲ ਠੀਕ ਹੈ ਨੇੜਿਓਂ ਜਾਣਦੇ ਆ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿੰਨੇ ਵੀ ਬੰਦੇ ਆ ਠੀਕ ਆ ਹੁਣ ਜਦੋਂ ਹੁਣ ਅਸੀਂ ਹੈਰਾਨ ਰਹਿ ਗਏ ਸੀ ਵੀ ਦਰਸ਼ਨ ਸਿੰਘ ਕੈਨੇਡੀਅਨ ਦੇ ਕਤਲ ਵੇਲੇ ਜਲੰਧਰ ਤੋਂ ਮੁੰਡਾ ਸ਼ੂਟਰ ਸੱਦਿਆ ਸੀ ਠੀਕ ਹੈ ਜਿਹਨੇ ਏਦਾਂ ਪਿਸਤੌਲ ਨਾਲ ਗੋਲੀ ਮਾਰਨੀ ਸੀ ਓਕੇ ਠੀਕ ਆ ਖਬਰ ਪੱਕੀ ਮਿਲ ਗਈ ਸੀ ਵੀ ਮਾਲਪੁਰ ਥਾਣੇ ਆਇਆ ਉਹ ਹਾਂਜੀ ਉਹ ਸਾਈਕਲ ਤੇ ਜਾਂਦਾ ਹੁੰਦਾ ਸੀ ਹਮੇਸ਼ਾ ਠੀਕ ਹੈ ਬੜਾ ਪੁਲਿਸ ਨੇ ਰੌਲਾ ਪਾਇਆ ਉਹਨੂੰ ਏਦਾਂ ਕਿਹਾ ਆਲੇ ਦੁਆਲੇ ਲੀਡਰ ਸੀ ਦਾ ਵੱਡੇ ਪੱਧਰ ਦਾ ਠੀਕ ਹੈ ਵੀ ਤੂੰ ਨਾਲ ਵੀ ਗੱਡੀ ਗੁੱਡੀ ਕਰਦੇ ਉਹਦੇ ਨਿਆਣੇ ਨੂੰ ਜਿਹੜਾ ਲਗੇਰੀ ਪਿੰਡ ਆ ਪਿੰਡ ਤਕੜਾ ਅਮੀਰ ਆ ਪਿੰਡ ਉਹ ਠੀਕ ਹੈ ਬੰਦੇ ਬਾਹਰ ਸੀ ਬਹੁਤ ਪਿੰਡ ਦੇ ਠੀਕ ਹੈ ਵੀ ਤੂੰ ਆਪ ਵੀ ਤਕੜਾ ਜ਼ਿਮੀਂਦਾਰ ਸੀ ਜੱਟ ਪਰਿਵਾਰ ਚੋਂ ਸੀ ਪੁਲਿਸ ਨਾਲ ਚੰਗੀ ਬਹਿਣੀ ਉੱਠਣੀ ਸੀ ਪਰ ਉਹ ਨਾ ਤਾਂ ਨਾਲ ਬੰਦਾ ਰੱਖਦਾ ਸੀ ਕੋਈ ਸਾਈਕਲ ਤੇ ਹੀ ਜਾਂਦਾ ਸੀ ਠੀਕ ਹੈ ਪੱਕਾ ਪਤਾ ਸੀ ਠੀਕ ਹੈ ਤੇ ਪੱਕੀ ਖਬਰ ਸੀ ਵੀ ਉਹ ਮਾਲਪੁਰ ਥਾਣੇ ਬੈਠਾ ਆ ਠੀਕ ਹੈ ਤੇ ਉੱਥੋਂ ਜਾਣਾ ਠੀਕ ਹੈ ਠੀਕ ਹੈ ਬੰਦੇ ਖੜੇ ਸੀ ਨੇੜੇ ਨੇੜੇ ਤੇ ਦੱਸ ਦਿੱਤਾ ਦੱਸਣੇ ਵਾਲੇ ਨੇ ਮਾਲ ਉੱਥੋਂ ਥਾਣੇ ਤੋਂ ਜਿਹੜਾ ਕਾਲਜ ਆ ਖਾਲਸਾ ਕਾਲਜ ਮਾਲਪੁਰ ਦਾ ਉਹ ਅੱਧਾ ਕੁ ਕਿਲੋਮੀਟਰ ਦਾ ਮੈਨੂੰ ਲੱਗਦਾ ਮਸੀ ਫਾਸਲਾ ਹੋਣਾ ਠੀਕ ਹੈ ਠੀਕ ਹੈ ਤੇ ਹੁਣ ਉੱਥੋਂ ਪਤਾ ਲੱਗ ਗਿਆ ਵੀ ਉਹ ਤੁਰ ਪਏ ਉੱਥੋਂ ਠੀਕ ਹੈ ਅੰਦਰੋਂ ਥਾਣੇ ਦੇ ਅੰਦਰੋਂ ਜਿਹੜੀ ਮੇਨ ਚੰਡੀਗੜ੍ਹ ਨੂੰ ਸੜਕ ਜਾਂਦੀ ਹੁਸ਼ਿਆਰਪੁਰ ਤੋਂ ਉਹਦੇ ਜਿੱਥੇ ਮੇਨ ਥਾਣਾ ਜਾਣੀ ਅੰਦਰ ਉਹ ਪੂਰੀ ਪੂਰਾ ਉਹਦਾ ਜਿਹੜੀ ਬਿਲਡਿੰਗ ਆ ਪੂਰੀ ਠੀਕ ਹੈ ਠੀਕ ਹੈ ਉਹ ਹੱਤਾ ਜਿਹੜਾ ਥਾਣੇ ਦਾ ਉਹ ਅੰਦਰ ਅੰਦਰੋਂ ਬਿਲਡਿੰਗ ਤੋਂ ਲੈ ਕੇ ਸੜਕ ਤੱਕ ਆਉਂਦਿਆਂ ਨੂੰ ਜਾਣੀ ਚੰਗਾ 100 ਮੀਟਰ ਦਾ ਵਕਫਾ ਹੋਊਗਾ ਜਾਣੀ ਠੀਕ ਹੈ ਫਾਸਲਾ ਜਿਹੜਾ ਉਹਦਾ ਠੀਕ ਹੈ ਹੁਣ ਉੱਥੇ ਨੂੰ ਉਹ ਸਾਈਕਲ ਤੇ ਤੁਰ ਕੇ ਆ ਰਹੇ ਸੀ ਠੀਕ ਹੈ ਤੇ ਆ ਕੇ ਉਸ ਵੇਲੇ ਉਹਨੂੰ ਦੱਸਣਾ ਸੀ ਬੰਦੇ ਨੂੰ ਸਕੂਟਰ ਤੇ ਜਾ ਕੇ ਠੀਕ ਹੈ ਠੀਕ ਹੈ ਕਾਲਜ ਤੋਂ ਜਾਣਾ ਸੀ ਇੱਕ ਬੰਦਾ ਚਲਾ ਰਿਹਾ ਸੀ ਇੱਕ ਬੰਦਾ ਪਿੱਛੇ ਸੀ ਪਿੱਛੇ ਵਾਲੇ ਨੇ ਉਹਨੇ ਫਿਰ ਪਿੱਛਾ ਕਰਨਾ ਸੀ ਪਹਿਲਾਂ ਦੇਖ ਲੈਣਾ ਸੀ ਪਿਆ ਬੰਦਾ ਆ ਫਿਰ ਉਹਨੇ ਲਗੇਰੀ ਦਾ ਰਾਹ ਪਤਾ ਸਾਰਿਆਂ ਨੂੰ ਫਿਰ ਉਹਨੇ ਇੱਥੋਂ ਜਾਣਾ ਸੀ ਇੱਦਾਂ ਠੀਕ ਹੈ ਠੀਕ ਹੈ ਹੁਣ ਉਹ ਜਿਹੜੇ ਬੰਦੇ ਉੱਥੇ ਜਾਣੀ ਉਹ ਜਿਨ੍ਹਾਂ ਦੀ ਅੱਜ ਰੌਲਾ ਪਾਉਂਦੇ ਆ ਦੋ ਵਾਰੀ ਲੈ ਕੇ ਗਏ ਦੋ ਗੇੜੀਆਂ ਮਾਰੀਆਂ ਸਕੂਟਰ ਤੇ ਗੱਬੇ ਬੈਠੇ ਬੰਦੇ ਤੋਂ ਏਦਾਂ ਏਦਾਂ ਇਸ਼ਾਰਾ ਕਰਕੇ ਕਹਿ ਨਹੀਂ ਹੋਇਆ ਵੀ ਉਹ ਫਲਾਨਾ ਬੰਦਾ ਹੈ ਠੀਕ ਹੈ ਗੱਲਾਂ ਦਲੇਰੀ ਦੀਆਂ ਕਰਦੇ ਅਸੀਂ ਠੀਕ ਹੈ ਠੀਕ ਹੈ ਮੈਂ ਤਾਂ ਕਹਿੰਦਾ ਵੀ ਸਾਡੇ ਜ਼ਿਲ੍ਹੇ ਦੇ ਬਾਕੀ ਸਾਰਿਆਂ ਦਾ ਪਤਾ ਹੀ ਆ ਹੁਣ ਜੇ ਤੁਸੀਂ ਭਾਈ ਸ਼ਿੰਦੇ ਦੀ ਗੱਲ ਕਰਦੇ ਸੋਢੀ ਦੀ ਗੱਲ ਕਰਦੇ ਆ ਉਹ ਬੰਦੇ ਪੇਸ਼ੇ ਵਜੋਂ ਜੁਰਮ ਕਰਨੇ ਵਾਲੇ ਬੰਦੇ ਸੀ ਉਹ ਪੇਸ਼ੇ ਵਜੋਂ ਜੁਰਮ ਕਰਨੇ ਵਾਲੇ ਸੀ ਤਾਂ ਉਹ ਬੰਦੇ ਇਸ ਪਾਸੇ ਨੂੰ ਤੁਰੇ ਆ
ਕਰਦੇ ਕਰਦੇ ਸਾਰਾ ਕੁਛ ਕਰਦੇ ਆਏ ਆ ਪਿੱਛੇ, ਠੀਕ ਹੈ। ਇਸ ਕਰਕੇ ਬਹੁਤੇ ਐਕਸਾਈਟਡ ਨਾ ਹੋਵੋ, ਇਹ ਕਹਾਣੀਆਂ ਜਿਹੜੀਆਂ ਸਾਨੂੰ ਸੁਣਾਈਆਂ ਜਾ ਰਹੀਆਂ ਆ ਉਹਨਾਂ ਨੂੰ ਸੁਣ ਸੁਣ ਕੇ ਐਵੇਂ ਨਾ ਹਵਾ 'ਚ ਫਿਰੀਏ। ਨੌਜਵਾਨੀ ਨੂੰ ਜਿਹੜੇ ਸਾਡੇ ਨੌਜਵਾਨ ਵੀਰ ਆ ਉਹਨਾਂ ਨੂੰ ਬੇਨਤੀ ਆ ਹੱਥ ਬੰਨ ਕੇ ਨਾ ਪੁਰਸ਼ਾਂ ਨੂੰ ਅੱਗ ਲਵਾਓ। ਤੁਹਾਡਾ ਭਵਿੱਖ ਜਿਹੜਾ ਆ, ਜਿਹੜਾ ਕਰਨੇ ਵਾਲਾ ਕੰਮ ਆ, ਜਿਹੜੇ ਆਲੇ ਦੁਆਲੇ ਬੰਦੇ ਗੁਰਦੁਆਰੇ 'ਚ ਖੜ ਕੇ ਖਾਲਿਸਤਾਨ ਦੇ ਨਾਅਰੇ ਲਾਉਂਦੇ ਆ, ਭਿੰਡਰਾਂ ਵਾਲੇ ਬਾਰੇ ਕਹਿੰਦੇ ਆ, ਉਹਨਾਂ ਨੂੰ ਕਹੋ ਪੁੱਛੋ ਤੂੰ ਕਹਾਂ ਹਿੰਦੂਆਂ ਦੇ ਨਾਲੋਂ ਜਿਹੜੇ ਤਿਉਹਾਰ ਆ ਸਾਡੇ ਉਹ ਗੁਰਦੁਆਰਿਆਂ 'ਚ ਵੱਖਰੇ ਕਿਉਂ ਨਹੀਂ ਕਰਦੇ? ਕਿਉਂ ਸੰਗਰਾਂਦ ਮਨਾਉਣੇ, ਕਿਉਂ ਪੁੰਨਿਆ ਮੱਸਿਆ ਮਨਾਉਣ ਲੱਗੇ ਹੋ, ਕਿਉਂ ਦੀਵਾਲੀ ਮਨ ਰਹੀ ਸਾਡੇ ਗੁਰਦੁਆਰਿਆਂ 'ਚ? ਦੁਨੀਆਂ ਦੇ ਜਿੰਨੇ ਵੱਡੇ ਗੁਰਦੁਆਰੇ ਆ ਉਹਨਾਂ ਦਾ ਸਾਲ ਤੋਂ ਵੱਧ ਸਾਰੇ ਸਾਲ ਦੇ ਵਿੱਚ ਸਭ ਤੋਂ ਵੱਧ ਕਮਾਈ ਦਾ ਜਿਹੜਾ ਤਿਉਹਾਰ ਆ, ਸਾਲ ਦੇ ਵਿੱਚ ਸਭ ਤੋਂ ਵੱਧ ਸੰਗਤ ਆਉਣੇ ਵਾਲਾ ਤਿਉਹਾਰ ਆ ਉਹ ਦੀਵਾਲੀ ਆ। ਉਹ ਧੱਕੇ ਦੇ ਨਾਲ ਬੰਦੀ ਛੋੜ ਦੇ ਨਾਲ ਮਿਲ ਕੇ ਅਸੀਂ ਕੀਤਾ, ਕਰ ਲਓ ਮਨਾ ਲਓ ਜੇ ਬੰਦੀ ਛੋੜ, ਯਾਰ ਮਨਾਉਣਾ ਕਿਹੜੇ ਮਹੀਨੇ 'ਚ? ਇਤਿਹਾਸ ਨੂੰ ਤਾਂ ਪੁੱਛ ਲਓ, ਉਦੋਂ ਕੇ ਵਰਗਿਆਂ ਨੂੰ ਵੀ ਪਤਾ ਆ ਵੀ ਅਕਤੂਬਰ 'ਚ ਨਵੰਬਰ 'ਚ ਨਹੀਂ ਆਏ ਇਹ ਛੇਵੇਂ ਪਾਤਸ਼ਾਹ ਛੁੱਟ ਕੇ। ਬਾਬਰ ਦੀ ਜੇਲ੍ਹ 'ਚੋਂ ਗੁਰੂ ਨਾਨਕ ਵੀ ਛੁੱਟਿਆ ਸੀ, ਉਦੋਂ ਵੀ ਕਰ ਲਓ ਦੀਪਮਾਲਾ, ਬੰਦੀ ਛੋੜ ਤਾਂ ਉਦੋਂ ਵੀ ਹੋਇਆ ਸੀ। ਕਿਉਂ ਤੁਹਾਨੂੰ ਤੁਹਾਡਾ ਗੁਰੂ ਦਿੱਲੀ 'ਚ ਜਾ ਕੇ ਉਹਦਾ ਸੀਸ ਕਤਲ ਹੋ ਰਿਹਾ ਤੇ ਇਸ ਕਰਕੇ ਹੋ ਰਿਹਾ ਵੀ ਹਿੰਦੂਆਂ ਦੇ ਜਨੇਊ ਬਚਾਉਣ ਦੀ ਖਾਤਰ ਉਹ ਜਾਂਦੇ ਆ? ਤੁਸੀਂ ਬੰਦੀ ਛੋੜ ਮਨਾ ਰਹੇ ਇਸ ਕਰਕੇ ਮਨਾ ਰਹੇ ਆ ਵੀ ਹਿੰਦੂਆਂ ਦੇ 52 ਰਾਜੇ ਛੜਾ ਦਿੱਤੇ ਉਹਨਾਂ ਨੇ, ਹੱਦ ਹੋ ਗਈ ਯਾਰ। ਅਗਲੇ ਤਾਂ ਪਹਿਲਾਂ ਰੌਲਾ ਪਾਈ ਜਾਂਦੇ ਵੀ ਵਿਸ਼ਨੂੰ ਦਾ ਅਵਤਾਰ ਆ, ਹਰਗੋਬਿੰਦ, ਹਰੀ ਨਾਮ ਵੀ ਵਿਸ਼ਨੂੰ ਦਾ ਤੇ ਗੋਬਿੰਦ ਨਾਮ ਵੀ ਵਿਸ਼ਨੂੰ ਦਾ, ਤੁਸੀਂ ਪਤਾ ਨਹੀਂ ਕੀ ਕੱਢਣਾ ਉਹਦੇ ਵਿੱਚੋਂ, ਠੀਕ ਹੈ। ਬਾਕੀ ਤੁਸੀਂ ਮੰਨਣਾ ਆ ਮੰਨੀ ਜਾਓ, ਜਿਹਨੂੰ ਲੱਗਦਾ ਆ ਨਿਊਜ਼ੀਲੈਂਡ ਲਾਣਤ ਆ ਤੁਹਾਡੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਜਾਂ ਇੰਗਲੈਂਡ ਰਹਿਣ ਦੇ, ਜਿਹੜਾ ਬੰਦਾ ਇਹ ਕਹਿੰਦਾ ਭਿੰਡਰਾਂਲੇ ਦਾ ਰਾਹ ਸਹੀ ਆ ਉਹਦੇ ਲੱਖ ਲਾਣਤ ਆ ਜੇ ਉਹ ਟਿਕਟ ਬਣਾ ਕੇ ਆਪਣੀ ਨਿਊਜ਼ੀਲੈਂਡ ਦੀ ਪ੍ਰੋਪਰਟੀ ਵੇਚ ਕੇ ਪੰਜਾਬ ਜਾ ਕੇ ਹਥਿਆਰ ਚੱਕ ਕੇ ਉਹ ਲੜਾਈ ਨਾ ਲੜੇ ਜਿਹੜੀ ਭਿੰਡਰਾਂਲੇ ਨੇ ਲੜੀ ਸੀ, ਫਿਰ ਮੰਨੀਏ, ਕਿਉਂਕਿ ਉਹ ਲੜਿਆ ਸ਼ਹਿਰ ਦੇ ਉੱਤੇ। ਤੁਹਾਨੂੰ ਪਤਾ ਤੁਹਾਨੂੰ ਏਅਰਪੋਰਟ ਨਹੀਂ ਉਤਰਨ ਦੇਣਾ ਅਗਲੇ ਨੇ, ਐਸਾ ਠੋਕਣਾ ਤੁਹਾਨੂੰ ਔਰ ਤੁਹਾਡੇ ਤੁਹਾਡੀ ਕਾਰਤਾ ਪਤਾ ਮੈਨੂੰ ਦੀਦੀ ਆ ਤੁਹਾਡੀਆਂ ਅੱਖਾਂ ਦੇ ਵਿੱਚੋਂ। ਤੁਸੀਂ ਜੇ ਇੰਨੇ ਸ਼ੇਅਰ ਹੁੰਦੇ ਨਾ ਤੁਸੀਂ ਫੇਸਬੁੱਕ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਆਪਣਾ ਚਿਹਰਾ ਲੁਕੋ ਕੇ ਆਪਣਾ ਨਾਂ ਲੁਕੋ ਕੇ ਨਾ ਗਾਲਾਂ ਕੱਢਦੇ, ਤੁਸੀਂ ਹਿੰਮਤ ਕਰਦੇ ਆਪਣੇ ਨਾਂ ਦੇ ਥੱਲੇ ਕਰਦੇ, ਤੁਸੀਂ ਤਾਂ ਡਿੱਗ ਪੈਂਦੇ ਪੈਰਾਂ ਤੇ, ਤੁਹਾਤੋਂ ਤਾਂ ਜਿਹੜਾ ਮਰਜ਼ੀ ਪੈਰੀ ਹੱਥ ਲਵਾ ਲਵੇ। ਬੁਝਦਲ ਕਾਇਰ ਬੰਦੇ ਜਿਹੜੇ ਬਸ ਐਵੇਂ ਗੱਲਾਂ ਕਹਾਣੀਆਂ ਸੁਣ ਸੁਣ ਕੇ ਸਾਡੇ ਉੱਤੇ ਸਾਡੇ ਸਿਰਾਂ ਤੇ ਬਹਿ ਗਏ, ਲਾ ਕੇ ਸਿੱਟਣੇ ਪੈਣੇ ਆ। ਅਸੀਂ ਬ੍ਰੇਕ ਲੈਣੀ ਆ ਜੀ, ਉਦੋਂ ਪਹਿਲਾਂ ਸਾਡੇ ਨਾਲ 0107 ਇੱਕ ਸਰੋਤੇ ਆ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਪੰਜਾਬ ਤੋਂ ਬੋਲਦਾ ਜੀ। ਹਾਂਜੀ ਹਾਂਜੀ। ਤੇ ਸਰ ਮੈਂ ਇੰਡੀਅਨ ਆਰਮੀ ਚ ਕੰਮ ਕਰਦਾ, ਮਤਲਬ ਪਤਾ ਤੁਹਾਨੂੰ ਮਿਲ ਜਾਂਦੀ ਜੋਬ ਤੇ। ਹਾਂਜੀ। ਤੇ ਸਰ ਮੈਂ ਇਹੀ ਮਤਲਬ ਗੱਲ ਕਰਨੀ ਚਾਹੁੰਦਾ ਕਿ ਵੇਖੋ ਇਹ ਮਤਲਬ ਜਿਹੜੇ ਮੰਗ ਕਰਦੇ ਆ ਕਿ ਖਾਲਿਸਤਾਨ ਬਣਾ ਦੇਣਾ, ਅਸੀਂ ਇੱਦਾਂ ਕਰ ਦੇਣਾ ਜੀ, ਐਂ ਕਰ ਦੇਣਾ। ਹਾਂਜੀ। ਤੇ ਹੁਣ ਤੁਸੀਂ ਕੱਲ ਹਮਲਾ ਸੁਣਿਆ ਹੀ ਹੋਣਾ ਜਿਹੜਾ ਉੱਥੇ ਹੋਇਆ ਜੰਮੂ ਦੇ ਵਿੱਚ। ਉੱਥੇ 40 ਮਤਲਬ ਕਿੱਦਾਂ ਸਾਡੇ ਜਵਾਨ ਸ਼ਹੀਦ ਹੋਏ ਆ ਜੀ। ਹਾਂਜੀ ਹਾਂਜੀ। ਵੇਖੋ ਹੁਣ ਸਾਰੇ ਉਹਨੂੰ ਮਾੜਾ ਕਹਿ ਰਹੇ ਆ, ਭਾਵੇਂ ਹਰ ਪੱਖ ਦੇ ਲੋਕ ਹੀ ਉਹਨੂੰ ਮਾੜਾ ਕਹਿ ਰਹੇ ਆ, ਪਰ ਇਹੀ ਚੀਜ਼ਾਂ 84 ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਕੀਤੀਆਂ ਨੇ। ਹੁਣ ਸਾਰੇ ਕਹਿੰਦੇ ਨਹੀਂ ਬਹੁਤ ਮਾੜਾ ਹੋਇਆ ਜੀ, ਬਹੁਤ ਮਾੜਾ ਹੋਇਆ, ਇਹ ਮਤਲਬ ਜਵਾਨ ਸ਼ਹੀਦ ਹੋ ਗਏ, ਉਹ ਅੱਤਵਾਦੀ। ਪਰ ਇੱਕ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਆ ਨਾ ਪਿੰਡਗਾਲੇ ਦੀ, ਉਹ ਜਦੋਂ ਕੋਈ ਗੱਲ ਕਰਦਾ ਵਾ ਉਹਨੂੰ ਹੀ ਟੈਰਰਿਸਟ ਕਹਿੰਦੇ ਆ ਉਹ। ਨਹੀਂ ਨਹੀਂ ਉਹ ਤਾਂ ਹੈਗਾ ਹੀ, ਪਰ ਇਹਦੇ ਵਿੱਚ ਵੀਰਾ ਜਿਹੜਾ ਰੌਲਾ ਪਿਆ ਆ, ਹਾਂਜੀ, ਉਹ ਕੌਣ ਆ ਜਿਹੜੇ ਬੰਦੇ ਇਹ ਕਹਿ ਰਹੇ ਆ? ਕਿਤੇ ਇਦਾਂ ਤਾਂ ਨਹੀਂ ਵੀ ਅਕਾਲੀ ਦਲ ਤੇ ਭਾਜਪਾ ਜਿਹੜੀ ਆ, ਹਾਂਜੀ, ਉਹ ਇਸ ਚੀਜ਼ ਦਾ ਇਸ਼ੂ ਬਣਾ ਰਹੀ ਹੋਵੇ?
ਹਾਂਜੀ ਇਹ ਤੇ ਗੱਲ ਆ, ਪਰ ਇੱਕ ਮੈਂ ਗੱਲ ਕਰਦਾ ਵੀ ਹਰ ਪੱਖ ਦੇ ਲੋਕ ਹੁਣ ਆਪਣੇ ਆਪਣੇ ਸਾਡੇ ਇੱਧਰ ਦੇ ਤਿੰਨ ਜਵਾਨ ਸ਼ਹੀਦ ਹੋਏ ਆ। ਮੰਨ ਲਓ ਵੇਖੋ ਹੁਣ ਮੈਂ ਮੇਰੇ ਨਾਲ ਦੇ ਆ ਕਈ, ਉਹ ਮਤਲਬ ਟਕਸਾਲੀ ਆ, ਹੁਣ ਮਤਲਬ ਉਹ ਸਾਡੇ ਨਾਲ ਮੇਰੇ ਨਾਲ ਗੱਲ ਕਰਦੇ ਆ, ਤੁਸੀਂ ਮੈਨੂੰ ਸਾਨੂੰ ਕਹੋਗੇ ਤੁਸੀਂ ਆਪ ਉਹ ਬਾਹਰ ਆ, ਤੁਹਾਨੂੰ ਕਹਿੰਦੇ ਤੁਸੀਂ ਮਤਲਬ ਨੌਕਰੀ ਛੱਡ ਦੋ, ਮਤਲਬ ਕਈ ਗੱਲਾਂ ਕਰਦੇ ਆ। ਸਵੇਗਸੋਂ ਦੇ ਮੁੰਡਿਆਂ ਨੇ ਤਾਂ ਛੱਡੀ ਨੀ ਯਾਰ, ਇਹ ਤਾਂ ਗੱਲ ਹੈਗੀ ਆ। ਉਹ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਉਹ ਤਾਂ ਬਰਗੇਡੀਅਰ ਤੱਕ ਪਹੁੰਚ ਕੇ ਰਿਟਾਇਰ ਹੋਏ ਆ ਹਨਾ। ਹਾਂ ਤੇ ਮੈਂ ਕਿਹਾ ਸਾਨੂੰ ਕਿੱਥੇ ਤੁਸੀਂ ਰੱਖੋਗੇ, ਸਾਨੂੰ ਤੁਸੀਂ ਅਸੀਂ ਛੱਡ ਕੇ ਆ ਗਈ, ਮੈਂ ਸਾਨੂੰ ਨੌਕਰੀਆਂ ਦੇ ਦੋਗੇ? ਸਾਡੇ ਬਾਰੇ ਕੀ ਕਰੋਗੇ ਤੁਸੀਂ? ਆ ਮੈਂ ਤੁਸੀਂ ਬਾਹਰ ਬੈਠੇ ਜੇ ਸਾਰੇ। ਨਹੀਂ ਨਹੀਂ ਭਿੰਡਰਾਂ ਵਾਲੇ ਜਦੋਂ 84 ਦਾ ਅਟੈਕ ਹੋਇਆ ਜੀ, ਹਾਂਜੀ, ਭਿੰਡਰਾਂ ਵਾਲੇ ਦੀ ਡੈਡ ਬੋਡੀ ਦੀ ਸ਼ਨਾਖਤ ਕਰਨ ਦੇ ਲਈ ਜਿਹੜਾ ਬੰਦਾ ਆਇਆ ਨਾ, ਹਾਂਜੀ, ਉਹਦੇ ਪਰਿਵਾਰ ਦਾ ਉਹ ਮਿਲਟਰੀ ਵਿੱਚ ਸੀ। ਠੀਕ ਹੈ, ਭਿੰਡਰਾਂ ਵਾਲੇ ਸਕਾ ਭਰਾ, ਭਿੰਡਰਾਂ ਵਾਲੇ ਦਾ ਸਕਾ ਭਰਾ ਫੌਜ ਲੈ ਕੇ ਗਈ ਉਹਨੂੰ। ਠੀਕ ਹੈ, ਬੜੀ ਗੰਦੀ ਗੇਮ ਜਿਹੜੀ ਆ ਖੇਡੀ ਆ ਸਾਡੇ ਨਾਲ ਭਾਈ, ਇਹਨਾਂ ਨੇ ਨਾਲੇ ਖੰਡੇ ਵਰਗੇ ਬੰਦੇ ਜਿਹੜੇ ਭੜਕਾਉਣ ਲੱਗੇ ਹੋ, ਇਹਨਾਂ ਨੂੰ ਮਾੜਾ ਜਿਹਾ ਸਵਾਲ ਪੁੱਛ ਲਓ ਤੁਸੀਂ। ਹੁਣ ਅਸੀਂ ਨਿਊਜ਼ੀਲੈਂਡ ਜਾਣਦੇ, ਇੱਥੇ ਬੰਦੇ ਖਾਲਿਸਤਾਨ ਜਿੰਦਾਬਾਦ ਕਰੀ ਗਏ ਹਨਾ, ਪੰਜਾਬ ਉੱਤਰ ਜਾਣੀ ਪੰਜਾਬ ਦੇ ਵਿੱਚ ਉਹਨੀ ਤਾਂ ਇਹ ਵੀ ਨੀ ਸ਼ਰਮ ਕੀਤੀ ਵੀ ਜਦੋਂ ਅਸੀਂ ਉੱਥੇ ਕਿਸੇ ਦੇ ਵਿਆਹ ਤੇ ਕਿਸੇ ਪ੍ਰੋਗਰਾਮ ਤੇ ਕਬੱਡੀ ਦੇ ਮੈਚਾਂ ਤੇ ਜਾ ਕੇ ਫੋਟੋ ਪਾਉਂਦੇ ਆ ਤੇ ਪੁਲਿਸ ਦੀ ਜਿਪਸੀ ਆ ਨਾਲ ਪੰਜ ਬੋਡੀ ਗਾਰਡ ਆ, ਤੇ ਦੁਨੀਆਂ ਕੀ ਕਹੂਗੀ ਸਾਨੂੰ? ਪਰ ਉਹ ਪੁੱਛਿਆ ਜਦੋਂ ਅਸੀਂ ਇਦਾਂ ਗੱਲ ਕੀਤੀ, ਜਿਹੜੇ ਨਾਲ ਦੇ ਵੀ ਉਦਾਂ ਦੇ ਉਹ ਤਾਂ ਏਡੇ ਝੁੱਡੂ ਆ ਜਿਹੜੇ ਮਗਰ ਲੱਗੇ ਹੋ ਆ, ਕਿਉਂ ਗੱਲ ਕੀ ਆ ਜਿਸ ਬੰਦੇ ਦੀ ਔਕਾਤ ਦੋ ਚ ਖੜੇ ਹੋ ਕੇ ਇੰਨੀ ਨੀ ਹੈਗੀ ਵੀ ਕੋਈ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਦਾ, ਉਹਨਾਂ ਨੂੰ ਕਮੇਟੀ ਚੱਕ ਕੇ ਪ੍ਰਧਾਨ ਬਣਾਤਾ ਅਗਲੇ ਨੇ। ਹੁਣ ਯੋਗਤਾ ਕੀ ਸੀ? ਕਹਿੰਦੇ ਤਿੰਨ ਸਾਲ ਲੰਗਰ ਦੇ ਵਿੱਚ ਸਬਜ਼ੀ ਬਣਾਉਂਦਾ ਰਿਹਾ ਬੰਦਾ, ਅਸੀਂ ਕੰਡੀਸ਼ਨ ਲਾਈ ਸੀ ਵੀ ਗੁਰਦੁਆਰੇ ਦਾ ਪ੍ਰਧਾਨ ਉਹ ਬਣ ਸਕਦਾ ਜਿਹੜਾ ਘੱਟੋ ਘੱਟ 3 ਸਾਲ ਇੱਥੇ ਚਿੱਟੇ ਛੋਲੇ ਬਣਾਵੇ ਸੀ। ਹਾਂ, ਨਹੀਂ ਤਾਂ ਬਣ ਨੀ ਸਕਦਾ ਉਹ। ਠੀਕ ਹੈ, ਹੁਣ ਨਾ ਉਹਨੂੰ ਕੁਛ ਪਤਾ, ਨਾ ਅਗਲੇ ਨੂੰ ਲੈਟਰ ਹੈਡ ਕਿਸੇ ਕੋ ਪਏ, ਇਮੀਗ੍ਰੇਸ਼ਨ ਨਾਲ ਗੱਲ ਕਿਸੇ ਦੀ ਆ, ਪ੍ਰੋਗਰਾਮ ਕਿਸੇ ਨੇ ਲਿਖਣੇ ਆ, ਬੰਦੇ ਵੀਜ਼ੇ ਕਿਸੇ ਨੇ ਲਵਾਉਣੇ ਆ ਹਨਾ। ਹਾਂ, ਉਹਨੂੰ ਕਿਤੇ ਬਗਾਹੇ ਇੱਦਾਂ ਕੋਈ ਸਟੇਜ ਤੇ ਬੋਲਣਾ ਨੀ ਜਾਣਦਾ ਉਹ ਹੋਰ ਕਿਸੇ ਬੰਦੇ ਨੇ ਬੋਲਣਾ, ਕਿਤੇ ਹੋਇਆ ਖੜਾ ਕਰ ਦਿੱਤਾ ਵੀ ਪ੍ਰਧਾਨ ਸਾਹਿਬ ਸਰੂਪਾ ਦੇਣਗੇ ਹਨਾ, ਮੈਗਜ਼ੀਨ ਦੇ ਉੱਤੇ ਫੋਟੋ ਲੱਗ ਗਏ ਪੇਪਰ ਸਾਬਕਾ ਪ੍ਰਧਾਨ ਹੋ ਗਿਆ ਇਹ ਹੁਣ ਇੱਦਾਂ। ਹੁਣ ਉਹ ਬੰਦਿਆਂ ਨੇ ਜਦੋਂ ਇੱਦਾਂ ਰੌਲਾ ਪਏ ਤੇ ਪੁੱਛਿਆ ਹਨਾ ਆਗੂ ਨੂੰ ਵੀ ਭਾਈ ਤੂੰ ਗੱਲ ਸੁਣ, ਸਾਨੂੰ ਲੋਕ ਇੱਦਾਂ ਪੁੱਛਦੇ ਆ ਬੁੰਬੁੰ ਬੁੜ ਕੇ ਵੀ ਤੂੰ ਉਦਾਂ ਖਾਲਿਸਤਾਨ ਦੀ ਗੱਲ ਕਰਦਾ, ਉੱਥੇ ਜਾ ਕੇ ਉਹਨਾਂ ਦੀ ਗਰਦ ਲੈ ਕੇ ਘੁੰਮਦਾ। ਅਗਲੇ ਨੇ ਜਵਾਬ ਪਤਾ ਕੀ ਦਿੱਤਾ? ਦੇਖੋ ਸਿਆਸਤ ਨਾਲ ਚੱਲਣਾ, ਅੱਗੇ ਅਸੀਂ ਚੱਲੇ ਸੀ ਹਥਿਆਰ ਚੱਕ ਕੇ ਤੇ ਦੇਖੋ ਸਾਡਾ ਕਿੰਨਾ ਨੁਕਸਾਨ ਹੋ ਗਿਆ, ਹੁਣ ਆਪਾਂ ਦਿਮਾਗ ਵਰਤ ਕੇ ਚੱਲਣਾ, ਦਿਮਾਗ ਵਰਤ ਕੇ ਆਪਾਂ ਬਾਦਲਾਂ ਤੋਂ ਕੰਮ ਲੈਣਾ, ਹਾਂ ਆਪਾਂ ਆਪਣੇ ਬੰਦੇ ਛਡਾਉਣੇ ਪਹਿਲਾਂ ਬਾਦਲਾਂ ਦੀ ਭਾਜਪਾ ਦੇ ਨਾਲ ਆ ਹਨਾ, ਬਾਦਲ ਨਾਲ ਅਸੀਂ ਬਾਦਲ ਨੂੰ ਧੋਖਾ ਦੇ ਰਹੇ ਹਾਂ। ਹਾਂ, ਬਾਦਲ ਤੋਂ ਕੰਮ ਲੈਣਾ ਸੀ, ਅਸੀਂ ਬੰਦੇ ਬਾੜ ਦਿੱਤੇ ਵਿੱਚ ਹਨਾ, ਮਹਿਤਾ ਚਾਵਲਾ ਪਰਮਜੀਤ ਖਾਲਸਾ ਹਾਂਜੀ ਬਿਰਸਾ ਸਿੰਘ ਬਲਟੋਹਾ ਹਨਾ, ਉਹ ਸਾਰੇ ਬੰਦੇ ਵੜ ਗਏ ਆ ਹਨਾ, ਤੇ ਹੁਣ ਹੋਣਾ ਕੀ ਆ ਵੀ ਹੌਲੀ ਹੌਲੀ ਉਹਨਾਂ ਨੇ ਅਕਾਲੀ ਦਲ ਤੇ ਕਾਬਜ ਹੋ ਜਾਣਾ ਤੇ ਨਾਲੇ ਬਾਦਲ ਨੂੰ ਕਹਿ ਕੇ ਆਪਾਂ ਬੰਦੇ ਛੜਾ ਲੈਣੇ ਆ। ਝੁੱਡੂ ਸੀਗੇ ਸਾਰੇ ਮੁਜ਼ਾਹਰਾ ਕਰਨ ਵਾਲੇ, ਇਹਦੇ ਖਿਲਾਫ਼ ਮੁਜ਼ਾਹਰਾ ਕਰਨ ਆਇਆ, ਹੁਣ ਅੱਗੇ ਕੋਈ ਸਿਆਸੀ ਬੰਦਾ ਸੀਗਾ ਜਿਹਨੂੰ ਇਹਨਾਂ ਦੇ ਝੁੱਡੂਆਂ ਬਾਰੇ ਪਤਾ ਸੀ,
ਉਹ ਕਹਿੰਦੇ ਵੀ ਜਿਹਦਾ ਵਿਰੋਧ ਕਰਨਾ ਕਹਿੰਦਾ ਤੁਸੀਂ ਏਦਾਂ ਨਾ ਵਿਰੋਧ ਕਰੋ ਵੀ ਜਦੋਂ ਉਹ ਆਊਗਾ ਨਾ ਤੁਸੀਂ ਪਿੱਠ ਕਰ ਲਿਓ ਦੇਖੋ ਨਾ ਏਦਾਂ ਦੇ ਕਮੀਨੇ ਬੰਦੇ ਨੂੰ ਪਿੱਠ ਦਿਖਾ ਦਿਓ ਅਗਲੇ ਨੂੰ ਏਦਾਂ ਹੋ ਜਾਏ ਸ਼ਰਮ ਆਵੇ ਅਗਲੇ ਨੂੰ ਜਦੋਂ ਉਹ ਨੰਗਿਆ ਕੋਲ ਦੀ ਸਾਰਿਆਂ ਨੇ ਪਿੱਠ ਦਿਖਾਤੀ ਅੱਗੇ ਜਾ ਕੇ ਬੰਦੇ ਨੂੰ ਕਹਿੰਦਾ ਦੇਖਿਆ ਹੀ ਤੁਹਾਨੂੰ ਦੇਖ ਹੀ ਨੀ ਸਕੇ ਡਰ ਗਏ ਤੁਹਾਡੇ ਉਹ ਏਦਾਂ ਦੇ ਝੁੱਡੂ ਆਏ ਬੰਦੇ ਵੀ ਜਦੋਂ ਤਾਂ ਖਾਲਿਸਤਾਨ ਦੀ ਇੱਥੇ ਆ ਕੇ ਗੱਲ ਕਰਨੀ ਫੜਾ ਮਾਰਨੀ ਆ ਤਾਂ ਵੀ ਇਹਨਾਂ ਨੂੰ ਸੁਣਾ ਦੇਣੀ ਆ ਤੇ ਜਦੋਂ ਏਦਾਂ ਕਹਿਣਾ ਵੀ ਸੀ ਗੰਦ ਮੰਨਣਾ ਬਾਦਲਾਂ ਤੋਂ ਤਾਂ ਵੀ ਝੁੱਡੂਆਂ ਨੂੰ ਗੱਲ ਸੁਣਾ ਦੇਣੀ ਨਹੀਂ ਨਹੀਂ ਹਿੱਲੇ ਪਏ ਆ ਜੀ ਨਹੀਂ ਕੋਈ ਗੱਲ ਨੀ ਜੀ ਆਪਾਂ ਚਲੋ ਕਰਦੇ ਆ ਜੀਤੇ ਨੂੰ ਡਿਸਕਸ ਬ੍ਰੇਕ ਤੋਂ ਬਾਅਦ ਠੀਕ ਹੈ ਟਾਈਮ ਕਿੰਨਾ ਹੋ ਗਿਆ 21 ਹੋ ਗਿਆ ਚਲੋ ਕੋਈ ਨੀ ਬ੍ਰੇਕ ਲੈ ਲਈਏ ਜੀ ਪਹਿਲਾਂ ਠੀਕ ਹੈ ਫਿਰ ਮਿਲਦੇ ਆ ਤੁਹਾਨੂੰ ਬ੍ਰੇਕ ਤੋਂ ਬਾਅਦ ਧੰਨਵਾਦ ਜੀ